con
ਨਿਰੰਕਾਰ ਸੁਣ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾ ਸਾਧ ਸੰਗਤ ਜਗਤ ਕੇਵਲ ਨਾ ਸਤਿਨਾਮ ਆਵਾਜ਼ ਗਲਤ ਹੋਈ ਹੋਈ ਆ ਸਾਰੀ ਉਹਨਾਂ ਨੂੰ ਠੀਕ ਕਰ ਲਓ ਜਾਂਦਾ ਜਿੱਥੇ ਸੈਟਿੰਗ ਕਰੀਏ ਸੋ ਸਾਧ ਸੰਗਤ ਜਗਤ ਕੇਵਲ ਨਾ ਸਤਿਨਾਮ ਕਾਰੋਬਾਰ ਸੰਕੋਚਦੇ ਹੋਏ ਦੂਰ ਦਰਾਜ ਤੋਂ ਤਕਰੀਬਨ ਸਾਰੇ ਰੋਪੜ ਜ਼ਿਲ੍ਹੇ 'ਚੋਂ ਮੁਖੀ ਮੁਖੀ ਪ੍ਰੇਮੀ ਇੱਥੇ ਦੂਰ ਦਰਾਜ ਪਹੁੰਚੇ ਹੋਏ ਹੋ ਕੋਈ ਸਮਾਂ ਸੀ ਜਿਸ ਜਿੱਥੇ ਬੈਠੇ ਹੋ ਆਪ ਇੱਥੇ ਕੋਈ ਮਨੁੱਖ ਭੁੱਲ ਕੇ ਵੀ ਨਹੀਂ ਸੀ ਲੰਘਣਾ ਚਾਹੁੰਦਾ ਕਿਉਂਕਿ ਰਾਹ ਨਹੀਂ ਸੀ ਕੋਈ ਅਤੇ ਅੱਜ ਸਮਾਂ ਬਦਲਿਆ ਉਹੀ ਜੰਗਲ ਉਹੀ ਵੀਰਾਨ ਕਿੰਨੀ ਮਿੱਠੀ ਲੱਗਦੀ ਹੈ ਕਿੰਨੀ ਪਿਆਰੀ ਲੱਗਦੀ ਹੈ ਕਿ ਅੱਜ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪ੍ਰਕਾਸ਼ ਹੋ ਚੁੱਕਿਆ ਹੈ ਉਹਨਾਂ ਦੇ ਕਰਕੇ ਸਾਰੀ ਧਰਤੀ ਪਵਿੱਤਰ ਹੋ ਚੁੱਕੀ ਹੈ ਅਤੇ ਆਪ ਬੜੀ ਸ਼ਰਧਾ ਅਤੇ ਪਿਆਰ ਦੇ ਨਾਲ ਅੱਜ ਦੋ ਜੋ ਪੁਰਬ ਹਨ ਪਹਿਲਾਂ ਮਾਘੀ ਦਾ ਅਤੇ ਦੂਸਰਾ ਪੂਰਨਮਾਸ਼ੀ ਦਾ ਇਕੱਠੇ ਆਏ ਨੇ ਪਹਿਲੇ ਵੀ ਇਕੱਠੇ ਸੀ ਸੋ ਉਹਨੂੰ ਮਨਾਉਣ ਵਾਸਤੇ ਆਪ ਅਤੇ ਸ਼ਰਧਾ ਦੇ ਫੁੱਲ ਫੁੱਲ ਭੇਟ ਕਰਨ ਵਾਸਤੇ ਇੱਥੇ ਆਏ ਹੋ ਅਤੇ ਇੱਥੇ ਸਾਰੇ ਇਲਾਕੇ ਦੇ ਉਤਸ਼ਾਹ ਕਰਕੇ ਜੋ ਪਹਿਲਾ ਅਖੰਡ ਪਾਠ ਪ੍ਰਾਰੰਭ ਹੋਇਆ ਹੈ ਉਹ ਸਾਰੇ ਇਲਾਕੇ ਦਾ ਹੈ ਪਿੰਡਾਂ ਦੇ ਨਾਮ ਲਿਖੇ ਨਹੀਂ ਗਏ ਇੰਨੇ ਇਹਦਾ ਇਹ ਮਤਲਬ ਨਹੀਂ ਹੈ ਵੀ ਜਿਸ ਦਾ ਨਾਮ ਨਹੀਂ ਲਿਖਿਆ ਉਸਨੇ ਇਹਦੇ ਵਿੱਚ ਹਿੱਸਾ ਨਹੀਂ ਪਾਇਆ ਸੰਗਤਾਂ ਹੁੰਮ ਆ ਕੇ ਆ ਰਹੀਆਂ ਨੇ ਸਾਰੀ ਸੰਗਤ ਵੱਲੋਂ ਇਹ ਪਹਿਲਾ ਅਖੰਡ ਪਾਠ ਆਰੰਭ ਹੋਇਆ ਅਤੇ ਅੱਜ ਦਾ ਪਵਿੱਤਰ ਦਿਨ ਜਿਸ ਨੂੰ ਮਾਘੀ ਦਾ ਦਿਨ ਕਹਿ ਕੇ 12 ਮਹੀਨਿਆਂ ਦੇ ਅੰਦਰੋਂ ਸਾਡੀ ਐਸੀ ਭਾਵਨਾ ਹੈ ਕਿ ਸਾਨੂੰ ਦਿਨ ਪਵਿੱਤਰ ਲੱਗਦਾ ਇੱਕ ਤਾਂ ਇਸ ਦਿਨ ਦੇ ਅੰਦਰ ਅਸੀਂ ਇੱਕ ਬਹੁਤ ਵੱਡੀ ਇਤਿਹਾਸਿਕ ਯਾਦ ਮਨਾਉਂਦੇ ਹਾਂ ਕਿ ਗੁਰੂ ਮਹਾਰਾਜ ਨੇ ਐਸੀ ਕਿਰਪਾ ਕੀਤੀ ਉਹਨਾਂ ਪਿਆਰਿਆਂ ਦੇ ਉੱਤੇ ਜਿਨ੍ਹਾਂ ਨੇ ਗੁਰੂ ਨੂੰ ਬੇਦਾਵਾ ਦੇ ਦਿੱਤਾ ਸੀ ਉਹ ਭਾਵੇਂ ਵਿਸਾਖ ਦੇ ਮਹੀਨੇ ਦੇ ਅੰਦਰ ਯੁੱਧ ਹੋਇਆ ਸੀ ਪਰ ਇਹ ਫੈਸਲਾ ਹੋਇਆ ਕਿ ਜਿਸ ਥਾਂ ਦੇ ਉੱਤੇ ਗੁਰੂ ਮਹਾਰਾਜ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਟੁੱਟਿਆਂ ਹੋਇਆਂ ਨੂੰ ਜੋੜਿਆ ਅਤੇ ਉਹ ਦਿਨ ਅੱਗੇ ਵਾਸਤੇ ਮਾਘੀ ਪਹਿਲੇ ਮਾਘ ਵਾਲੇ ਦਿਨ ਮਨਾਇਆ ਜਾਵੇ ਸੋ ਇਸ ਕਰਕੇ ਸਾਨੂੰ ਉਹਨਾਂ ਦੀ ਯਾਦ ਆਉਂਦੀ ਹੈ ਕਿ ਗੁਰੂ ਮਹਾਰਾਜ ਕਿੰਨੇ ਦਿਆਲੂ ਹੋਏ ਸਿੱਖ ਭੁੱਲ ਗਿਆ ਸਿੱਖ ਨੇ ਗੁਰੂ ਮਹਾਰਾਜ ਨੂੰ ਉਸ ਮੌਕੇ ਜਦੋਂ ਚਾਰੇ ਪਾਸੇ ਮੁਸੀਬਤਾਂ ਹੀ ਮੁਸੀਬਤਾਂ ਔਕੜਾਂ ਹੀ ਔਕੜਾਂ ਸਨ ਉਸ ਵੇਲੇ ਸਿੱਖੀ ਦੇ ਇਮਤਿਹਾਨ 'ਚੋਂ ਥੋੜ੍ਹੇ ਜਿਹੇ ਨੰਬਰਾਂ 'ਤੇ ਫੇਲ ਹੋਇਆ ਕਿਉਂਕਿ ਜੋ ਸੰਸਾਰਿਕ ਪੜ੍ਹਾਈਆਂ ਹਨ ਇਹਨਾਂ ਦੇ ਵਿੱਚ ਇਹ ਰਿਆਇਤ ਰੱਖੀ ਜਾਂਦੀ ਹੈ ਕਿ ਕੋਈ 33% ਮਾਰਕਸ ਲੈ ਲਏ ਉਹ ਥਰਡ ਕਲਾਸ ਪਾਸ ਹੋ ਜਾਂਦਾ ਕੋਈ 50% ਤੋਂ ਉੱਪਰ ਲੈ ਲਵੇ ਤਾਂ ਉਹ ਵੀ ਸੈਕਿੰਡ ਕਲਾਸ ਦੇ ਵਿੱਚ ਪਾਸ ਹੋ ਜਾਇਆ ਕਰਦਾ ਅਤੇ ਉਸ ਤੋਂ ਬਾਅਦ ਜੇ ਕੋਈ ਹੋਰ ਉੱਪਰ ਲੈ ਲਵੇ 57-58% ਤੋਂ ਉੱਤੇ ਤਾਂ ਉਹਨੂੰ ਫਸਟ ਕਲਾਸ ਕਹਿੰਦੇ ਨੇ ਜੇ 80 ਤੋਂ ਉੱਤੇ ਲੈ ਲਵੇ ਤਾਂ ਫਿਰ ਇਹ ਮੈਰਿਟ ਲਿਸਟ 'ਤੇ ਆ ਜਾਇਆ ਕਰਦਾ ਪਰ ਜੋ ਰੂਹਾਨੀ ਜੀਵਨ ਹੈ ਇਹਦਾ ਇਮਤਿਹਾਨ ਕੁਛ ਹੋਰ ਤਰ੍ਹਾਂ ਦਾ ਹੈ ਇਹਦੇ ਵਿੱਚ ਮਾਰਕਸ 100 ਦੇ 100 ਲੈਣੇ ਪੈਂਦੇ ਨੇ ਘੱਟ ਜੇ ਇੱਕ ਵੀ ਹੋ ਜਾਵੇ ਘੱਟ ਤਾਂ ਉਹਦੇ ਵਾਸਤੇ ਉਸਨੂੰ ਫਿਰ ਜਨਮ ਲੈ ਕੇ ਫਿਰ ਆਉਣਾ ਪੈਂਦਾ ਉਹ ਨੰਬਰ ਲੈਣ ਵਾਸਤੇ ਸੋ ਗੁਰਸਿੱਖ ਜੋ ਔਕੜਾਂ ਦੇ ਵੇਲੇ ਜਿਨ੍ਹਾਂ ਨੇ ਗੁਰੂ ਦਾ ਸਾਥ ਛੱਡਿਆ ਉਹ ਬੜੀ ਲੰਮੀ ਟੋਰਚਰ ਸੀ ਭੁੱਖ ਦੀ ਇੱਥੇ ਤੱਕ ਨੌਬਤ ਆ ਗਈ ਸੀ ਕਿ ਖਾਣ ਪੀਣ ਨੂੰ ਕੁਛ ਨਹੀਂ ਸੀ ਰਿਹਾ ਅਨੰਦਪੁਰ ਸਾਹਿਬ ਦੇ ਅੰਦਰ ਉਸ ਵੇਲੇ ਗੁਰੂ ਮਹਾਰਾਜ ਨੂੰ ਵੀ ਇੱਕ ਛੋਲਿਆਂ ਦੀ ਮੁੱਠ 8 ਪੈਰਾਂ ਬਾਅਦ ਮਿਲਦੀ ਸੀ ਸਾਹਿਬਜ਼ਾਦਿਆਂ ਨੂੰ ਵੀ ਇੱਕ ਮੁੱਠ ਛੋਲਿਆਂ ਦੀ ਮਿਲਿਆ ਕਰਦੀ ਸੀ
ਖਾਣਾ ਬਿਲਕੁਲ ਖਤਮ, ਕੋਈ ਦਾਣਾ ਨਹੀਂ ਸੀ ਰਿਹਾ, ਕੁਛ ਕੁ ਥੋੜ੍ਹਾ ਬਹੁਤਾ ਛੋਲੇ ਰਹਿ ਗਏ ਸੀ। ਅਤੇ ਸਿੰਘਾਂ ਨੂੰ ਕਈ ਕਈ ਦਿਨ ਤੋਂ ਬਾਅਦ ਥੋੜ੍ਹਾ ਥੋੜ੍ਹਾ ਅਨਾਜ ਭੁੰਨਿਆ ਹੋਇਆ ਮਿਲਿਆ ਕਰਦਾ ਸੀ, ਕਈ ਕਈ ਦਿਨ ਭੁੱਖੇ ਰਹਿਣਾ ਪੈਂਦਾ ਸੀ। ਅਤੇ ਭੁੱਖ ਨੂੰ ਦੂਰ ਕਰਨ ਵਾਸਤੇ ਉਹਨਾਂ ਬਹਾਦਰਾਂ ਨੇ ਦਰੱਖਤਾਂ ਦੇ ਪੱਤੇ ਤੋੜ ਕੇ ਉਬਾਲ ਉਬਾਲ ਪੀ ਲਏ, ਖੱਲਾਂ ਛੇਲਾਂ ਲਾ ਲਈਆਂ ਦਰੱਖਤਾਂ ਦੀਆਂ, ਬਹੁਤ ਬਰੀਕ ਪੀਸ ਲੀਆਂ, ਅਤੇ ਪੀਸ ਕੇ ਭੁੱਖ ਨੂੰ ਦੂਰ ਕਰਨ ਵਾਸਤੇ ਉਹ ਵੀ ਪੀ ਲੀਆਂ। ਗੁਰੂ ਦਸ਼ਮੇਸ਼ ਪਿਤਾ ਬਾਹਰ ਨਿਕਲੇ, ਦੇਖਿਆ ਕਿ ਦਰੱਖਤਾਂ ਦੇ ਉੱਤੇ ਨਾ ਪੱਤੇ ਨਜ਼ਰ ਆਉਂਦੇ ਨੇ ਅਤੇ ਨਾ ਛਿੱਲਾਂ ਨਜ਼ਰ ਆਉਂਦੀਆਂ, ਅਤੇ ਆਪਣੇ ਮੁਖੀ ਪਿਆਰਿਆਂ ਨੂੰ ਪੁੱਛਿਆ, ਕਹਿਣ ਲੱਗੇ ਭਾਈ ਆ ਕੀ ਹੋ ਗਿਆ, ਅਜੇ ਤਾਂ ਬਸੰਤ ਨਹੀਂ ਆਈ ਅਤੇ ਅਜੇ ਤਾਂ ਪੋਹ ਦਾ ਮਹੀਨਾ ਆਇਆ ਨਹੀਂ ਹੈ, ਅਤੇ ਇਹ ਕੀ ਗੱਲ ਹੋ ਗਈ, ਸਾਰੀ ਬਨਸਪਤੀ ਦੇ ਉੱਤੇ ਕੋਈ ਪੱਤਾ ਨਜ਼ਰ ਨਹੀਂ ਆਉਂਦਾ ਅਤੇ ਛਿੱਲਾਂ ਵੀ ਨਜ਼ਰ ਨਹੀਂ ਆਉਂਦੀਆਂ। ਕਹਿੰਦੇ ਸੱਚੇ ਪਾਤਸ਼ਾਹ, ਤੇਰੇ ਖਾਲਸੇ ਨੇ ਭੁੱਖ ਦੇ ਨਾਲ ਲੜਦਿਆਂ ਅਤੇ ਦੁਸ਼ਟ ਦੇ ਨਾਲ ਲੜਦਿਆਂ ਆਪਣੇ ਸਰੀਰ ਨੂੰ ਕਾਇਮ ਰੱਖਣ ਵਾਸਤੇ ਅਤੇ ਵੱਧ ਤੋਂ ਵੱਧ ਕੰਮ ਆਉਣ ਵਾਸਤੇ ਸਾਰੇ ਦਰੱਖਤਾਂ ਦੀਆਂ ਛਿੱਲਾਂ ਪੀ ਕੇ ਅਤੇ ਦਰੱਖਤ ਪੱਤੇ ਉਬਾਲ ਕੇ ਪੀ ਲਏ ਨੇ। ਆਪੇ ਹੀ ਅੰਦਾਜ਼ਾ ਲਾ ਲਓ ਕਿੰਨਾ ਔਖਾ ਸਮਾਂ ਸੀ। ਬਾਹਰ ਸਾਰੇ ਪੰਜਾਬ ਦੇ ਅੰਦਰ 10 ਲੱਖ ਫੌਜ ਡਿਪਲਾਇ ਕਰੀ ਹੋਈ ਸੀ, ਕਿਉਂਕਿ ਅੱਜ ਕੱਲ੍ਹ ਦੇ ਬਹੁਤ ਸਾਰੇ ਪ੍ਰੇਮੀ ਇਹ ਅੰਦਾਜ਼ੇ ਲਾ ਲੈਂਦੇ ਨੇ ਕਿ 10 ਲੱਖ ਫੌਜ ਜੋ ਉੱਥੇ ਸੀ ਤਾਂ ਉਹਨੂੰ ਕਿੰਨਾ ਰਾਸ਼ਨ ਚਾਹੀਦਾ ਸੀ, ਕਿੰਨਾ ਥਾਂ ਚਾਹੀਦਾ ਸੀ। ਉਹ ਇਹ ਹੁੰਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਇੱਥੇ ਵੀ ਫੌਜ ਆਈ ਸੀ, 4 ਲੱਖ ਬੰਦਾ ਦਰਬਾਰ ਸਾਹਿਬ ਵੇਲੇ ਇੱਥੇ ਪੰਜਾਬ ਭਰ 'ਚ ਲੱਗਿਆ ਹੋਇਆ ਸੀ। ਇਸੇ ਤਰ੍ਹਾਂ ਦੇ ਨਾਲ ਬਹੁਤ ਸਾਰੇ ਰਾਸ਼ਨ ਲਿਆਉਣ ਵਾਲੇ ਥਾਂ ਥਾਂ 'ਤੇ ਪੰਜਾਬ ਭਰ 'ਚ ਨਾਕੇ ਲੱਗੇ ਹੋਏ ਸੀ। ਕਿਸੇ ਪਾਸਿਓਂ ਕੋਈ ਬੰਦਾ ਨਾ ਅਨੰਦਪੁਰ ਸਾਹਿਬ ਤੋਂ ਬਾਹਰ ਜਾ ਸਕਦਾ ਸੀ, ਨਾ ਕੁੱਲ ਪੰਜਾਬ ਹਿੰਦੁਸਤਾਨ 'ਚੋਂ, ਨਾ ਪਹਾੜਾਂ ਵੱਲ ਦੀ, ਨਾ ਹੇਠਾਂ ਦੀ, ਕਿਸੇ ਥਾਂ ਤੋਂ ਆਦਮੀ ਪਹੁੰਚ ਨਹੀਂ ਸਕਦਾ। ਕੋਈ ਰਸਤਾ ਐਸਾ ਨਹੀਂ ਸੀ ਛੱਡਿਆ ਜਿੱਥੇ ਨਾਕਾਬੰਦੀ ਨਾ ਕੀਤੀ ਗਈ ਹੋਵੇ। ਇਸ ਤਰ੍ਹਾਂ 10 ਲੱਖ ਫੌਜ ਗੁਰੂ ਦਸ਼ਮੇਸ਼ ਪਿਤਾ ਦੇ ਖਿਲਾਫ਼ ਡਿਪਲਾਇ ਕਰੀ ਹੋਈ ਸੀ, ਲਾਈ ਹੋਈ ਸੀ। ਸਭ ਉਸ ਵੇਲੇ ਇੱਕ ਚਿੱਠੀ ਆ ਜਾਂਦੀ ਹੈ ਕਿ ਅਸੀਂ ਵੀ ਥੱਕ ਗਏ, 6 ਮਹੀਨੇ ਹੋ ਗਏ, ਸਾਡੇ ਸਿਪਾਹੀ ਬਹੁਤ ਮਾਰੇ ਜਾ ਚੁੱਕੇ ਨੇ, ਬਿਮਾਰ ਹੋ ਗਏ, ਅਤੇ ਤੁਹਾਡੇ ਨਾਲ ਸਾਡਾ ਕੋਈ ਵੈਰ ਨਹੀਂ ਹੈ, ਨਾ ਤੁਹਾਡਾ ਅਸੀਂ ਕੋਈ ਦੇਸ਼ ਕੌਣ ਹੈ, ਨਾ ਕੋਈ ਹੋਰ ਹੈ, ਇਹ ਤਾਂ ਇੱਕ ਲੜਾਈ ਖਾਮ ਖਾ ਦੀ ਸਿਰ ਪਈ ਹੋਈ ਹੈ। ਗੁਰੂ ਮਹਾਰਾਜ ਜੇ ਤੁਸੀਂ ਸਾਡੇ ਉੱਤੇ ਕਿਰਪਾ ਕਰ ਦੇਵੋ, ਆਹ ਕਿਲ੍ਹਾ ਛੱਡ ਦੇਵੋ ਤਾਂ ਤੁਹਾਨੂੰ ਸਾਰਾ ਜਿੰਨਾ ਵੀ ਭਾਰਤ ਵਰਸ਼ ਹੈ, ਸਾਰੀ ਦੁਨੀਆ ਹੈ, ਤੁਹਾਡਾ ਹੀ ਰਾਜ ਹੈ, ਉੱਥੇ ਤੁਹਾਡੇ ਹੀ ਸਿੱਖ ਸੇਵਕ ਨੇ, ਸਾਨੂੰ ਮੂੰਹ ਦਿਖਾਉਣ ਜੋਗਾ ਕੋਈ ਬਹਾਨਾ ਮਿਲ ਜਾਏਗਾ ਕਿ ਅਸੀਂ ਕਿਲ੍ਹਾ ਫਤਿਹ ਕਰ ਲਿਆ। ਤੁਹਾਨੂੰ ਤਾਂ ਇਸ ਗੱਲ ਨਾਲ ਕੋਈ ਤਰਲਕ ਨਹੀਂ ਹੈ, ਚਾਰੇ ਪਾਸੇ ਤੁਸੀਂ ਜਾ ਸਕਦੇ ਹੋ, ਅਤੇ ਜੇ ਤੁਹਾਨੂੰ ਯਕੀਨ ਨਾ ਹੁੰਦਾ ਹੋਵੇ ਤਾਂ ਇਹ ਕੁਰਾਨ ਦੀ ਪੋਥੀ ਅਤੇ ਆਟੇ ਦੀ ਬਣਾਈ ਹੋਈ ਗਊ, ਹਿੰਦੂ ਗਊ ਨੂੰ ਮੰਨਦਾ ਅਤੇ ਅਸੀਂ ਕੁਰਾਨ ਸ਼ਰੀਫ ਜੀ ਨੂੰ ਮੰਨਦੇ ਹਾਂ, ਅਤੇ ਤੁਸੀਂ ਜਾਮਨ ਅਸੀਂ ਭੇਜਦੇ ਹਾਂ ਤਾਂ ਕਿ ਤੁਹਾਨੂੰ ਸਾਡੇ ਉੱਤੇ ਇਤਬਾਰ ਹੋ ਜਾਵੇ, ਤੁਸੀਂ ਕਿਲ੍ਹਾ ਖਾਲੀ ਕਰ ਦਿਉ ਅਤੇ ਫਿਰ ਅਸੀਂ ਯੁੱਧ ਵਾਪਸ ਚਲੇ ਜਾਵਾਂਗੇ, ਕਿਉਂਕਿ ਅਸੀਂ ਵੀ ਤੰਗ ਆ ਚੁੱਕੇ ਹਾਂ। ਇਸ ਗੱਲ ਦੇ ਵਿੱਚ ਕੋਈ ਸੰਦੇਹ ਨਹੀਂ ਕਰਨਾ, ਤੁਹਾਨੂੰ ਤੁਸੀਂ ਅੱਲਾਹ ਤਾਲਾ ਦਾ ਸੁਨੇਹਾ ਦੇਣਾ ਸੰਸਾਰ ਨੂੰ, ਤੁਸੀਂ ਦੇ ਸਕਦੇ ਹੋ, ਅਤੇ ਅਸੀਂ ਕਿਸੇ ਰਾਜੇ ਦੇ ਨਾਲ ਨਹੀਂ ਲੜ ਰਹੇ। ਸਾਨੂੰ ਵੀ ਬੜੀ ਸ਼ਰਮਿੰਦਗੀ ਹੈ ਕਿ 6 ਮਹੀਨੇ ਤੋਂ ਅਸੀਂ ਕਿਸੇ ਕਿਨਾਰੇ ਨਹੀਂ ਪਹੁੰਚੇ। ਚਿੱਠੀ ਪੜ੍ਹ ਕੇ ਸੁਣਾਈ ਗਈ, ਉਹਨਾਂ ਦਾ ਦੂਤ ਲੈ ਕੇ ਆਇਆ, ਬਹੁਤ ਸਾਰੇ ਜਿਹੜੇ ਭੁੱਖ ਦੇ ਦੁੱਖ ਨਾਲ ਜ਼ਿਆਦਾ ਹੀ ਤੰਗ ਆ ਗਏ ਸੀ, ਉਸ ਵੇਲੇ ਮਨ ਦੇ ਅੰਦਰ ਬੜੇ ਪ੍ਰਸੰਨ ਹੋਏ ਅਤੇ ਸਾਹਿਬਾਂ ਨੂੰ ਆਖਿਆ ਕਿ ਮਹਾਰਾਜ ਆਪ ਕਿਰਪਾ ਕਰੋ, ਕਿਲ੍ਹਾ ਛੱਡ ਦੀਏ, ਦੇਖੋ ਮਾਲਵਾ ਮਾਝਾ ਕਿੱਡੇ ਕਿੱਡੇ ਬੜੇ ਥਾਂ ਆਪਦੀ ਸਿੱਖੀ ਦੇ ਪਏ ਨੇ, ਅਤੇ ਬਹੁਤ ਚੰਗੀ ਗੱਲ ਹੋਏਗੀ। ਥੋੜ੍ਹਾ ਜ਼ੋਰ ਪਾ ਕੇ ਵੀ ਆਖਿਆ, 8-8, 10-10 ਨੇ ਇਕੱਠੇ ਹੋ ਕੇ ਵੀ ਆਖਿਆ, ਬੱਚਿਆਂ ਨੂੰ ਹਟਾਓ ਭਾਈ।
ਇਹ ਵੀ ਗੱਲ ਆਖੀ। ਮਹਾਰਾਜ ਕਹਿਣ ਲੱਗੇ ਤੁਸੀਂ ਭੋਲੇ ਹੋ, ਕੇਵਲ ਸ਼ਰਧਾਲੂ ਹੋ, ਰੱਬ ਨੂੰ ਪਿਆਰ ਕਰਨ ਵਾਲੇ ਹੋ, ਪ੍ਰੇਮੀਓ। ਦੁਨੀਆਦਾਰੀ ਦੇ ਅੰਦਰ ਦੁਨੀਆਦਾਰ ਆਪਣੇ ਮਤਲਬ ਨੂੰ ਹਾਸਲ ਕਰਨ ਵਾਸਤੇ ਕਿੰਨਾ ਝੂਠ ਬੋਲ ਸਕਦਾ, ਇਹ ਤੁਸੀਂ ਸੋਚ ਵੀ ਨਹੀਂ ਸਕਦੇ। ਕਿੰਨੀਆਂ ਸੁਗੰਧਾਂ ਖਾ ਸਕਦਾ ਹੈ ਜੋ ਰਾਜ ਕਰਨ ਵਾਲਾ ਹੈ, ਅਹਿਦਨਾਮੇ ਕਰ ਲਏਗਾ, ਵਚਨ ਦੇ ਦੇਗਾ, ਉਹ ਮੌਕਾ ਨਿਗਾਉਣਾ ਹੈ। ਉਸਨੂੰ ਸੱਚ ਨਾਲ ਅਤੇ ਝੂਠ ਨਾਲ, ਵਚਨ ਨਾਲ ਅਤੇ ਵਚਨ ਫੇਲ ਹੋਣ ਨਾਲ ਕੋਈ ਵੀ ਸੰਬੰਧ ਨਹੀਂ ਹੋਇਆ ਕਰਦਾ। ਜੇ ਤੁਸੀਂ ਕੇਵਲ ਸੁਗੰਧਾਂ 'ਤੇ ਆਵੋ ਤਾਂ ਜੋ ਹਕੂਮਤ ਹੋਇਆ ਕਰਦੀ ਹੈ ਕਿਸੇ ਦੇਸ਼ ਦੀ ਭਾਵੇਂ ਕਿਸੇ ਕੌਮ ਦੀ ਹੋਵੇ, ਉਸ ਨੂੰ ਹਿੱਤ ਪਿਆਰਾ ਹੋਇਆ ਕਰਦਾ, ਸੁਗੰਧ 'ਤੇ ਰੱਬ ਨਹੀਂ ਪਿਆਰਾ ਹੋਇਆ ਕਰਦਾ। ਰੱਬ ਸੰਸਾਰੀਆਂ ਵਾਸਤੇ ਹੈ, ਹਕੂਮਤਾਂ ਵਾਸਤੇ ਰੱਬ ਕੋਈ ਮਾਇਨੇ ਨਹੀਂ ਰੱਖਦਾ। ਸੋ ਤੁਸੀਂ ਇਹ ਝੂਠੀਆਂ ਸੁਗੰਧਾਂ 'ਚ ਨਾ ਆਓ। ਸੁਗੰਧ ਕੋਈ ਚੀਜ਼ ਨਹੀਂ ਹੁੰਦੀ ਹਕੂਮਤ ਦੇ ਅੱਗੇ। ਕਹਿਣ ਲੱਗੇ ਨਹੀਂ ਮਹਾਰਾਜ, ਇਹਨਾਂ ਨੇ ਤਾਂ ਗਊ ਵੀ ਥਾਲ 'ਚ ਕਰਾਈ ਹੈ ਅਤੇ ਕੁਰਾਨ ਸ਼ਰੀਫ ਜੀ ਵੀ ਭੇਜਿਆ ਹੈ। ਮਹਾਰਾਜ ਕਹਿੰਦੇ ਇਹ ਧੋਖਾ ਹੈ ਤੁਹਾਡੇ ਵਾਸਤੇ, ਕਿਉਂਕਿ ਹੁਣ ਇਹ ਹਾਰ ਚੁੱਕੇ ਨੇ, 7 ਦਿਨ ਇਹਨਾਂ ਨੇ ਹੋਰ ਨਹੀਂ ਕੱਢਣੇ, ਵਿਸ਼ਵਾਸ ਰੱਖੋ ਇਸ ਗੱਲ ਦਾ, 7 ਦਿਨਾਂ ਬਾਅਦ ਤੁਹਾਡੀ ਫਤਿਹ ਹੋਏਗੀ। ਇਸ ਤਰ੍ਹਾਂ ਦੇ ਵਚਨ ਹੁੰਦੇ ਤਾਂ ਕਈਆਂ ਨੇ ਕਿਹਾ ਵੀ ਮਹਾਰਾਜ ਇੰਨਾ ਲੰਮਾ ਤਾਂ ਲੜਾਈ ਦੇ ਵਿੱਚ ਰਿਹਾ ਨਹੀਂ ਜਾ ਸਕਦਾ, ਬਹੁਤ ਔਖੇ ਹੋ ਗਏ, ਤੁਸੀਂ ਕਿਰਪਾ ਕਰੋ ਇਹਨਾਂ ਦੀ ਗੱਲ ਜੋ ਸ਼ਰਤ ਰੱਖੀ ਹੈ ਉਹ ਮੰਨ ਲਓ, ਮਾਲਵੇ 'ਚ ਆ ਜਾਓ, ਮਾਝੇ 'ਚ ਆ ਜਾਓ, ਤੁਹਾਡੀ ਪੂਜਾ ਹੋਏਗੀ, ਸਾਰੇ ਗੁਰੂ ਉੱਥੇ ਰਹੇ ਨੇ। ਜਦ ਹੁਣ ਇਹ ਇਮਾਨਦਾਰੀ ਨਾਲ ਕਹਿੰਦੇ ਨੇ, ਮਹਾਰਾਜ ਕਹਿੰਦੇ ਨਹੀਂ ਤੁਸੀਂ ਧੋਖਾ ਖਾਂਦੇ ਹੋ। ਦੇਖੋ ਤੁਹਾਨੂੰ ਇੱਕ ਗੱਲ ਦੱਸਦੇ ਹਾਂ, ਇੱਕ ਰਵਾਇਤ ਤੁਰੀ ਆਉਂਦੀ ਹੈ ਉਸ ਵੇਲੇ ਤੋਂ, ਉਹ ਰਵਾਇਤ ਇਹ ਹੈ ਕਿ ਗੁਰੂ ਮਹਾਰਾਜ ਨੇ ਇਹ ਗੱਲ ਕਹੀ ਕਿ ਜੇ ਗੁੜ ਦੇ ਨਾਲ ਲਾਲੇ ਦੇ ਨਾਲ ਬਾਂਹ ਲਵੇੜ ਲਓ ਅਤੇ ਤਿਲਾਂ ਦੇ ਢੇਰ ਵਿੱਚ ਦੇ ਦਿਓ, ਜਿੰਨੇ ਤਿਲ ਲੱਗ ਜਾਣ, ਜੇ ਕੋਈ ਬਾਦਸ਼ਾਹ ਇੰਨੀਆਂ ਸੌਂ ਖਾਵੇ ਤਾਂ ਮੈਂ ਉਹਦਾ ਤਵਾਰ ਕਰੋ। ਬਹੁਤ ਵੱਡੀ ਬਾਤ ਮਹਾਰਾਜ ਨੇ ਕਹੀ ਸੀ, ਸ਼ੁਰੂ ਤੋਂ ਹੀ ਇਹ ਬਾਤ ਆਉਂਦੀ ਸੀ, ਲੇਕਿਨ ਗਲਤੀ ਦੇ ਨਾਲ ਉਹ ਇਹ ਗੱਲ ਐਸੀ ਵਿਗੜੀ ਕਿ ਇਹ ਕਹਿ ਦਿੱਤਾ ਗਿਆ ਹੌਲੀ ਹੌਲੀ ਸੀਨਾ ਵਸੀਨਾ, ਕਿਉਂਕਿ ਰਾਜ ਇਸਲਾਮ ਦਾ ਸੀ, ਸਾਰੇ ਇਸਲਾਮ ਵਾਲੇ ਬੁਰੇ ਨਹੀਂ ਸੀ। ਵੱਡੇ ਵੱਡੇ ਸੂਫੀ ਪੀਰ ਜਿਨ੍ਹਾਂ ਦਾ ਗੁਰੂ ਘਰ ਦੇ ਵਿੱਚ ਇੰਨਾ ਸਤਿਕਾਰ ਸੀ ਕਿ ਜਦੋਂ ਸਭ ਤੋਂ ਵੱਡਾ ਸਾਡਾ ਧਰਮ ਦਾ ਮੰਦਰ ਉਸਰਨ ਲੱਗਿਆ, ਉਸ ਵੇਲੇ ਨਿਉਂਸ ਦੀ ਕਿਸਨੇ ਰੱਖੀ ਤਾਂ ਉਹ ਇਸਲਾਮ ਵਾਲੇ ਮੀਆਂ ਮੀਰ ਨੇ ਰੱਖੀ। ਅਤੇ ਜੇ ਇਸਲਾਮ ਬੁਰਾ ਹੁੰਦਾ ਤਾਂ ਮੀਆਂ ਮੀਰ ਨੂੰ ਕਿਉਂ ਨਿਉਂ ਰੱਖਣ ਵਾਸਤੇ ਮਹਾਰਾਜ ਬੁਲਾਉਂਦੇ? ਜੇ ਇਸਲਾਮ ਦੇ ਬੰਦੇ ਮਾੜੇ ਹੁੰਦੇ ਤਾਂ ਬਾਬੇ ਫਰੀਦ ਦੀ ਪਿਆਰ ਦੀ ਬਾਣੀ ਕਿਉਂ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰਦੇ? ਫਿਰ ਜੇ ਅਸੀਂ ਹੋਰ ਗਾਹਾਂ ਜਾਈਏ ਤਾਂ ਗੁਰੂ ਮਹਾਰਾਜ ਇਸ ਵਕਤ ਸਰਸੇ ਦੇ ਉੱਤੇ ਸਾਰਾ ਪਰਿਵਾਰ ਵਿਛੋੜ ਕੇ ਰੋਪੜ ਆਉਂਦੇ ਨੇ, ਉੱਥੇ ਜਾਨ 'ਤੇ ਜਾਨ ਦੀ ਬਾਜ਼ੀ ਲਾ ਕੇ ਗੁਰੂ ਮਹਾਰਾਜ ਨੂੰ ਆਪਣੇ ਕਿਲ੍ਹੇ 'ਚ ਰੱਖਣ ਵਾਲਾ ਨਿਹੰਗ ਖਾਨ ਮੁਸਲਮਾਨ ਸੀ। ਤਲਾਸ਼ੀ ਹੋਈ ਕਿਲ੍ਹੇ ਦੀ ਅਤੇ ਉਹਨੇ ਕਿਹਾ ਕਿ ਮੇਰੇ ਕੋਲ ਨਹੀਂ ਆਇਆ ਕੋਈ ਦੁਸ਼ਮਣ ਨਹੀਂ, ਮੈਂ ਤੁਹਾਡਾ ਲਕੋਇਆ। ਇੱਕ ਕਮਰਾ ਕਹਿਣ ਲੱਗਿਆ ਇਹਦੀ ਮੈਂ ਤਲਾਸ਼ੀ ਨਹੀਂ ਦੇਣੀ, ਇੱਥੇ ਮੇਰਾ ਦਾਮਾਦ ਹੈ, ਮੇਰੀ ਲੜਕੀ ਹੈ ਅੰਦਰ, ਮੇਰਾ ਦਾਮਾਦ ਹੈ। ਫੌਜ ਚਲੀ ਜਾਂਦੀ ਹੈ ਅਤੇ ਲੜਕੀ ਪਰਿਵਾਰ ਦੇ ਅੰਦਰ ਕਿੰਨਾ ਪਿਆਰ ਹੋਇਆ, ਲੜਕੀ ਕਿੰਨੀ ਪ੍ਰਸੰਨ ਹੋਈ, ਕਹਿਣ ਲੱਗੀ ਅੱਬਾ ਜਾਨ ਤੈਂ ਬਹੁਤ ਚੰਗੀ ਗੱਲ ਕਹਿ ਦਿੱਤੀ ਕਿ ਇੱਥੇ ਮੇਰਾ ਦਾਮਾਦ ਹੈ, ਵੱਡੀ ਬਾਤ ਕਰ ਲਈ, ਪਰ ਹੁਣ ਮੈਂ ਸਾਰੀ ਜ਼ਿੰਦਗੀ ਸ਼ਾਦੀ ਨਹੀਂ ਕਰਾਉਣੀ ਕਿਉਂਕਿ ਤੇਰੇ ਮੂੰਹੋਂ ਨਿਕਲ ਚੁੱਕੀ ਹੈ ਗੱਲ, ਸਾਰੀ ਜ਼ਿੰਦਗੀ 100 ਸਾਲ ਤੇ ਉੱਤੇ ਹੋਈ, ਵਿਆਹ ਨਹੀਂ ਉਸਨੇ ਕਰਾਇਆ। ਅਤੇ ਜੇ ਇਸਲਾਮ ਨਫ਼ਰਤ ਕਰਦਾ ਹੁੰਦਾ ਗੁਰੂਆਂ ਨੂੰ, ਮੁਸਲਮਾਨ ਨਫ਼ਰਤ ਕਰਦਾ ਤਾਂ ਐਡਾ ਰਿਸਕ ਕਿਉਂ ਲੈਂਦੇ? ਅਤੇ ਨਬੀ ਖਾਂ ਗਨੀ ਖਾਂ ਉਸ ਵੇਲੇ ਜਦੋਂ ਇਹ ਐਲਾਨ ਹੋ ਚੁੱਕਿਆ ਸੀ, ਸਾਰੇ ਸੁਣਾਇਆ ਜਾ ਚੁੱਕਿਆ ਸੀ, ਜੇ ਕਿਸੇ ਨੇ ਗੁਰੂ ਦਸ਼ਮੇਸ਼ ਪਿਤਾ ਨੂੰ ਪਨਾਹ ਦਿੱਤੀ ਤਾਂ ਉਹਦਾ ਬੱਚਾ ਕੋਹਲੂ 'ਚ ਪੀੜ ਦਿੱਤਾ ਜਾਏਗਾ, ਸਮੇਤ ਬੱਚਿਆਂ ਦੇ ਪਰਿਵਾਰ ਸਾਰੇ ਦਾ ਸਾਰਾ ਕੁੱਤਿਆਂ ਤੋਂ ਪੜਵਾ ਦਿੱਤਾ ਜਾਏਗਾ। ਕਿੰਨੇ ਸਿੱਖ ਸੀ ਜਿਨ੍ਹਾਂ ਨੂੰ ਇਹ ਸਜਾਵਾਂ ਉਸ ਵੇਲੇ ਮਿਲੀਆਂ? ਅਤੇ ਗੁਰੂ ਦਸ਼ਮੇਸ਼ ਪਿਤਾ ਨੂੰ ਮਾਛੂਵਾੜੇ 'ਚੋਂ ਕੱਢਣ ਵਾਲਾ ਪੀਰ ਸੀ ਜਿਹਨੇ ਸਾਰਾ ਪਲੈਨ ਬਣਾਇਆ ਅਤੇ ਨਾਲੇ ਕਿਹਾ ਕਿ ਇਹ ਤਾਂ ਉੱਚ ਦੇ ਪੀਰ ਨੇ। ਉਸ ਤੋਂ ਬਾਅਦ ਗੁਰੂ ਮਹਾਰਾਜ
ਰਾਏ ਇਕੱਲੇ ਦੇ ਪਾਸ ਚਲੇ ਜਾਂਦੇ ਨੇ। ਰਾਏਪੁਰ ਦਾ ਮੁਸਲਮਾਨ ਹਾਕਮ ਹੈ, ਰਾਜਾ ਹੈ ਮਲੇਰਕੋਟਲੇ ਵਰਗਾ। ਨਵਾਬ ਸਰੰਦ ਨਵਾਬ ਨੂੰ ਪਤਾ ਲੱਗਿਆ, ਸਰੰਦ ਦੇ ਨਵਾਬ ਨੂੰ, ਕਿ ਗੁਰੂ ਦਸ਼ਮੇਸ਼ ਪਿਤਾ ਜੀ ਕਿ ਇਸਲਾਮ ਵਾਲੇ ਦੇ ਕੋਲ ਠਹਿਰੇ ਹੋਏ ਨੇ, ਉਹ ਵੀ ਰਾਜੇ ਦੇ ਕੋਲ ਜਿਸ ਕੋਲ ਕਾਫੀ ਫੌਜ ਹੈ। ਗੁਪਤੀ ਚਿੱਠੀ ਭੇਜੀ, ਕਹਿੰਦਾ ਬਹੁਤ ਚੰਗਾ ਕਰਿਆ ਕਿ ਗੁਰੂ ਦਸ਼ਮੇਸ਼ ਪਿਤਾ ਨੂੰ ਤੈਂ ਆਪਣੇ ਕਿਲ੍ਹੇ 'ਚ ਰੱਖ ਲਿਆ, ਚੰਗਾ ਹੋਵੇ ਤੂੰ ਆਪ ਭੇਜ ਦੇ ਅਤੇ ਨਹੀਂ ਮੈਂ ਫੌਜ ਭੇਜ ਦਿੰਦਾ, ਤਾਂ ਕਿ ਦਿੱਲੀ ਬਾਦਸ਼ਾਹ ਦੇ ਪਾਸ ਭੇਜ ਕੇ ਤੂੰ ਵੀ ਹੋਰ ਰਿਆਸਤ ਹਾਸਲ ਕਰੇ ਅਤੇ ਅਸੀਂ ਵੀ ਆਪਣਾ ਫਰਜ਼ ਕਰ ਲਈਏ, ਕਿਉਂਕਿ ਇਸਨੇ ਵੱਡੇ ਵੱਡੇ ਜਰਨੈਲ ਬਹੁਤ ਵੱਡੀ ਸਪਾਹ ਮਾਰ ਦਿੱਤੀ ਹੈ ਲੱਖਾਂ ਦੀ ਤਾਦਾਦ 'ਚ। ਉਸਨੇ ਜਵਾਬ ਦਿੱਤਾ ਕਿ ਨਵਾਬ ਸਾਹਿਬ, ਇਹ ਠੀਕ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਤੁਸੀਂ ਬਾਗੀ ਸਮਝਦੇ ਹੋ, ਪਰ ਜਿੱਥੇ ਤੱਕ ਮੈਂ ਸਮਝਦਾ ਇਹ ਬਾਗੀ ਨਹੀਂ ਹਨ। ਇਹਨਾਂ ਨੇ ਕੋਈ ਕਿਸੇ ਦੇ ਉੱਤੇ ਫੌਜਕਸ਼ੀ ਨਹੀਂ ਕੀਤੀ, ਫੌਜ ਲੈ ਕੇ ਕਿਸੇ 'ਤੇ ਚੜ੍ਹੇ ਨਹੀਂ ਹਨ। ਇਹਨਾਂ ਨੂੰ ਤੰਗ ਕਰਨ ਵਾਸਤੇ ਜੇ ਕੋਈ ਘਰ ਵਿੱਚ ਹਮਲਾ ਕਰਕੇ ਜਾਂਦਾ ਹੈ ਤਾਂ ਉਹਦੀ ਫਰਜ਼ ਬਣ ਜਾਂਦਾ ਕਿ ਆਪਣੀ ਰਕਸ਼ਾ ਕਰੇ। ਇਹ ਕਿਸੇ ਇੱਕ ਇੰਚ ਜ਼ਮੀਨ ਇਹਨਾਂ ਨੇ ਕਿਸੇ ਤੋਂ ਨਹੀਂ ਲਈ ਅਤੇ ਕਿਸੇ 'ਤੇ ਹੱਲਾ ਨਹੀਂ ਕਰਿਆ। ਫਿਰ ਸਾਰੇ ਧਰਮਾਂ ਦੇ ਸਾਂਝੇ ਨੇ, ਇਸਲਾਮ ਦੇ ਵੀ ਸਾਂਝੇ ਨੇ, ਹਿੰਦੂ ਦੇ ਵੀ ਸਾਂਝੇ ਨੇ, ਅਤੇ ਮੈਂ ਇਹਨਾਂ ਨੂੰ ਪੀਰ ਵਾਲੀ ਅਕੀਦਤ ਦੇ ਨਾਲ ਦੇਖਦਾ, ਭਰੋਸੇ ਨਾਲ ਕਿ ਮੇਰੇ ਪੀਰ ਨੇ। ਸੋ ਪੀਰਾਂ ਦੇ ਵਾਸਤੇ ਜਿਵੇਂ ਮਰੀਦ ਕੱਟ ਮਰਦੇ ਨੇ, ਜਦ ਤੱਕ ਮੇਰੀ ਰਿਆਇਆ ਦਾ ਇੱਕ ਵੀ ਬੰਦਾ ਜਿਉਂਦਾ ਹੈ ਉਸ ਵੇਲੇ ਥਾਈ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਨਾ ਫੜ ਸਕਦੇ ਹੋ, ਨਾ ਲੈਣ ਆ ਸਕਦੇ। ਜੇ ਇਹ ਵੈਰੀ ਹੁੰਦੇ ਇਸਲਾਮ ਵਾਲੇ ਤਾਂ ਉਸ ਤੋਂ ਚੰਗਾ ਮੌਕਾ ਕੌਣ ਸੀ, ਕਿਉਂਕਿ ਇਹ ਇੱਕ ਗੱਲ ਆਮ ਚੱਲ ਪਈ ਕਿ ਮੁਸਲਮਾਨ ਦਾ ਇਤਵਾਰ ਨਾ ਕਰੋ, ਭਾਵੇਂ ਇੰਨਾ ਕਰ ਲਿਓ, ਸਾਧ ਸੰਗਤ ਜੀ ਇਹ ਬੜੀ ਭਾਰੀ ਗਲਤੀ ਹੈ। ਇੱਕ ਕੌਮ ਬਦਨਾਮ ਹੋ ਕੇ 325 ਸਾਲ ਹੋ ਗਏ ਸਾਨੂੰ ਮਨੋ ਮਨੀ ਗੁੱਸੇ ਹੋਏ, ਲੇਕਿਨ ਗੁਰੂ ਮਹਾਰਾਜ ਦੇ ਕੋਲ ਕਿੰਨੇ ਜਰਨੈਲ ਸੀ, ਸੈਦ ਖਾਨ ਜਰਨੈਲ, ਕਹਿਣ ਲੱਗਿਆ ਪੀਰ ਜੀ ਮੈਂ ਦੇਖ ਲਿਆ ਤੁਹਾਡੇ ਅੰਦਰ ਕੋਈ ਉਹ ਗੱਲ ਨਹੀਂ ਜਿਹੜਾ ਰਾਜ ਕਹਿ ਰਿਹਾ, ਅਤੇ ਮੈਂ ਅਕੀਦਤ 'ਚ ਆ ਰਿਹਾ, ਮੈਨੂੰ ਹੁਕਮ ਕਰੋ ਤੁਹਾਡੇ ਵੱਲ ਹੋ ਕੇ ਮੈਂ ਔਰੰਗਜ਼ੇਬ ਦੀਆਂ ਫੌਜਾਂ ਨਾਲ ਲੜਾਂ। ਮਹਾਰਾਜ ਕਹਿੰਦੇ ਨਾ, ਸਾਡਾ ਕੋਈ ਵੈਰ ਨਹੀਂ ਹੈ ਕਿਸੇ ਨਾਲ, ਸਾਡਾ ਰਾਖਾ ਆਪ ਅਕਾਲ ਪੁਰਖ ਹੈ, ਉਹੀ ਬਚਾਉਂਦਾ ਹੈ, ਰੋਗਨ ਅਤੇ ਅਰ ਸੋਗਨ ਅਤੇ ਜਲ ਜੋਗਨ ਅਤੇ ਬਹੁ ਪਾਂਤ ਬਚਾਵੈ, ਸ਼ਤਰੋ ਨੀਲ ਚਲਾਵਤ ਕਾਵ, ਤਉ ਤਾਂ ਨੇਕ ਨਾ ਲਾਗਨ ਪਾਵੈ, ਰਾਖਤਾ ਆਪਣੋ ਕਰਦਾ ਕਰ ਪਾਪ, ਸਬੂਹ ਨਾ ਭੇਟਣ ਪਾਵੈ, ਔਰ ਕੀ ਬਾਤ ਕਹਾਂ ਕਹਿ ਤੋ ਸੋ, ਸੋ ਪੇਟ ਹੀ ਕੇ ਵੱਟ ਬੀਚ ਬਚਾ। ਕਹਿਣ ਲੱਗੇ ਸੈਦ ਖਾਨ ਸਾਡੇ ਨਾਲ ਸਦਾ ਹੀ ਅਕਾਲ ਪੁਰਖ ਹੈ, ਉਹਦੀ ਉਹ ਰੱਛਾ ਹੈ, ਅਕਾਲ ਪੁਰਖ ਦੀ ਰੱਛਾ ਹਮਨੇ, ਸਰਬਲੋਹ ਦੀ ਰੱਛਿਆ ਹਮਨੇ, ਸਰਬਕਾਲ ਜੀ ਦੀ ਰੱਛਿਆ ਹਮਨੇ, ਸਰਬਲੋਹ ਜੀ ਦੀ ਸਦਾ ਰੱਛਿਆ ਹਮਨੇ, ਅਸੀਂ ਕੁਛ ਨਹੀਂ ਕਰ ਰਹੇ, ਸਾਡਾ ਕਿਸੇ ਨਾਲ ਵਿਰੋਧ ਨਹੀਂ, ਹੁਕਮ ਦੇ ਮੁਤਾਬਕ ਅਸੀਂ ਚੱਲ ਰਹੇ ਹਾਂ, ਸਾਡਾ ਕੋਈ ਫੁਰਨਾ ਨਹੀਂ, ਨਾ ਕੋਈ ਸਾਡਾ ਔਰੰਗਜ਼ੇਬ ਨਾਲ ਵੈਰ ਹੈ, ਨਾ ਇਸਲਾਮ ਦੇ ਰਾਜ ਨਾਲ ਵੈਰ ਹੈ, ਜੇ ਵੈਰ ਹੈ ਸਾਡਾ ਤਾਂ ਕੇਵਲ ਦੁਸ਼ਟ ਦੋਖੀਆਂ ਨੂੰ ਪਕੜ ਵਿਛਾਰ, ਜਿਹੜੇ ਦੁਸ਼ਟ ਦੋਖੀ ਰਿਆਇਆ ਨੂੰ ਤੰਗ ਕਰਦੇ ਨੇ, ਗਰੀਬਾਂ ਨੂੰ ਤੰਗ ਕਰਦੇ ਆ, ਜੇਜ਼ੀਆ ਲਾਉਂਦੇ ਨੇ, ਧੀਆਂ ਭੈਣਾਂ ਦੀ ਇੱਜ਼ਤ ਰਹਿਣ ਨਹੀਂ ਦਿੰਦੇ, ਲੁੱਟਮਾਰ ਕਰਦੇ ਨੇ, ਮਜ਼ਹਬ ਦੇ ਨਾਂ 'ਤੇ ਦੂਜਿਆਂ ਨੂੰ ਤੰਗ ਕਰਦੇ ਨੇ, ਸਾਡੇ ਉਹਨਾਂ ਨੂੰ ਸਮੱਤ ਦੇਣ ਵਾਸਤੇ ਮੈਂ ਆਇਆ, ਮੇਰਾ ਕਿਸੇ ਨਾਲ ਝਗੜਾ ਨਹੀਂ ਹੈ, ਮੈਂ ਕਿਸੇ ਤੋਂ ਵੈਰ ਨਹੀਂ ਲੈਣਾ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਫਿਰ ਮੈਨੂੰ ਕੀ ਹੁਕਮ ਹੈ, ਕਹਿੰਦੇ ਤੂੰ ਸਿੱਧਾ ਚਲਿਆ ਜਾ ਕਾਂਗੜੇ ਦੇ ਪਹਾੜਾਂ 'ਚ ਬੈਠ ਕੇ ਬੰਦਗੀ ਕਰ, ਨਾਮ ਦੀ ਦਾਤ ਉੱਥੇ ਹੀ ਦੇ ਤੀ, ਲੂੰ ਲੂੰ 'ਚੋਂ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਆਉਣ ਲੱਗ ਗਈ ਉਸਦੇ, ਅਤੇ ਵੱਡਾ ਭਾਰਾ ਪੀਰ ਹੋਇਆ ਕਰਨੀ ਕਮਾਈ ਵਾਲਾ। ਸੋ ਇਸ ਤਰ੍ਹਾਂ ਬੇਨਤੀ ਇਹ ਮਤਲਬ ਹੈ, ਬੇਨਤੀ ਇਹ ਹੈ ਕਿ ਮਹਾਰਾਜ ਕਹਿਣ ਲੱਗੇ ਕਿ ਸੁਗੰਧਾਂ ਦਾ ਇਤਵਾਰ ਨਹੀਂ ਭਾਈ ਕਰੀਦਾ, ਰਾਜੇ ਦੀ ਸੁਗੰਧ, ਕਿਉਂਕਿ ਉਹ ਸਮੇਂ ਨਿਕਲ ਗਏ ਜਦੋਂ ਰਾਜੇ ਬਚਨ ਕਰਕੇ ਰਾਜ ਛੱਡ ਦਿੰਦੇ ਸੀ। ਹਰੀਚੰਦ ਨੇ ਬਚਨ ਕਰਿਆ ਸੀ ਕਿ ਮੰਗੋ ਕੀ ਮੰਗਦੇ ਹੋ, ਕਹਿਣ ਲੱਗੇ ਮੈਂ ਕੀ ਮੰਗਣਾ, ਮੈਨੂੰ ਰਾਜ ਚਾਹੀਦਾ ਤੇਰਾ, ਸਾਰਾ ਰਾਜ ਉਸ ਵੇਲੇ ਦੇ ਤਾ। ਕਹਿਣ ਲੱਗਿਆ ਦਕਸ਼ਣਾ ਨਹੀਂ ਦਿੱਤੀ, 2000 ਮੋਹਰ ਚਾਹੀਦੀ ਹੈ ਦਕਸ਼ਣਾ ਦੀ, ਜਿਹਨੂੰ ਦਕਸ਼ਣਾ ਦੇਣ ਵਾਸਤੇ 1000 ਮੋਹਰ ਨੂੰ ਆਪ ਵਿਕਿਆ, 1000 ਨੂੰ ਉਹਦੀ ਘਰਵਾਲੀ ਅਤੇ ਬੱਚਾ ਵਿਕਿਆ। ਚੰਡਾਲਾਂ ਦੇ ਘਰ ਜਾ ਕੇ ਸੂਰ ਚਾਰੇ ਸ਼ਮਸ਼ਾਨ ਭੂਮੀ ਦੀ ਡਿਊਟੀ ਦਿੱਤੀ, ਉੱਥੇ 125 ਲੈ ਕੇ ਸੰਸਕਾਰ ਕਰਨ ਦਿੰਦਾ,
ਇੱਥੇ ਤੱਕ ਨੌਬਤ ਆ ਗਈ ਕਿ ਇਸ ਦੇ ਲੜਕੇ ਰੋਹਤਾਸ ਦੇ ਸੱਪ ਲੜਿਆ, ਤਾਰਾ ਰਾਣੀ ਲੈ ਕੇ ਆਉਂਦੀ ਹੈ। ਲੇਕਿਨ ਇਹ ਕਹਿੰਦਾ ਮੇਰੀ ਡਿਊਟੀ ਇਹ ਹੈ, ਮੇਰਾ ਧਰਮ ਇਹ ਹੈ ਕਿ ਸਵਰ ਪਈਆ ਦੇ। ਰਾਣੀ ਕਹਿਣ ਲੱਗੀ ਮੇਰੇ ਕੋਲ ਤਾਂ ਕੱਫਣ ਵੀ ਨਹੀਂ, ਮੈਂ ਅੱਧੀ ਸਾੜੀ ਉੱਤੇ ਦਿੱਤੀ ਹੋਈ ਹੈ ਬੱਚੇ ਦੇ। ਅਖੀਰ ਚੋਰ ਆਉਂਦੇ ਨੇ ਰਾਤ ਨੂੰ, ਸੁੱਖਣਾ ਸੁੱਕ ਕੇ ਚੋਰੀ ਕਰਨ ਗਏ, ਰਾਜੇ ਦੇ ਚੋਰੀ ਕਰ ਲਈ। ਪੁਲਿਸ ਫਿਰਦੀ ਫਿਰਦੀ ਉੱਥੇ ਆ ਗਈ। ਉਹਨਾਂ ਚੋਰਾਂ ਨੇ ਇਹ ਸਮਝ ਕੇ ਕਿ ਮਸਾਣ ਦੀ ਦੇਵੀ ਹੈ ਇਹ, ਉਹਦੇ ਗਲ ਵਿੱਚ ਹਾਰ ਪਾ ਦਿੱਤਾ। ਰਾਜੇ ਦੇ ਘਰੋਂ ਚੋਰੀ ਕੀਤਾ ਹੋਇਆ ਉਹ ਪੁਲਿਸ ਨੇ ਪਛਾਣ ਲਿਆ ਅਤੇ ਹੋਇਆ ਸਜਾਏ ਮੌਤ ਮਿਲੀ, ਵੀ ਇਹਦਾ ਸਿਰ ਜਿਹੜਾ ਹੈ ਵੀ ਹੈਡ ਕਰ ਦਿਉ, ਕਤਲ ਕਰ ਦਿਉ। ਡਿਊਟੀ ਲੱਗੀ ਹਰੀਚੰਦ ਦੀ। ਹਰੀਚੰਦ ਤਲਵਾਰ ਕੱਢ ਲੈਂਦਾ ਹੈ। ਰਾਣੀ ਕਹਿੰਦੀ ਮੈਂ ਰਾਣੀ ਹਾਂ ਤੇਰੀ, ਕਿੰਨਾ ਪਿਆਰ ਆ। ਉਹ ਕਹਿੰਦਾ ਪਿਆਰ ਹੈ, ਜਿੰਨਾ ਦੁੱਖ ਤੈਨੂੰ ਹੈ ਇਦੂ ਵੱਧ ਮੈਨੂੰ ਹੈ, ਕਿਉਂਕਿ ਮੈਂ ਪਿੱਛੋਂ ਤੇਰੇ ਰਹਿ ਜਾਣਾ, ਮੈਂ ਕਿਵੇਂ ਜ਼ਿੰਦਗੀ ਬਤੀਤ ਕਰਾਂਗਾ, ਤੇਰੀ ਯਾਦ ਮੈਨੂੰ ਕਿਵੇਂ ਭੁੱਲੇਗੀ। ਪਰ ਮੈਂ ਆਪਣੇ ਧਰਮ ਤੋਂ ਨਹੀਂ ਗਿਰ ਸਕਦਾ, ਕਿਉਂਕਿ ਮੇਰੇ ਸਵਾਮੀ ਭਗਤੀ ਦੇ ਅੰਦਰ ਮੇਰੀ ਡਿਊਟੀ ਹੈ ਕਿ ਹੁਣ ਮੈਂ ਤੈਨੂੰ ਕਤਲ ਕਰਾਂ। ਉਸ ਵੇਲੇ ਹੋਇਆ ਕਿ ਜਦ ਤਲਵਾਰ ਖਿੱਚੀ, ਬਿਜਲੀ ਵਰਗੀ ਚਮਕ, ਸਭ ਦੀਆਂ ਅੱਖਾਂ 'ਚ ਨਿਆ ਗਿਆ। ਕੀ ਦੇਖਦੇ ਹਾਂ, ਭਗਵਾਨ ਨੇ ਤਲਵਾਰ ਫੜੀ ਹੋਈ ਹੈ ਅਤੇ ਗਲ ਦੇ ਨਾਲ ਲਾਇਆ ਹੋਇਆ ਉਸਨੂੰ, ਹਰੀਚੰਦ ਨੂੰ। ਤਾਨਾ ਹਰੀਚੰਦ ਤੈ ਸਤ ਦਾ ਪਾਲਣ ਕਰਿਆ। ਮਹਾਰਾਜ ਕਹਿੰਦੇ ਉਹ ਸਮੇਂ ਲੰਘ ਗਏ ਭਾਈ, ਅੱਜ ਕੋਈ ਐਸਾ ਰਾਜਾ ਨਹੀਂ ਹੈ ਜਿਹੜਾ ਬਚਨ ਕਰਕੇ ਉਹਦੇ 'ਤੇ ਪਹਿਰਾ ਪੂਰਾ ਦੇ ਦੇਵੇ। ਵਕਤ ਲੰਘਾਉਣਾ ਹੁੰਦਾ ਅਤੇ ਜੇ ਤਾਂ ਹਿੱਤ ਪੂਰਾ ਹੁੰਦਾ ਤਾਂ ਰਾਜੇ ਦੀ ਕਸਮ ਕਾਇਮ ਹੈ, ਜੇ ਹਿੱਤ ਪੂਰਾ ਨਹੀਂ ਹੁੰਦਾ ਰਾਜੇ ਦੀ ਕਸਮ ਟੁੱਟ ਜਾਇਆ ਕਰਦੀ ਹੈ। ਮਹਾਰਾਜ ਕਹਿੰਦੇ ਇਸ ਕਰਕੇ ਰਾਜਾ ਧਰਮੀ ਨਹੀਂ ਹੁੰਦਾ, ਰਾਜਾ ਹਿੱਤ ਦਾ ਪਿਆਰਾ ਹੁੰਦਾ। ਸੋ ਤੁਸੀਂ ਸਿੰਘੋ ਗਲਤੀ ਨਾ ਕਰੋ। ਗੱਲ ਜ਼ਿਆਦਾ ਵੱਧ ਗਈ ਅਤੇ ਉਸ ਵੇਲੇ ਮਹਾਰਾਜ ਨੇ ਇਹ ਗੱਲ ਕਹੀ ਵੀ ਦੇਖੋ, ਤੁਸੀਂ ਮੇਰੇ ਸਿੱਖ ਹੋ, ਮੈਂ ਤੁਹਾਨੂੰ ਪਰਮ ਪਦ ਤੱਕ ਪਹੁੰਚਾਉਣਾ, ਅਮਰਾਪੁਰੀ ਦਾ ਵਾਸਾ ਦਿਵਾਉਣਾ। ਅਤੇ ਗੁਰੂ ਦੇ ਉੱਤੇ ਜਦ ਸ਼ਰਧਾ ਕਿੰਨੀ ਹੁੰਦੀ ਹੈ, ਅਤੇ ਜਦ ਤੁਸੀਂ ਆਏ ਸੀ ਉਸ ਵੇਲੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਚਨ ਹਰੇਕ ਸਿੱਖ ਨੂੰ ਕਹਿੰਦਾ ਸੀ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਵਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਜੇ ਤਾਂ ਆਉਣਾ ਹੈ ਮੇਰੇ ਨਾਲ ਪ੍ਰੀਤ ਜੋੜਨੀ ਹੈ ਤਾਂ ਮਰ ਕੇ ਆ ਪਾਈ, ਮੈਂ ਤੈਨੂੰ ਉੱਚਾ ਕਰਨਾ, ਬੇਗਮਪੁਰੇ ਸ਼ਹਿਰ 'ਚ ਪਹੁੰਚਾਉਣਾ, ਤੇਰਾ ਜੰਮਣ ਮਰਨ ਕੱਟਣਾ, ਤੈਨੂੰ ਆਪਣਾ ਸਰੂਪ ਬਣਾਉਣਾ। ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਮੈਂ ਹੈ ਕਰੋ ਨਿਵਾਸ। ਪ੍ਰੇਮੀਓ ਇਹ ਦੇਹ ਕੀ ਹੈ, ਇਹ ਤਾਂ ਜਾਣੀ ਹੋ ਜਾਣੀ ਹੈ, ਇਹ ਤਾਂ ਰਹਿਣੀ ਨਹੀਂ ਹੈ। ਕਿਸੇ ਦੀ 100 ਸਾਲ ਦੀ ਉਮਰ ਹੋ ਗਈ, ਕਿਸੇ ਦੀ 50 ਦੀ ਹੋ ਗਈ, ਜਾਣਾ ਸਭ ਦਾ ਹੀ ਹੈ, ਇੱਥੇ ਰਹਿਣਾ ਨਹੀਂ ਕਿਸੇ ਨੇ, ਸੰਸਾਰ ਤੋਂ ਜਾਣਾ ਹੀ ਪੈਂਦਾ, ਸਭ ਨੂੰ ਵਾਰੀ ਆਈ ਤੇ ਜਾਣਾ ਪੈਂਦਾ ਹੈ। ਪਿਆਰ ਨਾਲ ਪੜੋ
ਦਰਗਾਹ ਵਿੱਚ ਵੀ ਸਹਾਇਤਾ ਕਰਨੀ ਹੈ। ਸੋ ਦੇਹ ਨੇ ਤਾਂ ਰਹਿਣਾ ਨਹੀਂ, ਇਹਨੇ ਤਾਂ ਜਾਣਾ ਹੀ ਜਾਣਾ। ਸੱਚੇ ਪਾਤਸ਼ਾਹ ਦੁੱਖ ਨਹੀਂ ਦੇਖਿਆ ਜਾਂਦਾ, ਦੁੱਖ ਬਹੁਤ ਲੱਗਦਾ, ਭੁੱਖ ਹੈ, ਤੁਸੀਂ ਛੱਡ ਦਿਓ। ਅਸੀਂ ਵੀ ਕਹਿੰਦੇ ਹਾਂ ਤੁਹਾਡੇ ਨਾਲ ਰਹਿੰਦਿਆਂ ਨੂੰ ਹੋ ਗਿਆ, ਸਾਡਾ ਵੀ ਕੋਈ ਬਚਨ ਮੰਨ ਲਓ। ਉਹ ਭਾਈ ਹੈ, ਬੱਚਿਆਂ ਨੂੰ ਪਰੇ ਕਰੋ, ਪਰੇ ਕਰੋ, ਬੱਚਿਆਂ ਨੂੰ ਬਾਹਰ ਲੈ ਜਾਓ, ਦੂਰ ਖੁੱਲ੍ਹਾ ਸੌਂਪੇ। ਸੋ ਕਹਿਣ ਲੱਗੇ ਵੀ ਸਿੱਖੀ ਦਾ ਤੁਸੀਂ ਆਦਰਸ਼ ਸਮਝਿਆ ਨਹੀਂ, ਸੰਸਾਰ ਤੋਂ ਤਾਂ ਜਾਣਾ ਹੀ ਜਾਣਾ, ਗੁਰੂ ਦੇ ਸਨਮੁੱਖ ਹੋ ਕੇ ਜਾਓ, ਦੇਹ ਬਚਣੀ ਨਹੀਂ ਹੈ। ਜਦ ਵਾਰ ਵਾਰ ਕਿਹਾ, ਕਹਿਣ ਲੱਗੇ ਚੰਗਾ ਫਿਰ ਐਂ ਕਰੋ, ਇਹ ਕਾਗਜ਼ ਦੇ ਉੱਤੇ ਮਹਾਰਾਜ ਨੇ ਇੱਕ ਲਾਈਨ ਲਿਖਤੀ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਆਹ ਲਾਈਨ ਕਹਿੰਦੇ ਲਓ ਇਹ 'ਤੇ ਦਸਖਤ ਕਰ ਦਿਓ, ਲਕੀਰ ਕੱਢਤੀ, ਦਸਖਤ ਹੋਣੇ ਸ਼ੁਰੂ ਹੋ ਗਏ। ਜਿਨ੍ਹਾਂ ਦੇ ਭਰੋਸੇ ਹਿੱਲੇ ਹੋਏ ਸੀ ਦਸਖਤ ਕਰਨ ਲੱਗ ਗਏ, ਸਾਰੇ ਦਸਖਤ ਕਰੇ। ਉਹ ਸਮਾਂ ਕਿਹਾ ਜਿਹਾ ਸੀ ਜੇ ਕੋਈ ਹੋਰ ਹੁੰਦਾ ਰੋਣ ਲੱਗ ਜਾਂਦਾ ਵੀ ਐਸੇ ਆੜੇ ਮੌਕੇ ਤੁਸੀਂ ਮੇਰਾ ਸਾਥ ਛੱਡ ਚੱਲੇ। ਲੇਕਿਨ ਗੁਰੂ ਮਹਾਰਾਜ ਗੰਭੀਰ ਹੋ ਰਹੇ ਨੇ, ਕਿਉਂਕਿ ਉਹ ਤਾਂ ਆਪ ਇਹ ਅਕਾਲ ਦੇ ਪੁੱਤਰ ਸੀ। ਮੈਂ ਆਪਣਾ ਸੁੱਤੋ ਹੀ ਨਵਾਜਾ, ਪੰਥ ਪ੍ਰਚਾਰ ਕਰ ਵੇ ਕੋ ਸਾਜਾ, ਜਾਹੇ ਤਾਂ ਤੁਮ ਧਰਮ ਬਥਾਰੋ, ਕੁਦ ਕਰਨ ਅਤੇ ਲੋਕ ਬਿਡਾਰੋ। ਸੋ ਉਸ ਵੇਲੇ ਮਹਾਰਾਜ ਜਮੀ 'ਚ ਨਹੀਂ ਆਏ, ਉਸੇ ਤਰ੍ਹਾਂ ਅਡੋਲ ਹੋਏ, ਕਹਿੰਦੇ ਅੱਛਾ ਚੰਗਾ ਜਾ ਸਕਦੇ ਹੋ। ਦੁਸ਼ਮਣ ਨੂੰ ਬੜੀ ਖੁਸ਼ੀ ਹੋਈ ਜਦ ਦਰਵਾਜ਼ਾ ਖੁੱਲ੍ਹ ਕੇ ਨਿਕਲ ਗਏ ਵੀ ਆਉਣ ਲੱਗ ਗਏ, ਆਉਣ ਹੁਣ ਇਕੱਲਾ ਗੁਰੂ ਰਹਿ ਜਾਏਗਾ। ਲੇਕਿਨ ਫਿਰ ਵੀ ਪਰਵਾਨੇ ਜਿਹੜੇ ਸ਼ਹੀਦੀਆਂ ਦੇਣ ਜਾਣਦੇ ਸੀ, ਜਿਨ੍ਹਾਂ ਨੂੰ ਜਿਨ੍ਹਾਂ ਦਾ ਦੇਹ ਅਧਿਆਸ ਟੁੱਟ ਚੁੱਕਿਆ ਸੀ, ਜਿਹੜੇ ਉੱਚੀਆਂ ਅਵਸਥਾਵਾਂ 'ਚ ਪਹੁੰਚ ਚੁੱਕੇ ਸੀ, ਜਿਨ੍ਹਾਂ ਨੂੰ ਆਤਮ ਗਿਆਨ ਹੋ ਕੇ ਪਤਾ ਲੱਗ ਗਿਆ ਸੀ ਕਿ ਮੈਂ ਸਰੀਰ ਨਹੀਂ, ਮੈਂ ਆਤਮਾ ਹਾਂ, ਉਹ ਗੁਰੂ ਦਾ ਸਾਥ ਨਹੀਂ ਛੱਡਦੇ। ਸੋ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਸਾਥ ਛੱਡ ਕੇ ਚਲੇ ਗਏ, ਘਰਾਂ ਦੇ ਅੰਦਰ ਪਹੁੰਚੇ, ਉੱਥੇ ਬਹੁਤ ਗੱਲਾਂ ਸੁਣਨੀਆਂ ਪਈਆਂ ਵੀ ਤੁਸੀਂ ਹੁਣ ਬਚ ਜਾਓਗੇ ਆ ਕੇ, ਅਤੇ ਇਹ ਤਾਂ ਜਾਣਾ ਹੀ ਜਾਣਾ ਸੰਸਾਰ ਤੋਂ, ਕਿਉਂ ਨਾ ਸਨਮੁੱਖ ਹੋ ਕੇ ਤੁਸੀਂ ਪ੍ਰਾਣ ਦਿੱਤੇ, ਹੁਣ ਕੀ ਕਰ ਲਓਗੇ ਇੱਥੇ। ਫਿਰ ਮੁੜ ਕੇ ਆਉਂਦੇ ਨੇ ਮੁਕਤਸਰ ਦੇ ਖਦਰਾਣੇ ਦੀ ਢਾਬ ਦੇ ਉੱਤੇ ਸ਼ਹੀਦੀਆਂ ਪਾਈਆਂ। ਉਸ ਵੇਲੇ ਗੁਰੂ ਮਹਾਰਾਜ ਨੇ ਬੜਾ ਪਿਆਰ ਕਰਕੇ ਇਕੱਲੇ ਇਕੱਲੇ ਦੇ ਕੋਲ ਪਹੁੰਚੇ ਅਤੇ ਬਹੁਤ ਸਾਰੇ ਦੇਖੇ ਵੀ ਕਿਸੇ ਵਿੱਚ ਸਾਹ ਹੈ, ਕੋਈ ਗੱਲ ਕਰਨ ਵਾਲਾ ਹੈ ਇਹਨਾਂ 'ਚ, ਕਿਉਂਕਿ ਗੁਰੂ, ਮੈਂ ਇੱਕ ਬੇਨਤੀ ਕਰਦਾ ਸੀ ਕਿ ਗੁਰੂ ਕਦੇ ਵੀ ਸਿੱਖ ਨੂੰ ਨਹੀਂ ਛੱਡਦਾ, ਜਦ ਛੱਡੇਗਾ ਸਿੱਖ ਗੁਰੂ ਨੂੰ ਛੱਡੇਗਾ, ਅੱਜ ਤੱਕ ਨਹੀਂ ਗੁਰੂ ਨੇ ਛੱਡਿਆ, ਕੋਈ ਮਿਸਾਲ ਐਸੀ ਨਹੀਂ। ਗੁਰੂ ਨਾਨਕ ਪਾਤਸ਼ਾਹ ਆਪ ਜੀ ਜਾਂਦੇ ਜਾਂਦੇ ਸਿਆਲਕੋਟ ਪਹੁੰਚ ਗਏ, ਉੱਥੇ ਇੱਕ ਪੀਰ ਸੀ,
ਹਮਜ਼ਾ ਗੌਸ ਉਸਦਾ ਨਾਮ ਸੀ ਅਤੇ ਉਹ ਸ਼ਹਿਰ ਨੂੰ ਗਰਕ ਕਰ ਰਿਹਾ ਸੀ 40 ਦਿਨ ਦਾ ਚਿਲਾ ਕੱਟ ਕੇ। 25 ਦਿਨ ਹੋ ਚੁੱਕੇ ਸੀ, ਪੀਰ ਕਰਾਮਾਤੀ ਸੀ, ਸਾਰੇ ਸ਼ਹਿਰ 'ਚ ਸਹਿਮ ਛਾਇਆ ਹੋਇਆ ਸੀ ਬਈ ਪੀਰ ਨੇ ਜ਼ਰੂਰ ਸ਼ਹਿਰ ਇਹ ਗਰਕ ਕਰ ਦੇਣੇ। ਗੁਰੂ ਨਾਨਕ ਪਾਤਸ਼ਾਹ ਦੇ ਪਾਸ ਆਵਾਜ਼ ਪਹੁੰਚਦੀ ਹੈ, ਹੁਕਮ ਆਉਂਦਾ ਹੈ ਕਿ ਜਾਓ ਜਨ ਬਚਾਓ ਜਨਤਾ ਨੂੰ, ਬੇਗਨਾਹ ਮਾਰੇ ਜਾ ਰਹੇ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਭਾਈ ਰੂਪੇ ਦੇ ਨਾਲ ਆ ਕੇ ਆਪ ਸਿਆਲਕੋਟ ਦੇ ਕਬਰਸਤਾਨ 'ਚ ਬੈਠ ਗਏ, ਬੇਰੀ ਦੇ ਥੱਲੇ ਬੈਠੇ ਅਤੇ ਉੱਥੇ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆ ਐਂ ਕਰ, ਉਹ ਸਾਹਮਣੇ ਜਿਹੜਾ ਗੁੰਬਦ ਨੀਂਦਾ ਹੈ ਉੱਥੇ ਪੀਰ ਦੇ ਪਾਸ ਜਾ। ਮਰਦਾਨਾ ਕਹਿਣ ਲੱਗਿਆ, ਮਹਾਰਾਜ ਕੀ ਕਹਾਂ? ਕਹਿੰਦੇ ਕਹੀਂ ਬਈ ਤੈਨੂੰ ਗੁਰੂ ਨਾਨਕ ਬੁਲਾ ਰਿਹਾ। ਮਰਦਾਨਾ ਗਿਆ ਅਤੇ ਜਾ ਕੇ ਉੱਥੇ ਉਹਦੇ ਮਰੀਦਾਂ ਨੂੰ ਮਿਲਿਆ, ਕਹਿਣ ਲੱਗੇ ਪੀਰ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਸੁਨੇਹਾ ਦੇ ਦਿਉ। ਕਹਿਣ ਲੱਗੇ ਪੀਰ ਜੀ ਤਾਂ ਚਿਲੇ 'ਚ ਨੇ, ਅੱਜ 15 ਦਿਨ ਰਹਿ ਗਏ, 25 ਦਿਨ ਲੰਘ ਗਏ ਨੇ, ਉਹਨੇ ਤਾਂ ਪੂਰਾ ਚਲਾ ਕਰਕੇ ਉੱਠਣਾ, ਅਸੀਂ ਨਹੀਂ ਕਹਿ ਸਕਦੇ। ਮਹਾਰਾਜ ਕੋਲ ਮੁੜ ਆਇਆ, ਮਹਾਰਾਜ ਕਹਿਣ ਲੱਗੇ ਕਿਉਂ ਮਰਦਾਨਿਆ? ਕਿਹਾ ਆਉਂਦਾ ਪੀਰ? ਕਹਿੰਦੇ ਨਾ ਮਹਾਰਾਜ, ਉਹ ਤਾਂ ਸੁਨੇਹਾ ਹੀ ਨਹੀਂ ਦਿੰਦੇ। ਕਹਿੰਦੇ ਜਾ ਦੂਜੀ ਵਾਰੀ। ਦੂਜੀ ਵਾਰੀ ਹੋਰ ਕਰੜਾ ਜਵਾਬ ਦਿੱਤਾ। ਤੀਸਰੀ ਵਾਰੀ ਫਿਰ ਮਰਦਾਨਾ ਗਿਆ, ਕਹਿਣ ਲੱਗੇ ਤੂੰ ਫਿਰ ਵਾਰ ਵਾਰ ਆਈ ਜਾਂਦਾ, ਜਾਂ ਤੈਨੂੰ ਇੱਕ ਵਾਰੀ ਕਹਿਤਾ ਅਸੀਂ ਪੀਰ ਨੂੰ ਨਹੀਂ ਦੱਸਣਾ। ਮਹਾਰਾਜ ਕਹਿੰਦੇ ਮਰਦਾਨਿਆ ਹੁਣ ਐਂ ਕਹਿ ਆਈ ਵੀ ਪੀਰ ਆਪੇ ਹੀ ਆਜੂ। ਸੋ ਵਾਪਸ ਆ ਗਏ, ਕਹਿੰਦੇ ਮਹਾਰਾਜ ਆਇਆ ਨਹੀਂ। ਕਹਿੰਦੇ ਕੋਈ ਨਾ, ਕੀ ਟਾਈਮ ਹੋਇਆ? ਕਹਿੰਦੇ ਮਹਾਰਾਜ 11:30 ਹੋਏ ਨੇ। ਕਹਿੰਦੇ ਪਰਮੇਸ਼ੁਰ ਦਾ ਭਜਨ ਕਰੋ ਭਾਈ, 12:30 ਵਜੇ ਆਪੇ ਹੀ ਆ ਜਾਣਾ ਨੇ। ਜਿਸ ਬਾਅਦ ਦੁਪਹਿਰੇ ਦੀ ਘੜਿਆਲ ਵੱਜੀ, ਨਾਲ ਦੀ ਨਾਲ ਜਿਵੇਂ ਬਿਜਲੀ ਗਿਰਦੀਆਂ ਕਰੜ ਕਰੜ ਦੀ ਆਵਾਜ਼ ਆਈ। ਸਾਰੇ ਚੌਂਕੇ ਵੀ ਆਵਾਜ਼ ਕਿੱਥੋਂ ਆਈ, ਅਤੇ ਦੇਖਿਆ ਕੁਛ ਪੀਰ ਦੇ ਡੇਰੇ ਵਿੱਚ ਰੌਲਾ ਪਿਆ ਹੋਇਆ ਅਤੇ ਬਾਹਰ ਨਿਕਲ ਰਹੇ ਨੇ, ਕੋਈ ਗੱਲਬਾਤ ਹੋ ਰਹੀ ਹੈ, ਅਤੇ ਸਾਰਾ ਸ਼ਹਿਰ ਗੁਰੂ ਨਾਨਕ ਪਾਤਸ਼ਾਹ ਵੱਲ ਨੂੰ ਆ ਰਿਹਾ। ਇੱਧਰੋਂ ਪੀਰ ਪਾਲਕੀ 'ਚ ਬੈਠ ਕੇ ਗੁਰੂ ਨਾਨਕ ਪਾਤਸ਼ਾਹ ਵੱਲ ਨੂੰ ਕੁਛ ਵਚਨ ਕਰਦਾ ਆਉਂਦਾ, ਕਹਿੰਦਾ ਕਿਹਨੇ ਕੌਣ ਆਇਆ ਸੀ, ਕਿਹਨੇ ਤੋੜ ਦਿੱਤਾ? ਕਹਿੰਦੇ ਗੁਰੂ ਨਾਨਕ ਬੈਠਾ ਉੱਥੇ, 3 ਵਾਰੀ ਉਹਦਾ ਬੰਦਾ ਆਇਆ ਸੀ। ਕਹਿੰਦੇ ਤੁਸੀਂ ਮੈਨੂੰ ਕਿਉਂ ਨਾ ਦੱਸਿਆ? ਕਹਿੰਦੇ ਤੁਹਾਡਾ ਚਿਲਾ ਟੁੱਟ ਜਾਣਾ ਸੀ ਪੀਰ ਜੀ। ਕਹਿੰਦੇ ਤੁਸੀਂ ਅਕਲ ਤੋਂ ਤਾਂ ਕੰਮ ਲੈਣਾ ਸੀ ਵੀ ਗੁਰੂ ਨਾਨਕ ਇਸ ਵੇਲੇ ਦਾ ਜੋ ਕਰਤਾ ਧਰਤਾ ਹੈ ਸਾਰੇ ਸੰਸਾਰ ਨੂੰ ਤਾਰਨ ਵਾਸਤੇ ਆਇਆ, ਉਹਦੀ ਵਗਿਆ ਮੇਰੇ ਤੋਂ ਕਰਾ ਦਿੱਤੀ ਤੁਸੀਂ। ਤੁਸੀਂ ਮੈਨੂੰ ਦੱਸਣਾ ਸੀ ਵੀ, ਹੁਣ ਵੀ ਤਾਂ ਜਾਣਾ ਹੀ ਪਿਆ ਮੈਨੂੰ। ਜੇ ਉਹਨੇ ਕਹਿਤਾ ਸੀ ਵੀ ਆ ਜੂਗਾ 12 ਵਜਦੇ ਨੂੰ, ਫਿਰ ਤੁਸੀਂ ਕਿਉਂ ਨਾ ਮੈਨੂੰ ਦੱਸਿਆ? ਉਸ ਵੇਲੇ ਪੀਰ ਆ ਗਿਆ, ਆ ਕੇ ਕਹਿਣ ਲੱਗਿਆ ਮਹਾਰਾਜ ਕੀ ਹੁਕਮ ਹੈ? ਕਹਿੰਦੇ ਪੀਰ ਜੀ, ਸਾਧੂ ਸਦਾ ਹੀ ਠੰਡੇ ਹੁੰਦੇ ਨੇ, ਸਾਧੂ ਦੇ ਅੰਦਰ ਸ਼ਾਂਤੀ ਹੁੰਦੀ ਹੈ ਬਰਫ਼ ਵਰਗੀ, ਸਾਧੂ ਗਰਮ ਨਹੀਂ ਹੁੰਦਾ ਕਦੇ ਵੀ, ਕਿਉਂਕਿ ਪਰਮੇਸ਼ੁਰ ਦਾ ਨਾਮ ਠੰਡਾ ਹੈ, ਉਹਦੇ ਹਿਰਦੇ 'ਚ ਠੰਡ ਰਹਿੰਦੀ ਹੈ ਅਤੇ ਸੰਸਾਰ ਨੂੰ ਠੰਡ ਪਾਉਂਦਾ। ਜਿਹੜਾ ਉਹਦੇ ਨੇੜੇ ਆ ਜਾਵੇ ਉਹ ਵੀ ਠੰਡਾ ਹੋ ਜਾਂਦਾ, ਤਪਿਆ ਹੋਇਆ ਬੰਦਾ ਉੱਥੋਂ ਸ਼ਾਂਤ ਹੋ ਕੇ ਜਾਂਦਾ ਹੈ। ਆਹ ਕੀ ਗੱਲ ਪੀਰ ਜੀ, ਤੁਸੀਂ ਸਾਰੇ ਸ਼ਹਿਰ ਨੂੰ ਗਰਕ ਕਰਨ ਵਾਸਤੇ ਕਿੰਨੇ ਅਸ਼ਾਂਤ ਹੋਏ, ਕਿੰਨਾ ਕ੍ਰੋਧ ਆਪਣੇ ਉੱਤੇ ਲਿਆ। ਕਹਿੰਦੇ ਮਹਾਰਾਜ, ਇਹ ਝੂਠਿਆਂ ਦਾ ਸ਼ਹਿਰ ਹੈ, ਇਹ ਗਰਕ ਕਰਨ ਵਾਲਾ ਹੀ ਸ਼ਹਿਰ ਹੈ। ਮਹਾਰਾਜ ਕਹਿਣ ਲੱਗੇ, ਪੀਰ ਜੀ ਕਰੇ ਗੀਗਾ ਅਤੇ ਭਰੇ ਬੀਬਾ, ਕੀ ਗੱਲ ਹੈ? ਕਹਿਣ ਲੱਗੇ ਮਹਾਰਾਜ, ਇੱਥੇ ਗੀਗਾ ਖੱਤਰੀ ਹੈ, ਉਹਦੇ ਔਲਾਦ ਨਹੀਂ ਸੀ ਹੁੰਦੀ ਅਤੇ ਮੇਰੇ ਪਾਸ ਆਇਆ ਅਤੇ ਮੈਂ ਕਿਹਾ ਬਈ ਚੰਗਾ, ਅੱਲਾਹ ਤਾਲਾ ਦੀ ਰਹਿਮਤ ਦੇ ਨਾਲ ਤੇਰੇ ਘਰ 2 ਪੁੱਤਰ ਹੋਣਗੇ ਅਤੇ ਪਹਿਲਾਂ ਮੈਨੂੰ ਦੇ ਦੀ। ਇਹ ਮੰਨਤ ਮੰਨ ਕੇ ਚਲਿਆ ਗਿਆ ਮਹਾਰਾਜ, ਫਿਰ ਪੁੱਤਰ ਹੋ ਗਿਆ ਅਤੇ ਅਸੀਂ ਸੁਨੇਹਾ ਭੇਜਿਆ ਅਤੇ ਮੈਨੂੰ ਕਹਿਣ ਲੱਗਿਆ ਪੀਰ ਜੀ ਇੱਕ ਤਾਂ ਹੋ ਗਿਆ, ਖਬਰਾਂ ਦੂਆ ਹੋਵੇ ਕਿ ਨਾ ਹੋਵੇ ਇਹ ਤਾਂ ਅਸੀਂ ਦੇਖ ਲਿਆ, ਦੂਆ ਤੁਹਾਨੂੰ ਦੇ ਦਾਂਗੇ। ਕਹਿੰਦੇ ਦੂਆ ਵੀ ਹੋ ਗਿਆ, ਜਾਂ ਅਸੀਂ ਫਿਰ ਸੁਨੇਹਾ ਭੇਜਿਆ, ਕਹਿਣ ਲੱਗਿਆ ਪੀਰ ਜੀ ਇਹ ਤਾਂ ਸਾਨੂੰ 2 ਤਾਂ ਚਾਹੀਦੇ ਹੀ ਨੇ, ਤੀਸਰਾ ਦੇ ਦਿਓ। ਕਹਿੰਦੇ ਅਸੀਂ ਫਿਰ ਦੁਆ ਕਰੀ, ਤੀਸਰਾ ਮਿਲ ਗਿਆ। ਇਸੇ ਤਰ੍ਹਾਂ ਚੌਥਾ ਦੇ ਤਾ, 4 ਪੁੱਤਰ ਹੋ ਗਏ। ਅਸੀਂ ਕਿਹਾ ਵੀ ਇੱਕ ਤਾਂ ਦੇ ਦੇ। ਕਹਿੰਦਾ ਤੁਸੀਂ ਸਾਧ ਆਦਮੀ, ਤੁਸੀਂ ਕੀ ਕਰਨਾ ਪੁੱਤਰ? ਅਸੀਂ ਹਿੰਦੂ, ਤੁਸੀਂ ਮੁਸਲਮਾਨ, ਅਤੇ ਅਸੀਂ ਸ਼ਹਿਰ ਵਾਲਿਆਂ ਨੂੰ ਵੀ ਕਿਹਾ ਵੀ ਇਹ ਵਹਿਦਾ ਫਰਮੋਸ਼ ਹੋ ਰਿਹਾ, ਮੰਨਤ ਮੰਨ ਕੇ ਮੰਨਤ ਤੋਂ ਵਾਪਸ ਜਾ ਰਿਹਾ, ਕਿਉਂਕਿ ਜਦੋਂ ਆਦਮੀ ਸੁੱਖਣਾ ਸੁੱਖ ਲਵੇ ਫਿਰ ਪਿੱਛੇ ਨਹੀਂ ਹਟਣਾ ਚਾਹੀਦਾ।
ਗੁਰੂ ਨੂੰ ਤੁਸੀਂ ਲੱਖ ਰੁਪਈਆ ਭੇਟਾ ਕਰ ਦਿਓ, ਇੱਕ ਰੁਪਈਆ ਕਰ ਦਿਓ, ਪਰ ਸੁਖਣਾ ਦੇ ਵਿੱਚ ਕਦੇ ਘੱਟ ਵੱਧ ਨਹੀਂ ਕੋਈ ਵੀ ਲੈਣਾ। ਗੁਰੂ ਨੌਵੇਂ ਪਾਤਸ਼ਾਹ ਦੇ ਪਾਸ ਜਦ ਆਇਆ ਮੱਖਣ ਸ਼ਾਹ ਲਵਾਣਾ, ਉੱਥੇ 22 ਗੁਰੂ ਬੈਠੇ, ਪਤਾ ਨਾ ਲੱਗੇ ਵੀ ਅਸਲੀ ਗੁਰੂ ਕਿਹੜਾ। ਉਸ ਵੇਲੇ ਉਹਨੇ ਇੱਕ ਤਰਕੀਬ ਕਰੀ ਵੀ ਦੋ ਦੋ ਮੋਹਰਾਂ ਸਭ ਨੂੰ ਦੇਈ ਜਾਓ, ਜਿਹੜਾ ਗੁਰੂ ਹੋਊ ਬੋਲ ਕੇ ਮੰਗ ਲਏਗਾ। ਸਾਰਿਆਂ ਨੂੰ ਦੇਤੀਆਂ, ਕਿਸੇ ਨੇ ਨਾ ਮੰਗੀਆਂ। ਅਖੀਰ ਪੁੱਛਣ ਲੱਗਿਆ ਵੀ ਕੋਈ ਹੋਰ ਵੀ ਹੈ, ਇੱਕ ਬੱਚਾ ਖੜਾ ਸੀ, ਕਹਿਣ ਲੱਗਿਆ ਇੱਕ ਇੱਥੇ ਗੁਰੂ ਦੀ ਔਲਾਦ ਵਿੱਚੋਂ ਰਹਿੰਦਾ, ਗੁਰੂ ਹਰਗੋਬਿੰਦ ਸਾਹਿਬ ਦਾ ਲੜਕਾ, ਅਤੇ ਉਹਨੂੰ ਲੋਕ ਖਿੱਚ ਕੇ ਤੇਗਾ ਕਹਿੰਦੇ ਨੇ, ਉਹ ਹੈਗਾ, ਉਹ ਹੈ ਬੜੇ ਚੰਗੇ। ਕਹਿਣ ਲੱਗਿਆ ਕਿੱਥੇ ਨੇ? ਦਸ ਪਾਤੀ ਉਹਨੇ। ਉੱਥੇ ਵੀ ਚਲਿਆ ਗਿਆ ਜਾ ਕੇ, ਜਾਂ ਨਮਸਕਾਰ ਕਰਕੇ ਦੋ ਮੋਹਰਾਂ ਦੀ ਥਾਂ 'ਤੇ ਪੰਜ ਦਿੱਤੀਆਂ ਵੀ ਗੁਰੂ ਦੀ ਅੰਸ ਹੈ। ਤਾਂ ਮਹਾਰਾਜ ਇੱਕ ਚਾਦਰ 'ਚ ਬੈਠੇ ਸੀ ਅਤੇ ਚਾਦਰ ਪਰੇ ਕਰਕੇ ਮੋਢਾ ਅੱਗੇ ਕਰਦਾ, ਕਹਿਣ ਲੱਗੇ ਮੱਖਣ ਸ਼ਾਹ 500 ਸੁੱਖੀਆਂ ਅਤੇ 5 ਦਿਨਾਂ ਪੂਰਾ ਕਰ। ਹੁਣ ਖੁਸ਼ੀ ਚੜ ਗਈ ਕਿ ਲੁਕਿਆ ਹੋਇਆ ਛੁਪਿਆ ਹੋਇਆ ਗੁਰੂ ਪ੍ਰਗਟ ਹੋ ਗਿਆ, ਰੌਲਾ ਪਾਤਾ। ਸੋ ਸੁਖਣਾ ਦੇ ਵਿੱਚ ਬਾਬਾ ਸਾਹਿਬ ਸਿੰਘ ਜੀ ਉਨੇ ਵਾਲੇ, ਗੁਰਦਿੱਤ ਸਿੰਘ ਇੱਕ ਰਈ ਸੀ, ਉਸਦੇ ਪੁੱਤਰ ਨਹੀਂ ਸੀ ਹੁੰਦਾ, ਉਸਨੇ ਸੁਖਣਾ ਸੁਖੀ ਵੀ ਮਾਂ ਬਾਬਾ ਜੀ ਮੈਂ 5 ਘੋੜੇ ਭੇਜਾਂਗਾ, ਆਹ ਘੋੜਾ ਭੇਜਾਂਗਾ ਮੇਰੇ ਕੋਲ ਬਹੁਤ ਵਧੀਆ, ਅਤੇ ਤੁਸੀਂ ਕਿਰਪਾ ਕਰੋ ਮੇਰੇ ਔਲਾਦ ਹੋ ਜਾਵੇ। ਔਲਾਦ ਹੋ ਗਈ ਅਤੇ ਘੋੜੇ ਭੇਜਣ ਵੇਲੇ ਉਸਨੇ ਕਿਹਾ ਬਾਬੇ ਨੇ 5 ਕੀ ਕਰਨੇ ਆ, 4 ਥੋੜ੍ਹੇ ਨੇ, 4 ਭੇਜ ਦਿੱਤੇ। ਉਹ ਘੋੜਾ ਰੋਕ ਲਿਆ ਅਤੇ ਜਦੋਂ ਬਾਬਾ ਜੀ ਦੇ ਪਾਸ ਆਏ 4 ਘੋੜੇ ਲੈ ਕੇ ਉਹਦੇ ਵਜ਼ੀਰ, ਤਾਂ ਬਾਬਾ ਜੀ ਕਹਿਣ ਲੱਗੇ ਆਹ ਵੀ ਲੈ ਜਾਓ 4, ਸਾਨੂੰ ਨਹੀਂ ਕੋਈ ਚਾਹੀਦਾ, ਲੈ ਜਾਓ ਇੱਥੋਂ ਵਾਪਸ ਜਾਓ। ਕਹਿੰਦੇ ਜਿਹੜਾ ਰੱਖਿਆ ਹੈ ਉਹ ਹੁਣ ਤੁਹਾਡੇ ਕੋਲ ਰਹਿ ਜਾਏਗਾ, ਉਹਦੀ ਤਾਂ ਮੌਤ ਆਈ ਹੋਈ ਹੈ। ਘਰ ਚਲੇ ਗਏ, ਜਾ ਕੇ ਬਾਬਾ ਜੀ ਦੱਸ ਦਿੱਤਾ ਗੁਰਦੇਵ ਸਿੰਘ ਨੂੰ ਵੀ ਬਾਬਾ ਜੀ ਨੇ ਤਾਂ ਇਹ ਕਿਹਾ 5 ਸੁੱਖ ਕੇ 4 ਲਿਆਏ, ਉਹ 4 ਵੀ ਲੈ ਜਾਓ ਸਾਨੂੰ ਚਾਹੀਦੇ, ਅਤੇ ਉਹ ਘੋੜਾ ਤੁਹਾਡੇ ਕੋਲ ਨਹੀਂ ਰਹਿਣਾ। ਸਰਦਾਰ ਚੁੱਪ ਕਰ ਗਿਆ ਅਤੇ ਉਹਦੇ ਬਾਅਦ ਕੀ ਹੋਇਆ ਕਿ ਘੋੜਾ ਚੜ੍ਹਾਈ ਕਰ ਗਿਆ, ਡਰ ਗਿਆ ਵੀ ਪਤਾ ਨਹੀਂ ਕੀ ਕੁਛ ਹੋਵੇ, 5-6 ਘੋੜੇ 7 ਘੋੜੇ ਲੈ ਕੇ ਆਇਆ, ਮਿੰਨਤਾਂ ਕਰਦਾ। ਬਾਬਾ ਜੀ ਕਹਿਣ ਲੱਗੇ ਸੁਖਣਾ ਸੁਖੀ ਸੀ ਤੈਂ, ਅਤੇ ਸੁਖਣਾ ਪੂਰੀ ਨਹੀਂ ਕਰੀ, ਇਹ ਗੱਲ ਤੇਰੀ ਠੀਕ ਨਹੀਂ ਹੈ। ਸੋ ਇਸ ਤਰ੍ਹਾਂ ਦੇ ਨਾਲ ਜਦ ਵੀ ਕੋਈ ਸੁਖਣਾ ਸੁਖਦਾ ਹੈ ਫਿਰ ਕੀ ਹੁੰਦਾ ਹੈ, ਘਰ ਵਿੱਚ ਕਲੇਸ਼, ਬਿਮਾਰੀ, ਵਿਘਨ, ਬਹੁਤ ਕੁਛ ਆਉਣਾ ਸ਼ੁਰੂ ਹੋ ਜਾਂਦਾ, ਕਿਉਂਕਿ ਗੁਰੂ ਦਾ ਦਿੱਤਾ ਨਹੀਂ ਹੈ ਸੁਖਿਆ। ਗੁਰੂ ਦਿੰਦਾ ਸਭ ਨੂੰ, ਗੁਰੂ ਨੂੰ ਬਿਲਕੁਲ ਕੋਈ ਕਿਸੇ ਤੋਂ ਆਸ ਨਹੀਂ ਹੈ ਵੀ ਕੋਈ ਲਿਆਵੇ, ਉਹ ਤਾਂ ਉਹਨਾਂ ਦਾ ਭਲਾ ਕਰਨ ਵਾਸਤੇ ਮਾਇਆ ਸਫਲੀ ਕਰਦਾ, ਪਰ ਸੁਖਣਾ ਵਾਲੀ ਦਾ ਜ਼ਰੂਰ ਹੋਇਆ ਕਰਦਾ ਵੀ ਕਹਿ ਕੇ ਮੁੱਕਰ ਗਿਆ ਹੈ। ਸੋ ਇਸ ਤਰ੍ਹਾਂ ਕਹਿਣ ਲੱਗੇ ਮਹਾਰਾਜ ਇਹ ਮੁੱਕਰ ਗਿਆ। ਕਹਿੰਦੇ ਪੀਰ ਜੀ ਕੋਈ ਨਾ, ਸੰਤ ਫਿਰ ਵੀ ਦਿਆਲੂ ਹੁੰਦੇ ਨੇ, ਪਰ ਸਾਰਾ ਸ਼ਹਿਰ ਨਹੀਂ ਨਾ, ਇਹਨੂੰ ਤੁਸੀਂ ਇਕੱਲੇ ਨੂੰ ਸਜ਼ਾ ਦਿਓ। ਕਹਿੰਦੇ ਮਹਾਰਾਜ ਇਹ ਸਾਰਾ ਸ਼ਹਿਰ ਗਰਕ ਕਰਨ ਨਾਲ, ਪਹਿਲੀ ਵਾਰੀ ਜਦੋਂ ਪੂਰਨ ਦੇ ਹੱਥ ਪੈਰ ਕੱਟੇ ਨੇ ਜਦ ਗਰਕ ਹੋਇਆ ਸੀ ਇਹ, ਅਤੇ ਹੁਣ ਮਹਾਰਾਜ ਇਹ ਫਿਰ ਝੂਠਿਆਂ ਦਾ ਸ਼ਹਿਰ ਹੈ ਅਤੇ ਮੈਂ ਇਹਨਾਂ ਨੂੰ ਸਜ਼ਾ ਦੇਣੀ ਚਾਹੁੰਦਾ ਸਾਰੇ ਸ਼ਹਿਰ ਨੂੰ। ਮਹਾਰਾਜ ਕਹਿੰਦੇ ਨਾ, ਸੰਤ ਨਹੀਂ ਦਿੰਦੇ ਹੁੰਦੇ, ਸੰਤਾਂ ਦਾ ਕੰਮ ਨਹੀਂ ਹੈ, ਪਰ ਫਿਰ ਸਾਰਾ ਸ਼ਹਿਰ ਝੂਠਿਆਂ ਦਾ ਨਹੀਂ ਹੈ। ਉਸ ਵੇਲੇ ਆਪ ਨੇ ਪ੍ਰਤਿਆਉਣ ਵਾਸਤੇ ਇੱਕ ਟਕਾ ਮਰਦਾਨੇ ਨੂੰ ਦਿੱਤਾ ਕਿ ਮਰਦਾਨਿਆਂ ਇੱਕ ਪੈਸੇ ਦਾ ਸੱਚ ਲਿਆ, ਇੱਕ ਦਾ ਲਿਆ ਝੂਠ, ਹੱਟੀ ਹੱਟੀ ਫਿਰਦਾ ਹੋਕਾ ਦਿੰਦਾ ਵੀ ਮੈਨੂੰ ਆਹ ਸੌਦਾ ਚਾਹੀਦਾ। ਇੱਕ ਨੌਜਵਾਨ 22 ਸਾਲ ਦਾ, ਉਹਨੇ ਪਰਚੀਆਂ ਦੋ ਦੇਤੀਆਂ, ਕਹਿੰਦਾ ਲੈ ਟਕਾ ਰੱਖ ਲਿਆ। ਗੁਰੂ ਮਹਾਰਾਜ ਕੋਲ ਆ ਗਏ, ਕਹਿੰਦੇ ਲਿਆਇਆ ਸੌਦਾ? ਕਹਿੰਦੇ ਹਾਂ ਮਹਾਰਾਜ, 2 ਕੁੜੀਆਂ ਦੇ ਵਿੱਚ ਹੈ, ਮੈਨੂੰ ਨਹੀਂ ਪਤਾ ਕੀ ਹੈ। ਕਹਿੰਦੇ ਪੀਰ ਜੀ ਖੋਲ੍ਹਤਾ, ਉੱਥੇ ਲਿਖਿਆ ਹੋਇਆ ਮਰਨਾ ਸੱਚ ਜਿਉਣਾ ਝੂਠ। ਕਹਿੰਦੇ ਕਿਉਂ ਪੀਰ ਜੀ? ਜਿੱਥੇ ਇੱਕ ਬੰਦਾ ਵੀ ਐਸਾ ਹੋਵੇ ਕਿਸੇ ਨਗਰ ਦੇ ਅੰਦਰ, ਕਿਸੇ ਪਿੰਡ ਦੇ ਅੰਦਰ, ਜਿਹਨੂੰ ਇਹ ਪਤਾ ਹੋਵੇ ਕਿ ਮਰ ਜਾਣਾ ਹੈ, ਉਹ ਨਗਰ ਤਾਂ ਚੰਗਿਆਂ ਦਾ ਹੁੰਦਾ, ਮਾੜਿਆਂ ਦਾ ਨਹੀਂ ਹੁੰਦਾ, ਉਹਦੀ ਬਦੌਲਤ ਸਾਰਾ ਸ਼ਹਿਰ ਸਾਰਾ ਪਿੰਡ ਵੱਸਦਾ। ਅਤੇ ਇਸ ਤਰ੍ਹਾਂ ਦੇ ਨਾਲ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆਂ ਉਹਨੂੰ ਲੈ ਕੇ ਆ। ਜਦੋਂ ਲੈ ਆਉਂਦਾ, ਕਹਿੰਦੇ ਕਿਉਂ ਬੇਟਾ, ਇਹ ਜਿਹੜੀ ਤੂੰ ਗੱਲ ਕਹੀ ਹੈ ਕਿ ਮਰਨਾ ਸੱਚ ਅਤੇ ਜਿਉਣਾ ਝੂਠ, ਇਹ ਤੂੰ ਦਿਲੋਂ ਮੰਨਦਾ ਕਿ ਉੱਤੋਂ ਉੱਤੋਂ ਮੰਨਦਾ? ਕਹਿੰਦੇ ਮਹਾਰਾਜ, ਦਿਲੋਂ ਤਾਂ ਨਹੀਂ ਮੈਂ ਮੰਨਦਾ, ਦਿਲੋਂ ਤਾਂ ਮੈਂ ਇਹ ਮੰਨਦਾ ਕਿ ਮੈਂ ਸੰਸਾਰ 'ਚ ਰਹਿਣਾ, ਕਿਉਂਕਿ ਮੇਰੇ ਰਿਸ਼ਤੇਦਾਰ ਹੋਰ, ਮੈਂ ਰੋਜ਼ ਦੇਖਦਾ ਸ਼ਮਸ਼ਾਨ ਭੂਮੀ ਵੱਲ ਜਾਂਦਾ ਕਿ ਕਿੰਨੇ ਬੰਦਿਆਂ ਦਾ ਸੰਸਕਾਰ ਹੁੰਦਾ, ਪਰ ਮਹਾਰਾਜ
ਉਹ ਤਾਂ ਮੈਨੂੰ ਪਤਾ ਵੀ ਸੰਸਾਰ 'ਤੇ ਰਹਿਣਾ ਨਹੀਂ, ਪਰ ਜਿਸ ਤਰ੍ਹਾਂ ਆਪ ਪੁੱਛਦੇ ਹੋ ਉਸ ਤਰ੍ਹਾਂ ਨਹੀਂ ਪਤਾ, ਮੇਰੇ ਨੇਚੇ 'ਚ ਨਹੀਂ ਹੈ ਮੈਂ ਚਲੇ ਜਾਣ। ਜੇ ਨੇਚੇ 'ਚ ਨਹੀਂ ਹੈ ਤਾਂ ਫਿਰ ਸਾਧ ਸੰਗਤ ਜੀ ਪਰਮੇਸ਼ੁਰ ਦਾ ਭਜਨ ਨਹੀਂ ਹੋਇਆ ਕਰਦਾ। ਆਦਮੀ ਭਜਨ ਨਹੀਂ ਕਰ ਸਕਦਾ, ਬੰਦਗੀ ਨਹੀਂ ਕਰ ਸਕਦਾ, ਨਾਮ ਨਹੀਂ ਜਪ ਸਕਦਾ, ਕਿਉਂਕਿ ਉਹ ਸੰਸਾਰ ਦੀਆਂ ਹੀ ਵਿਉਂਤਾਂ ਬਣਾਈ ਜਾਂਦਾ। ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ, ਮਰਨਾ ਮਨ ਤੋਂ ਵਿਸਰ ਜਾਂਦਾ ਅਤੇ ਭੁੱਲਿਆ ਰਹਿੰਦਾ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦਾ, ਮਾਰਾ।
ਲੱਗ ਗਏ ਨਹੀਂ ਮਰਨ ਪਛਾਣੀ। ਮੌਤ ਯਾਦ ਨਹੀਂ ਆਉਂਦੀ, ਭਾਵੇਂ ਮੌਤ ਵਾਰਨਿੰਗ ਦਿੰਦੀ ਹੈ, ਪਹਿਲਾਂ ਸੰਬੰਧੀ ਜਾਣਨਾ ਸ਼ੁਰੂ ਕਰ ਦਿੰਦੇ ਨੇ, ਹੋ ਹੀ ਜਾਂਦਾ, ਅਫਸੋਸ ਕਰੇ ਆਉਂਦਾ, ਮੁਕਾਣ ਦੇ ਆਉਂਦਾ, ਕਦੇ ਨਹੀਂ ਸੋਚਦਾ ਕਿ ਮੈਂ ਵੀ ਇੱਥੋਂ ਚਲੇ ਜਾਣਾ, ਯਾਦ ਹੀ ਨਹੀਂ ਆਉਂਦੀ ਇਹ ਗੱਲ। ਜੇ ਯਾਦ ਹੋਵੇ ਤਾਂ ਬਿਸਤਰਾ ਬੰਨਣਾ ਸ਼ੁਰੂ ਕਰ ਦਿੰਦਾ ਆਦਮੀ, ਭਾਈ ਆਪਣਾ ਕਲੋਜ਼ ਕਰ ਲਓ, ਕਾਹਨੂੰ ਕਿਸੇ ਨਾਲ ਵੈਰ ਪਾਉਣਾ, ਜੇ ਵੈਰ ਪਾਵਾਂਗੇ ਲਿਖੇ ਦੇਣ ਵਾਸਤੇ ਆਉਣਾ ਪਵੇਗਾ, ਨਿੰਦਿਆ ਕਰਾਂਗੇ ਕਿਸੇ ਦੀ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੂਹਤ ਕਰਨ ਮੂੰਹ ਕਾਲੇ ਤੇ ਨਾ ਨਿੰਦਕਾਂ ਨਰਕੇ ਘੋਰ ਪਵਨ, ਘੋਰ ਨਰਕਾਂ 'ਚ ਲੈ ਜੂ, ਕਾਹਨੂੰ ਕਿਸੇ ਦੀ ਨਿੰਦਿਆ ਕਰਨੀ ਹੈ, ਕਾਹਨੂੰ ਕਿਸੇ ਦੀ ਈਰਖਾ ਕਰਨੀ ਹੈ, ਕਿਉਂਕਿ ਜੋ ਕੋਈ ਈਰਖਾ ਕਰਦਾ ਹੈ ਜਿਸਦੇ ਅੰਦਰ ਤਾਤ ਪਰਾਈ ਹੋਵੇ ਤਾਂ ਇਸਦਾ ਕਦੇ ਨਾ ਹੋਈ ਭਲਾ, ਉਹਦਾ ਭਲਾ ਨਹੀਂ ਹੁੰਦਾ ਜਿਹਦੇ ਮਨ 'ਚ ਈਰਖਾ। ਈਰਖਾ ਐਸੀ ਬਿਮਾਰੀ ਹੈ, ਇਹ ਕਰਮ ਧਰਮ ਸਾਰੇ ਹੀ ਖਾ ਜਾਂਦੀ ਹੈ, ਜਿੰਨੇ ਕੀਤੇ ਨੇ ਪੁੰਨ ਦਾਨ ਜੋ ਕੁਛ ਕਰਿਆ ਸਭ ਖਾ ਦਿੰਦੀ ਹੈ, ਮਿੱਟੀ 'ਚ ਲਾ ਦਿੰਦੀ। ਜੇ ਪਤਾ ਹੋਵੇ ਵੀ ਇਹ ਈਰਖਾ ਕਾਹਦੇ ਵਾਸਤੇ, ਭਾਈ ਇੱਥੋਂ ਤਾਂ ਤੁਰ ਜਾਣਾ। ਤੋ ਮਹਾਰਾਜ ਕਹਿੰਦੇ ਐਂ ਤੇਰੇ ਯਾਦ ਹੈ? ਕਹਿੰਦਾ ਨਾ ਮਹਾਰਾਜ, ਗੱਲਬਾਤ ਕਰਨ ਵੇਲੇ ਮੇਰੇ ਯਾਦ ਹੈ, ਵੀ ਮਰਨਾ ਸੱਚ ਹੈ ਜਿਉਣਾ ਝੂਠ। ਕਹਿੰਦੇ ਚੱਲ ਤੇਰੇ ਯਾਦ ਕਰਾਈਏ, ਮਹਾਰਾਜ ਜੀ ਨਾਲ ਲੈ ਗਏ, ਦੂਰ ਲੰਘੇ 1400 ਮੀਲ ਤੇ। ਇੱਕ ਦਿਨ ਕਹਿਣ ਲੱਗੇ, ਮੁੜਿਆ ਤੇਰੇ ਘਰ ਵਾਲੀ ਤੈਨੂੰ ਬਹੁਤ ਉਡੀਕ ਰਹੀ ਹੈ, ਅਤੇ ਅੱਜ ਜੇ ਤੂੰ ਨਾ ਪਹੁੰਚਿਆ ਤਾਂ ਉਹਨੇ ਸਤੀ ਹੋ ਜਾਣਾ, ਜਾਣਾ ਚਾਹੁੰਦਾ? ਕਹਿੰਦਾ ਹਾਂ ਮਹਾਰਾਜ, ਜੇ ਮੈਨੂੰ ਭੇਜ ਦਿਉ, ਕਿਉਂਕਿ ਅਜੇ ਮੋਹ ਨਹੀਂ ਸੀ ਟੁੱਟਿਆ ਅੰਦਰ, ਅਜੇ ਇਸਤਰੀ ਦਾ ਪਿਆਰ ਸੀ, ਗੁਰੂ ਨੂੰ ਛੱਡਣ ਦਾ ਬਹਾਨਾ ਸੀ, ਬੜਾ ਬੜੀ ਜ਼ਬਰਦਸਤ ਅਜੇ ਚੀਜ਼ ਸੀ ਉਹਦੇ ਕੋਲ। ਕਹਿੰਦਾ ਮਹਾਰਾਜ ਜਾ ਕੇ ਕੀ ਕਰੂੰਗਾ, ਪੈਸਾ ਤਾਂ ਕੋਈ ਹੈ ਨਹੀਂ। ਮਹਾਰਾਜ ਕਹਿੰਦੇ ਉਂਜਲ ਭਰ, ਇੱਥੋਂ ਉਂਜਲ ਭਰ ਕੇ ਰੋੜਾਂ ਦਾ ਰੁਮਾਲ 'ਚ ਬੰਨ ਲਿਆ, ਕਹਿੰਦੇ ਅੱਖਾਂ ਵਿੱਚ ਖੋਲ ਲੈ। ਜਦ ਇਹ ਕਿਹਾ ਤਾਂ ਉਸ ਵੇਲੇ ਕੀ ਦੇਖਦਾ, ਆਪਣੇ ਘਰ ਬੈਠਾ, ਸਭ ਹੈਰਾਨ ਹੋ ਗਏ, ਸਾਰੀ ਮਹਿਮਾ ਦੱਸੀ ਗੁਰੂ ਦੀ, ਪੈਸੇ ਮਿਲ ਗਏ, ਸਭ ਨੂੰ ਖੁਸ਼ੀ ਹੋ ਗਈ। ਕਾਫੀ ਸਮਾਂ ਲੰਘਣ ਤੋਂ ਬਾਅਦ ਗੁਰੂ ਮਹਾਰਾਜ ਫਿਰ ਆਏ, ਕਹਿਣ ਲੱਗੇ ਭਾਈ ਮਰਦਾਨਾ, ਭਾਈ ਬਾਲਾ, ਇੱਕ ਇੱਥੇ ਆਪਣਾ ਸਿੱਖ ਰਹਿੰਦਾ, ਆਪਣੇ ਨਾਲ ਬੜੀ ਦੇਰ ਰਿਹਾ, ਮੂਲ ਆਇਆ ਉਹਦਾ ਨਾਮ। ਕਹਿੰਦੇ ਹਾਂ ਮਹਾਰਾਜ, ਉਹ ਤਾਂ ਮੁੜ ਕੇ ਦੇਖਿਆ ਹੀ ਨਹੀਂ। ਕਹਿੰਦੇ ਚਲੋ ਮਿਲ ਚੱਲੀਏ। ਦਰਵਾਜ਼ੇ 'ਤੇ ਆ ਕੇ ਮਹਾਰਾਜ ਨੇ ਆਵਾਜ਼ ਦਿੱਤੀ, ਭਾਈ ਮੂਲੇ ਕਿੱਥੋਂ ਆਇਆ? ਗੁਰੂ ਨਾਨਕ ਆਵਾਜ਼ ਦੇ ਰਿਹਾ ਕਿਸੇ ਸਿੱਖ ਦੇ ਘਰ ਦਰਵਾਜ਼ੇ 'ਤੇ, ਦਹਿਲੀਜ਼ 'ਤੇ ਖੜ੍ਹਾ। ਭਾਈ ਮੂਲੇ, 3 ਆਵਾਜ਼ਾਂ ਦਿੱਤੀਆਂ, ਅੰਦਰ ਕੁਸਰ ਮੁਸਰ ਹੁੰਦੀ ਹੈ। ਕਹਿੰਦੀ ਸੰਤ ਆ ਗਏ, ਉਹੀ ਮੈਂ ਦੇਖ ਲਏ ਜਿਹੜੇ ਤੈਨੂੰ ਲੈ ਗਏ ਸੀ। ਕਹਿੰਦਾ ਫੇਰ ਤੂੰ ਐਂ ਕਹਿੰਦੇ ਹੈ ਨਹੀਂ। ਕਹਿੰਦੇ ਜੇ ਅੰਦਰ ਆ ਗਏ, ਕਹਿੰਦਾ ਮੈਂ ਕੋਠੀ 'ਚ ਲੁਕ ਜਾਂਦਾ, ਪਾਥੀਆਂ ਵਾਲੀ ਕੋਠੀ ਜਾ ਲੁਕਿਆ। ਤੋ ਬੀਬੀ ਕਹਿਣ ਲੱਗੀ ਬਾਹਰ, ਅੰਦਰ ਆਉਣ ਨੂੰ ਬਣਾ ਕਿਹਾ, ਬਾਹਰੇ ਆ ਕੇ ਕਹਿੰਦੀ ਸੰਤ ਜੀ ਉਹ ਤਾਂ ਹੈ ਨਹੀਂ। ਮਹਾਰਾਜ ਮੁਸਕਰਾ ਪਏ, ਕਹਿੰਦੇ ਬੀਬਾ ਸੰਤਾਂ ਕੋਲ ਜੇ ਝੂਠ ਬੋਲੀਏ ਉਹ ਵੀ ਸੱਚ ਹੋ ਜਾਂਦਾ ਹੁੰਦਾ, ਹੈ ਨਹੀਂ ਨਹੀਂ ਕਹੀਦਾ ਹੁੰਦਾ, ਹੈਗਾ ਕਹੀਦਾ ਹੁੰਦਾ। ਕਹਿੰਦੀ ਨਾ ਮਹਾਰਾਜ ਹੈ ਨਹੀਂ। ਕਹਿੰਦੇ ਚੰਗਾ ਫਿਰ ਚੱਲ ਭਾਈ ਮਰਦਾਨਾ। ਅਤੇ ਸਿੱਖ ਦਾ ਪਿਆਰ, ਸਿੱਖ ਨੇ ਪਿਆਰ ਤੋੜ ਲਿਆ ਸਾਡੇ ਨਾਲੋਂ ਬਿਨਾਂ ਕਿਸੇ ਗੱਲ 'ਤੇ। ਅਸੀਂ ਤਾਂ ਮਿਲਣ ਆਏ ਸੀ, ਲਜਾੜ ਨਹੀਂ ਸੀ ਆਏ, ਅਤੇ ਉਹਨੂੰ ਵਹਿਮ ਹੋ ਗਿਆ ਕਿ ਮੈਨੂੰ ਲੈ ਜਾਏਗਾ, ਪਰ ਉਹ ਤਾਂ ਜਾਣ ਵਾਲਾ ਹੀ ਆ, ਪਹਿਲਾਂ ਮਿਲ ਲੈਂਦਾ ਤਾਂ ਚੰਗਾ ਸੀ। ਮਹਾਰਾਜ ਬਾਹਰ ਜਾ ਕੇ ਬੈਠ ਗਏ, ਇੱਧਰੋਂ ਕੌਲੜੀ 'ਚੋਂ ਰੋਣ ਦੀ ਆਵਾਜ਼ ਆ ਗਈ, ਖਾ ਲਿਆ, ਮਾਰਤਾ, ਖਾ ਲਿਆ, ਮਰ ਗਿਆ। ਨੱਠ ਕੇ ਗਈ, ਕੀ ਹੋ ਗਿਆ? ਕਹਿੰਦਾ ਪਤਾ ਨਹੀਂ, ਮੇਰੇ ਤਾਂ ਮਾਸ ਕੱਢ ਕੇ ਲੈ ਗਿਆ, ਨਾਗ ਲੜ ਗਿਆ, ਗਿਰ ਗਿਆ, ਰੌਲਾ ਪੈ ਗਿਆ, ਪਿੱਟ ਪਟੋਗਾ ਸ਼ੁਰੂ ਹੋ ਗਿਆ, ਮੰਜੇ 'ਤੇ ਪਾਇਆ। ਅੜੋਸੀਆਂ ਪੜੋਸੀਆਂ ਨੇ ਕਿਹਾ ਵੀ ਚਲੋ ਛੇਤੀ ਗੁਰੂ ਨਾਨਕ ਕੋਲ। ਗੁਰੂ ਨਾਨਕ ਨੂੰ ਇਹਨੇ ਨਾ ਕਰ ਦਿੱਤੀ, ਜਿਹਨੇ ਸਭ ਕੁਝ ਦਿਖਾ ਦਿੱਤਾ, ਇੱਥੇ ਹਮਜ਼ਾ ਗੌਸ ਤੋਂ ਸ਼ਹਿਰ ਬਚਾਇਆ, ਫਿਰ ਇਹ ਨਾਲ ਰਿਹਾ, ਸਭ ਕੁਛ ਇਸਨੇ ਦੇਖਿਆ। ਉਸ ਵੇਲੇ ਮਹਾਰਾਜ ਕੋਲ ਲੈ ਗਏ, ਸੱਚੇ ਪਾਤਸ਼ਾਹ ਭੁੱਲ ਹੋ ਗਈ ਸਿੱਖ 'ਤੇ, ਕਿਰਪਾ ਕਰੋ ਆਪ। ਮਹਾਰਾਜ ਕਹਿਣ ਲੱਗੇ ਸਿੱਖ ਬੇਮੁੱਖ ਹੋ ਗਿਆ ਸਾਤੋਂ, ਪਰ ਕੋਈ ਨਹੀਂ, ਅਸੀਂ ਇਹਦੇ ਨਾਲੋਂ ਸੰਬੰਧ ਨਹੀਂ ਤੋੜਦੇ। ਅਸੀਂ 200 ਸਾਲ ਬਾਅਦ 10ਵੇਂ ਜਾਮੇ ਦੇ ਵਿੱਚ ਇਸ ਦੀ ਮੁਕਤੀ ਕਰਾਂਗੇ, ਆਪਣਾ ਫਰਜ਼ ਨਿਭਾਵਾਂਗੇ। ਸਿੱਖ ਭਾਵੇਂ ਬੇਮੁੱਖ ਹੋ ਗਿਆ। ਉਸ ਵੇਲੇ ਗੁਰੂ ਮਹਾਰਾਜ ਨੰਦੇੜ ਸਾਹਿਬ ਗੁਰੂ 10ਵੇਂ ਪਾਤਸ਼ਾਹ ਗਏ ਹੋਏ ਨੇ, ਦੁਪਹਿਰ ਦਾ ਮੌਕਾ ਹੈ। ਇੱਕਦਮ ਉੱਠੇ, ਘੋੜੇ 'ਤੇ ਸਵਾਰ ਹੋ ਗਏ ਅਤੇ ਵਰਸ਼ਾ ਹੱਥ 'ਚ,
ਘੋੜਾ ਦੌੜਿਆ ਜਾ ਰਿਹਾ ਅਤੇ ਕੀ ਦੇਖਦੇ ਨੇ ਅੱਗੇ ਇੱਕ ਸਾਹ ਹਰਕਾਈਆਂ ਖਾਂਦਾ ਨੱਠਿਆ ਜਾਂਦਾ, ਕਦੇ ਇੱਧਰ ਹੋ ਜਾਂਦਾ ਕਦੇ ਇੱਧਰ, ਪਿੱਛੇ ਸਿੰਘ ਵੀ ਆ ਰਹੇ ਨੇ, ਮਹਾਰਾਜ ਕੀ ਗੱਲ ਆ ਜੇ ਇਸ ਤਰ੍ਹਾਂ ਚਲੇ ਗਏ। ਅਤੇ ਉੱਥੇ ਜਾ ਕੇ ਮਹਾਰਾਜ ਨੇ ਵਰਸ਼ਾ ਮਾਰਿਆ, ਅਤੇ ਉਸ ਵੇਲੇ ਜਦ ਸਿੰਘ ਪਹੁੰਚੇ ਕੀ ਦੇਖਦੇ ਨੇ ਕਿ ਉਹ ਸਹੇ ਦੇ ਸਰੀਰ ਵਿੱਚੋਂ ਇੱਕ ਕਾਲਾ ਕਾਲਾ ਹਨੇਰਾ ਜਿਹਾ ਉੱਠ ਰਿਹਾ, ਅਤੇ ਦੇਖਦੇ ਦੇਖਦੇ ਉਹ ਸਫੈਦ ਪ੍ਰਕਾਸ਼ ਵਾਲਾ ਹੋ ਗਿਆ। ਅਤੇ ਮਹਾਰਾਜ ਦਾ ਧੰਨਵਾਦ ਕਰ ਰਿਹਾ ਕਿ ਸੱਚੇ ਪਾਤਸ਼ਾਹ ਤੁਸੀਂ ਆਪਣਾ ਬਿਰਧ ਪਾਲਿਆ। ਸੰਗਤ ਨੇ ਪੁੱਛਿਆ ਸਿੰਘਾਂ ਨੇ ਵੀ ਮਹਾਰਾਜ ਇਹ ਕੌਣ ਹੋਇਆ? ਕਹਿੰਦੇ ਗੁਰਮੁਖੋ ਇਹ ਸਾਡਾ ਸਿੱਖ ਸੀ, ਸਾਡੇ ਨਾਲ ਰਿਹਾ ਸੀ, ਅਤੇ ਅਸੀਂ ਆਪਣਾ ਬਿਰਧ ਪਾਲਿਆ, ਅਤੇ ਇਹਨੂੰ ਦਸਾਂ ਜਾਂ ਨੌ ਜਾਮੇ ਅਸੀਂ ਇਹ ਭਟਕਦਾ ਰਿਹਾ, ਅਤੇ ਦਸਵੇਂ ਜਾਮੇ ਆ ਕੇ ਹੁਣ ਅਸੀਂ ਆਪਣਾ ਵਾਅਦਾ ਪੂਰਾ ਕਰਿਆ। ਕਿਉਂਕਿ ਗੁਰੂ ਸਿੱਖ ਨੂੰ ਨਹੀਂ ਛੱਡਦਾ ਹੁੰਦਾ, ਫਿਰ ਵੀ ਪਾਲ ਲੈਂਦਾ। ਜੇ ਕੋ ਸਿੱਖ ਗੁਰੂ ਸੇਤੀ ਬੇਮੁੱਖ ਹੋਵੇ, ਜੇ ਬੇਮੁੱਖ ਹੋ ਜਾਵੇ ਕੋਈ, ਜੇ ਕੋ ਗੁਰ 'ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਏ, ਮੁਕਤ ਨਹੀਂ ਉਸ ਦੀ ਹੁੰਦੀ। ਇਸ ਤਰ੍ਹਾਂ ਮਹਾਰਾਜ ਬਗੈਰ ਗੁਰੂ ਤੋਂ ਨਹੀਂ ਹੁੰਦੀ, ਫਿਰ ਅਨੇਕ ਜੂਨੀ ਭਰਮ ਆਏ ਬਿਨ ਸਤਿਗੁਰ ਮੁਕਤ ਨਾ ਪਾਏ।
ਕਿੰਨੀਆਂ ਜੂਨਾਂ 'ਚ ਭਰਮਿਆ, ਗੁਰੂ ਤੋਂ ਬਗੈਰ ਮੁਕਤੀ ਨਹੀਂ। ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਭਾਈ ਗੁਰੂ ਦਾ ਬਿਰਧ ਹੈ। ਸੋ ਉੱਧਰ ਗੁਰੂ ਮਹਾਰਾਜ ਰੁਮਾਲ ਦੇ ਨਾਲ ਮੂੰਹ ਪੂੰਝਦੇ ਨੇ ਅਤੇ ਜਾਂਦੇ, ਦੇਖਦੇ ਦੇਖਦੇ ਇੱਕ ਸਿੱਖ ਦੇਖਿਆ ਸਾਹ ਲੈ ਰਿਹਾ, ਆਪਨੇ ਜਲ ਮੰਗਾਇਆ ਮੂੰਹ 'ਚ ਪਾਇਆ, ਪੱਟ ਦੇ ਉੱਤੇ ਸੀਸ ਰੱਖਿਆ ਹੈ, ਖੂਨ ਨਾਲ ਲੱਥ ਪੱਥ ਹੋਇਆ ਪਿਆ। ਅਤੇ ਮਹਾਰਾਜ ਸਹਿ ਸਵਾਹ ਵਰਦਨ ਦੇ ਆ ਰਹੇ ਸੀ, 10,000, 20,000, 50,000, 5,000 ਉੱਥੇ ਆਏ ਤਾਂ ਆਪਨੇ ਕੁਛ ਆਪਣਾ ਪਿਆਰ ਅਤੇ ਨਿੱਘ ਦਿੱਤਾ, ਸੁਰਜੀਤ ਕਰ ਲਿਆ। ਦੇਖਿਆ ਉਸਨੇ ਬਈ ਗੁਰੂ ਮਹਾਰਾਜ, ਹੈਰਾਨ ਹੋ ਗਿਆ, ਸੱਚੇ ਪਾਤਸ਼ਾਹ ਤੁਸੀਂ ਅਤੇ ਆ ਸਾਰੇ ਲੱਥ ਪੱਥ ਹੋਏ ਨੂੰ ਆਪਣੇ ਪੱਟ ਦੇ ਉੱਤੇ ਸੀਸ ਰੱਖੀ ਬੈਠੇ ਹੋ। ਮਹਾਂਸਿਆ ਮੰਗ ਕੀ ਮੰਗਦਾ, ਜੋ ਮੰਗਣਾ ਇਸ ਵੇਲੇ ਦੇ ਦਾਂਗੇ। ਸੱਚੇ ਪਾਤਸ਼ਾਹ ਅਸੀਂ ਭੁੱਲੇ ਹੋਏ ਸਿੱਖ ਹਾਂ, ਅਸੀਂ ਤੈਨੂੰ ਜਵਾਬ ਦੇ ਆਏ, ਪਰ ਤੂੰ ਕਿੰਨਾ ਦਿਆਲੂ ਕਿਰਪਾਲੂ ਹੈ, ਤੂੰ ਨਹੀਂ ਭੁੱਲਿਆ। ਮੰਗਣਾ ਕੀ ਹੈ ਪਾਤਸ਼ਾਹ, ਭੁੱਲੋ ਵੀ ਸਾਤੇ, ਤੇਰੇ ਹੋ ਕੇ ਅਸੀਂ ਤੇਤੋਂ ਵੱਖਰੇ ਹੋ ਗਏ, ਤੇਰੇ ਵੱਲ ਪਿੱਠ ਕਰ ਲਈ, ਜ਼ਿੰਦਗੀ ਨੂੰ ਪਿਆਰਾ ਜਾਣ ਪਿਆਰ ਪਿਆਰੀ ਜਾਣ ਲਿਆ, ਪਰ ਸੱਚੇ ਪਾਤਸ਼ਾਹ ਭੁੱਲ ਹੋ ਗਈ, ਹੁਣ ਤੁਸੀਂ ਬਖਸ਼ ਲਓ। ਕੀ ਚਾਹੁੰਦਾ ਹੈ? ਕਹਿੰਦੇ ਮਹਾਰਾਜ ਟੁੱਟੀ ਗੰਢ ਲਓ, ਸਿੱਖਾਂ ਨੂੰ ਮੇਲ ਲਓ ਆਪਣੇ ਨਾਲ, ਜਿਹੜੇ ਬੇਦਾਵਾ ਦੇ ਕੇ ਆਏ। ਕਹਿੰਦੇ ਕੁਛ ਹੋਰ ਮੰਗ ਲੈ। ਕਹਿੰਦਾ ਨਹੀਂ ਮਹਾਰਾਜ, ਮੈਨੂੰ ਤਾਂ ਇਹੀ ਚਾਹੀਦਾ। ਮਹਾਰਾਜ ਨੇ ਉਸ ਵੇਲੇ ਮੈਦਾਨੇ ਜੰਗ ਦੇ ਅੰਦਰ ਆਪਣਾ ਕਮਰ ਕਸਾ ਖੋਲ੍ਹਿਆ ਅਤੇ ਅੰਦਰ ਜਿਹੜਾ ਬਸਤਰ ਸੀ ਉਹ ਖੋਲ੍ਹਿਆ, ਉਹਦੇ ਵਿੱਚ ਹੋਰ ਪੇਟੀ ਸੀ, ਖੋਲ੍ਹ ਕੇ ਉਹਦੇ ਵਿੱਚੋਂ ਚਾਰ ਤਹਾਂ ਲਾ ਕੇ ਇੱਕ ਰੱਖਿਆ ਹੋਇਆ ਕਾਗਜ਼ ਕੱਢਿਆ, ਉਹਦੀਆਂ ਤਹਾਂ ਖੋਲ੍ਹੀਆਂ। ਕਹਿੰਦੇ ਮਾਸਿਆ ਦੇਖ, ਆਹ ਉਹੀ ਹੈ, ਆਹੀ ਸੀ ਤੁਹਾਡੇ ਦਸਖਤ? ਕਹਿੰਦੇ ਹਾਂ ਮਹਾਰਾਜ। ਲੈ ਮੈਂ ਪਾੜ ਦਿੰਦਾ। ਮਹਾਂਸਿਆ ਮੈਂ ਤਾਂ ਇੰਤਜ਼ਾਰ ਕਰਦਾ ਸੀ ਵੀ ਕਦੋਂ ਮੇਰੇ ਭੁੱਲੇ ਹੋਏ ਸਿੱਖ ਆਉਣ। ਮੈਂ ਅਨੰਦਪੁਰ ਸਾਹਿਬ ਤੋਂ ਕੋਈ ਹੀਰੇ ਜਵਾਹਰਾਤ ਲੁਕੋ ਕੇ ਨਹੀਂ ਲਿਆਇਆ, ਲੱਖਾਂ ਰੁਪਏ ਦੇ ਇੱਕ ਇੱਕ ਲਾਲ ਪਿਆ ਸੀ, ਮੈਂ ਨਹੀਂ ਲੁਕੋਇਆ। ਮੈਂ ਕੀ ਲੈ ਕੇ ਆਇਆ? ਤੁਹਾਡਾ ਪਿਆਰ ਲੈ ਕੇ ਆਇਆ ਸੀ, ਟੁੱਟਿਆ ਹੋਇਆ ਪਿਆਰ। ਉਹ ਕਾਗਜ਼ ਦਾ ਪੁਰਜਾ ਲਈ ਫਿਰਦਾ ਸੀ, ਕੁਛ ਨਹੀਂ ਮੈਂ ਲਿਆ, ਪਰ ਮੈਂ ਇਹ ਨਹੀਂ ਛੱਡਿਆ ਵੀ ਮੇਰੇ ਸਿੱਖ ਜੇ ਮੇਰੇ ਕੋਲ ਆਏ ਅਤੇ ਮੈਂ ਕੀ ਦਿਖਾਵਾਂਗਾ ਉਹਨਾਂ ਨੂੰ, ਆਹ ਲੈ ਮੈਂ ਪਾੜਦਾ। ਸੋ ਇਸ ਤਰ੍ਹਾਂ ਦੇ ਨਾਲ ਸਤਿਸੰਗ ਜੀ, ਉਸ ਦੀ ਯਾਦ ਵਿੱਚ ਮਾਘ ਦੀ ਸੰਗਰਾਂਦ ਮਨਾਈ ਜਾਂਦੀ ਹੈ। ਸੋ ਗੁਰੂ ਮਹਾਰਾਜ ਮਾਘ ਦੀ ਸੰਗਰਾਂਦ ਨੂੰ ਮਹੱਤਤਾ ਦਿੰਦੇ ਹੋਏ ਜੋ 12 ਮਹਾਰਾਜ ਨੇ ਰਚਿਆ ਹੈ, ਉਹਦੇ ਵਿੱਚ ਹਰ ਮਹੀਨੇ ਦੇ ਅੰਦਰ ਉਪਦੇਸ਼ ਦਿੱਤਾ ਹੋਇਆ। ਪਹਿਲਾ 12 ਮਹਾ ਗੁਰੂ ਨਾਨਕ ਪਾਤਸ਼ਾਹ ਨੇ ਤੁਖਾਰੀ ਰਾਗ ਦੇ ਅੰਦਰ ਬਿਰਹੇ ਦਾ ਉਸ ਵੇਲੇ ਲਿਖਿਆ ਜਿਸ ਵਕਤ ਆਪ ਸੰਸਾਰ ਤੋਂ ਜਾ ਰਹੇ ਸੀ। ਉਸ ਵੇਲੇ ਪਰਮੇਸ਼ੁਰ ਦੀ ਯਾਦ ਦੇ ਅੰਦਰ ਉਹ 12 ਮਹਾ ਲਿਖਿਆ ਗਿਆ ਅਤੇ ਗੁਰੂ 5ਵੇਂ ਪਾਤਸ਼ਾਹ ਜੀ ਦੇ ਪਾਤਸ਼ਾਹ ਬੇਨਤੀ ਹੋਈ ਕਿ ਸੱਚੇ ਪਾਤਸ਼ਾਹ ਮਹੀਨਾ ਜਦ ਚੜ੍ਹਦਾ ਤਾਂ ਸਾਨੂੰ ਕੋਈ ਮਹੀਨੇ ਭਰ ਦਾ ਉਪਦੇਸ਼ ਹੋਣਾ ਚਾਹੀਦਾ। ਦਿਨ ਦਾ ਉਪਦੇਸ਼ ਤਾਂ ਹੋ ਜਾਂਦਾ ਰੋਜ਼ ਆਪ ਦਾ ਹੁਕਮ ਸੁਣ ਕੇ ਵੀ ਅੱਜ ਮਹਾਰਾਜ ਦਾ ਉਪਦੇਸ਼ ਹੈ, ਹੁਣ ਆਪ ਕਿਰਪਾ ਕਰਕੇ ਸਾਨੂੰ ਦੱਸੋ ਮਹੀਨੇ ਦਾ ਅਸੀਂ ਉਪਦੇਸ਼ ਕਿਵੇਂ ਸੁਣਿਆ ਕਰੀਏ। ਮਹਾਰਾਜ ਨੇ ਬੜੀ ਕਿਰਪਾ ਕਰੀ ਅਤੇ 12 ਮਹਾ ਉਚਾਰਨ ਕਰਕੇ ਹਰ ਮਹੀਨੇ ਦੇ ਅੰਦਰ ਉਸ ਨੂੰ ਮਹੀਨੇ ਭਰ ਦਾ ਉਪਦੇਸ਼ ਦੇ ਕੇ 12ਵੇਂ ਮਹੀਨੇ ਦੇ ਅੰਦਰ ਮਿਲਾਪ ਦੇ ਤੱਕ ਲੈ ਗਏ ਹੌਲੀ ਹੌਲੀ। ਅਤੇ ਇਸ ਮਹੀਨੇ ਦੇ ਅੰਦਰ ਜੋ ਮਾਘ ਦਾ ਮਹੀਨਾ ਹੈ ਉਹਦੇ ਵਿੱਚ ਮਹਾਰਾਜ ਨੇ ਫਰਮਾਨ ਕੀਤਾ ਹੈ ਕਿ ਮਾਘ ਮੱਝਣ, ਮਾਘ ਦੇ ਜੋ ਇਸ਼ਨਾਨ ਹਨ ਉਹ ਹਿੰਦੂ ਸੰਸਕ੍ਰਿਤੀ ਦੇ ਅੰਦਰ ਵੇਦਾਂ ਦੇ ਹਿਸਾਬ ਨਾਲ ਇਹ ਸ੍ਰੇਸ਼ਟ ਮਹੀਨਾ ਗਿਣਿਆ ਜਾਂਦਾ ਜਿਹਦੇ 'ਚ ਪੁੰਨਦਾਨ ਕੀਤਾ ਹੋਇਆ ਬਹੁਤ ਫਲਦਾ। ਅਤੇ ਮਹਾਰਾਜ ਕਹਿੰਦੇ ਤੁਹਾਨੂੰ ਅਸੀਂ ਇਸ਼ਨਾਨ ਦੀ ਯੁਗਤੀ ਦੱਸਦੇ ਹਾਂ। ਇਸ ਮਹੀਨੇ ਦੇ ਅੰਦਰ ਲੋਕ ਖੂਹਾਂ 'ਤੇ, ਟੋਭਿਆਂ 'ਤੇ, ਨਹਿਰਾਂ 'ਤੇ ਜਾ ਕੇ ਇਸ਼ਨਾਨ ਕਰਕੇ ਇਹ ਕਹਿੰਦੇ ਨੇ ਵੀ ਅੰਮ੍ਰਿਤ ਵੇਲੇ ਉੱਠ ਕੇ ਸਵਾ ਪਹਿਰ ਰਾਤ ਰਹਿੰਦੀ ਕਿਸੇ ਸਣ ਕੇ ਅਸੀਂ ਇਸ਼ਨਾਨ ਕਰਕੇ ਸੋਨੇ ਦੇ ਵਾਲ ਬਣ ਜਾਂਦੇ ਨੇ। ਮਹਾਰਾਜ ਕਹਿੰਦੇ ਨਹੀਂ, ਫਲ ਅੱਡ ਅੱਡ ਹੋਇਆ ਕਰਦਾ। ਇਸ਼ਨਾਨ ਦਾ ਇਸ ਗੱਲ 'ਤੇ ਜਵਾਬ ਨਹੀਂ ਵੀ ਇਸ਼ਨਾਨ ਦਾ ਵੀ ਇਕੱਲੇ ਦਾ ਫਲ ਹੋਇਆ ਕਰਦਾ, ਪਰ ਜੇ ਵਿਧੀ ਆਉਂਦੀ ਹੋਵੇ, ਵਿਧੀ ਦੇ ਬਗੈਰ ਨਹੀਂ ਕੋਈ ਗੱਲ ਬਣਿਆ ਕਰਦੀ। ਉਹ ਇਹ ਹੁੰਦਾ ਹੈ ਕਿ ਜਦੋਂ ਆਦਮੀ ਸਵਾ ਪਹਿਰ ਰਾਤ ਰਹਿੰਦੇ ਉੱਠ ਕੇ ਇਸ਼ਨਾਨ ਕਰਦਾ ਹੈ। ਇਹ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਸਾਹਿਬ ਨੂੰ ਗੱਲ ਦੱਸੀ ਸੀ, ਜਨਮ ਸਾਖੀ 'ਚ ਲਿਖੀ ਹੋਈ ਹੈ ਕਿ ਉਸ ਨੂੰ ਸਵਾ ਮਣ ਸੋਨੇ ਦੇ ਪੁੰਨ ਕਰਨ ਦਾ, ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ। ਉਸ ਤੋਂ ਜਿਹੜਾ ਡੇਢ ਘੜੀ ਬਾਅਦ ਇਸ਼ਨਾਨ ਕਰਦਾ ਹੈ ਉਸ ਨੂੰ ਸਵਾ ਮਣ ਚਾਂਦੀ ਦੇ ਦਾਨ ਦਾ ਪੁੰਨ ਹੋਇਆ ਕਰਦਾ।
ਉਦੋਂ ਘੜੀ ਬਾਤ ਕਰਦਾ ਹੈ ਉਹਨੂੰ ਸਵਾ ਮਣ ਤਾਂਬੇ ਦੇ ਪੁੰਨ ਕਰਨ ਜਿੰਨਾ ਫਲ ਹੁੰਦਾ, ਜਿਹੜਾ ਉਸ ਤੋਂ ਬਾਅਦ ਕਰਦਾ ਘੜੀ ਉਦੋਂ ਬਾਅਦ ਭਾਈ ਫਿਰ ਕਹਿੰਦੇ ਸਵਾ ਮਣ ਦੁੱਧ ਪੁੰਨ ਕਰਤਾ ਅਤੇ ਸਵਾ ਮਣ ਅਨਾਜ ਪੁੰਨ ਕਰਤਾ। ਉਹਦਾ ਤਰੀਕਾ ਇਹ ਹੁੰਦਾ ਕਿ ਉਸ ਵੇਲੇ ਉਹ ਮੂਲ ਮੰਤਰ ਕਰਦਾ ਹੋਇਆ ਇਸ਼ਨਾਨ ਕਰੇ ਤਾਂ ਇੰਨਾ ਫਲ ਸਹਿ ਸਵਾ ਪ੍ਰਾਪਤ ਹੋ ਜਾਇਆ ਕਰਦਾ। ਦਿਨ ਚੜ੍ਹੇ ਦਾ ਜਿਹੜਾ ਇਸ਼ਨਾਨ ਹੈ ਉਹ ਨਾ ਪੁੰਨ ਹੈ ਨਾ ਪਾਪ ਹੈ, ਸਰੀਰ ਦੀ ਸਫਾਈ ਹੋਇਆ ਕਰਦੀ। ਸੋ ਇਸ ਤਰ੍ਹਾਂ ਸਾਡੇ ਦੇਸ਼ ਦੇ ਅੰਦਰ ਇਸ਼ਨਾਨ ਦਾ ਵੀ ਫਲ, ਦਾਨ ਦਾ ਵੀ ਫਲ, ਸਾਰਿਆਂ ਦੇ ਬਾਰੇ ਬੜੀ ਵਿਚਾਰ ਹੋਈ ਹੈ। ਮਹਾਰਾਜ ਕਹਿੰਦੇ ਜੇ ਸ੍ਰੇਸ਼ਟ ਇਸ਼ਨਾਨ ਕਰਨਾ ਮਾਘ ਦੇ ਮਹੀਨੇ ਦੇ ਅੰਦਰ ਤਾਂ ਤੁਹਾਨੂੰ ਅਸੀਂ ਦੱਸਦੇ ਹਾਂ। ਸਾਧ ਸੰਗਤ ਜੀ ਕਹਿਣ ਲੱਗੇ ਸਭ ਤੋਂ ਵਧੀਆ ਇਸ਼ਨਾਨ ਜਿਹੜਾ ਹੁੰਦਾ ਹੈ, ਤੀਰਥ ਦਾ ਇਸ਼ਨਾਨ ਕਿਉਂ ਕਰਦੇ ਹੋ ਤੁਸੀਂ? ਕਿਉਂਕਿ ਉੱਥੇ ਕਿਸੇ ਨੇ ਬੈਠ ਕੇ ਤਪੱਸਿਆ ਕਰੀ ਹੈ ਜਾਂ ਕੋਈ ਦੇਵੀ ਦੇਵਤਾ ਉੱਥੇ ਨਿਵਾਸ ਰੱਖਦਾ ਰਿਹਾ। ਗੁਰੂ ਦੇ ਦਰਬਾਰ 'ਤੇ ਜਦ ਪਹੁੰਚਦੇ ਹੋ ਉੱਥੇ ਬੰਦਗੀ ਕਰਨ ਵਾਲੀਆਂ ਰੂਹਾਂ ਹੁੰਦੀਆਂ ਨੇ, ਅਤੇ ਸਾਰਿਆਂ ਨਾਲੋਂ ਜਿਹੜਾ ਚੰਗਾ ਇਸ਼ਨਾਨ ਹੈ ਉਹ ਹੁੰਦਾ ਹੈ ਸੰਤਾਂ ਦੀ ਸੰਗਤ ਵਿੱਚ ਰਲ ਕੇ ਮਨ ਦਾ ਇਸ਼ਨਾਨ ਕਰਾਉਣਾ। ਸਰੀਰ ਦੇ ਇਸ਼ਨਾਨ ਦੇ ਉੱਤੇ ਫਿਰ ਮੈਲ ਪੈ ਜਾਂਦੀ ਹੈ, ਮਨ ਦਾ ਇਸ਼ਨਾਨ ਜੇ ਕਰ ਲਵੇ ਤਾਂ ਉਹਦਾ ਫਲ ਕੀ ਹੁੰਦਾ ਹੈ? ਕਹਿੰਦੇ ਉਹਦਾ ਫਲ ਸਵਾ ਮਨ ਸੋਨੇ ਦੇ ਪੁੰਨ ਦਾ ਨਹੀਂ ਹੁੰਦਾ, ਉਹਦੇ ਜਮਦੂਤਾਂ ਦੇ ਜਿਹੜੇ ਫੰਦੇ ਨੇ ਉਹ ਕੱਟ ਹੋ ਜਾਂਦੇ ਨੇ, ਕੱਟ ਕੇ ਉਹ ਸਦਾ ਵਾਸਤੇ ਗੁਰੂ ਦੇ ਪਾਸ ਪਹੁੰਚ ਜਾਂਦਾ। ਸੋ ਮਾਘ ਦੇ ਮਹੀਨੇ ਦੇ ਉਪਦੇਸ਼ ਰਾਹੀਂ ਆਪਾਂ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਹਾਂ। ਪਰ ਫਿਰ ਜਦੋਂ ਹੀ ਸਰੀਰ ਫਿਰ ਮੈਲਾ ਹੋ ਜਾਂਦਾ, ਕੱਚੀ ਭੀਤ ਨਾ ਕੱਚੀ ਜਿਹੜੀ ਕੰਧ ਹੈ ਇਹ ਸ਼ੁੱਧ ਨਹੀਂ ਹੋਇਆ ਕਰਦੀ। ਹੁਣੇ ਗਰਮੀ ਆ ਜਾਏਗੀ ਫਿਰ ਵਾਜਾ ਹੋ ਜਾਏਗਾ, ਹੁਣੇ ਹੱਥ ਲੱਗ ਗਿਆ ਕਿਸੇ ਚੀਜ਼ ਨੂੰ ਫਿਰ ਇਸ਼ਨਾਨ ਕਰਨ ਵਾਲਾ ਹੋ ਗਿਆ। ਕਹਿੰਦੇ ਇਹ ਜਿਹੜਾ ਇਸ਼ਨਾਨ ਹੈ ਇਹਦੇ ਮਗਰ ਨਾ ਤੂੰ ਪੈ, ਤੈਨੂੰ ਇੱਕ ਐਸਾ ਇਸ਼ਨਾਨ ਦੱਸਦੇ ਹਾਂ ਕਿ ਤੇਰੇ ਸਾਰੇ ਪਾਪਾਂ ਦਾ ਨਾਸ਼ ਹੋ ਸਕਦਾ। ਉਹ ਹੈ ਮਾਘ ਮਜਨ ਸੰਗ ਸਾਧੂ ਧੂੜੀ ਕਰ ਇਸ਼ਨਾਨ, ਸੰਤਾਂ ਦੀ ਧੂੜੀ ਵਿੱਚ ਇਸ਼ਨਾਨ ਕਰ ਲੈ। ਕਈ ਪ੍ਰੇਮੀ ਕਹਿਣਗੇ ਜੀ ਧੂੜੀ ਪਾਣੀ ਤਾਂ ਹੈ ਨਹੀਂ, ਵੀ ਧੂੜੀ ਨਾਲ ਵੀ ਕਦੇ ਇਸ਼ਨਾਨ ਹੁੰਦਾ। ਲੇਕਿਨ ਦੋ ਤਰ੍ਹਾਂ ਦੀ ਧੂੜੀ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ, ਕਹਿੰਦੇ ਸੰਤ ਮਹਾਰਾਜ ਸੰਤਾਂ ਦੀ ਧੂੜੀ ਦਾ ਆਪਨੇ ਵੀ ਫਰਮਾਨ ਕੀਤਾ ਹੈ, ਜੇ ਹੋਵੇ ਪੂਰਵ ਲਿਖਿਆ ਤਾਂ ਧੂੜਤਨਾਂ ਦੀ ਪਾਈਏ। ਅਤੇ ਧੂੜੀ ਦਾ ਮਹਾਤਮ ਬਹੁਤ ਆਉਂਦਾ ਸੰਤਾਂ ਦੀ ਧੂੜੀ ਦਾ।
ਅਤੇ ਸੰਤਾਂ ਦੀ ਧੂੜੀ ਕਿਸ ਤਰ੍ਹਾਂ ਦੀ ਹੁੰਦੀ ਆ? ਮਹਾਰਾਜ ਕਹਿੰਦੇ ਦੋ ਤਰ੍ਹਾਂ ਦੀ ਹੁੰਦੀ ਆ। ਇੱਕ ਤਾਂ ਜਿੱਥੇ ਦੀ ਸਾਧੂ ਲੰਘ ਜਾਵੇ ਉਹ ਥਾਂ ਹਰ ਚਰਨ ਦੇ ਵਿੱਚ ਪਵਿੱਤਰ ਹੋ ਜਾਇਆ ਕਰਦਾ, ਕਿਉਂਕਿ ਆਦਮੀ ਦੇ ਅੰਦਰੋਂ ਜਿੰਨਾ ਉਹਦਾ ਪ੍ਰਭਾਵ ਨਿਕਲਦਾ ਹੈ ਉਹ ਪੈਰਾਂ ਦੇ ਪੇਤਲੀਆਂ ਰਾਹੀਂ ਨਿਕਲਦਾ। ਇਸੇ ਕਰਕੇ ਚਰਨਾਂ 'ਤੇ ਮਸਤਕ ਨਵਾਉਂਦੇ ਨੇ, ਪਾਪ ਨਾਸ਼ ਹੋ ਜਾਂਦੇ ਨੇ, ਪੁੰਨ ਉੱਗੇ ਆਉਂਦੇ ਨੇ। ਸੋ ਮਹਾਰਾਜ ਕਹਿੰਦੇ ਇਹ ਤਾਂ ਹੋਇਆ ਕਰਦੀ ਹੈ ਸੰਤਾਂ ਦੀ ਚਰਨ ਧੂੜ, ਦੂਸਰੀ ਇਸ ਤੋਂ ਵੀ ਉੱਚੀ ਹੋਇਆ ਕਰਦੀ ਹੈ ਸੰਤਾਂ ਦਾ ਉਪਦੇਸ਼, ਮੁੱਖ ਦੀ ਧੂੜੀ, ਇੱਕ ਚਰਨਾਂ ਦੀ ਧੂੜੀ। ਇੱਥੇ ਦੋਵੇਂ ਧੂੜੀਆਂ ਦਾ ਬਹੁਤ ਵੱਡਾ ਫਲ ਹੋਇਆ ਕਰਦਾ। ਅਤੇ ਇਹਨਾਂ ਨੂੰ ਤਾਂ ਜਿਹੜੇ ਤੀਰਥ ਨੇ ਦੇਵਤਿਆਂ ਨੇ ਥਾਪੇ ਨੇ, ਗੰਗਾ ਜਿਹੜੀ ਹੈ ਭਗੀਰਥ ਨੇ ਲਿਆਂਦੀ ਹੈ, ਅਤੇ ਗੰਗਾ ਦਾ ਫਲ ਇਹ ਸ਼ਿਵਜੀ ਦੇ ਮਸਤਕ 'ਚ ਕਹਿੰਦੇ ਜਟਾਂ 'ਚੋਂ ਨਿਕਲਦੀ ਹੈ ਅਤੇ ਚੰਦਰਮਾ ਮਸਤਕ 'ਚ ਰਹਿੰਦਾ। ਐਸੀਆਂ ਕਥਾਵਾਂ ਨੇ, ਇਹਨਾਂ ਦਾ ਅੰਦਰਲਾ ਮਤਲਬ ਹੋਰ ਹੈ, ਬਾਹਰਲੀ ਬਾਤ ਹੋਰ ਹੈ। ਅਤੇ ਕਹਿੰਦੇ ਇਹ ਪਵਿੱਤਰ ਹੋਇਆ ਕਰਦੀ ਹੈ, ਇੱਥੇ ਬੰਦਗੀ ਕੀਤੀ ਹੈ ਬੇਅਤ ਰਿਸ਼ੀਆਂ ਮੁਨੀਆਂ ਨੇ, ਧਰਤੀ ਪਵਿੱਤਰ ਹੋ ਕੇ ਦਰਿਆ ਵੀ ਪਵਿੱਤਰ ਹੋ ਗਿਆ, ਲੇਕਿਨ ਇੱਥੇ ਜਦ ਜਾ ਕੇ ਪਾਪੀ ਇਸ਼ਨਾਨ ਕਰਦੇ ਨੇ ਤਾਂ ਉਸ ਵੇਲੇ ਇਹਦੇ ਵਿੱਚ ਮੈਲ ਛੱਡਿਆਉਂਦੇ ਨੇ, ਇਹਦਾ ਤਪ ਘਟਣਾ ਸ਼ੁਰੂ ਹੋ ਜਾਂਦਾ, ਤੀਰਥ ਗੰਦਾ ਹੋ ਜਾਂਦਾ, ਮੈਲਾ ਹੋ ਜਾਂਦਾ। ਉਸ ਵੇਲੇ ਪਰਮੇਸ਼ੁਰ ਦੇ ਦਰ 'ਤੇ ਪੁਕਾਰ ਕਰਦਾ ਕਿ ਹੇ ਪ੍ਰਭੂ, ਕੋਈ ਆਪਣਾ ਬਖਸ਼ਿਆ ਹੋਇਆ ਤਤ ਵੇਤਾ ਮਹਾਂਪੁਰਸ਼ ਬ੍ਰਹਮ ਗਿਆਨੀ, ਉਹ ਤੂੰ ਭੇਜ, ਉਹ ਇਸ਼ਨਾਨ ਕਰੇ, ਸਾਡੇ ਜਿਹੜੀ ਸਾਨੂੰ ਮੈਲ ਲੱਗੀ ਹੋਈ ਆ ਪਾਪੀ ਲੋਕਾਂ ਦੀ ਉਹ ਲੈ ਜਾਵੇ। ਅਤੇ ਇਸ ਤਰ੍ਹਾਂ ਨਾਲ ਮਹਾਰਾਜ ਫਰਮਾਨ ਕਰਦੇ ਨੇ ਆ ਕੇ ਇਸ਼ਨਾਨ ਕਰਦੇ ਨੇ ਅਤੇ ਪਾਪ ਛੱਡ ਜਾਂਦੇ ਨੇ। ਉਹ ਮੈਲ ਸਾਡੇ ਵਿੱਚ ਭਰੀ ਪਈ ਹੈ ਅਤੇ ਉਹ ਮੈਲ ਨੂੰ ਕੋਈ ਦੂਰ ਨਹੀਂ ਕਰ ਸਕਦਾ। ਹਮਰੀ ਮੈਲ ਸਾਧੂ ਕੀ ਧੂੜ ਗਵਾਈ, ਸਾਡੀ ਮੈਲ ਜੇ ਕੋਈ ਗਵਾ ਸਕਦਾ ਸੰਤਾਂ ਦੀ ਧੂੜੀ ਨੇ ਗਵਾਉਣੀ ਹੈ।
ਅੱਠ ਤੀਰਥ ਮੱਜਨ ਨਾਈ, ਸਤ ਸੰਗਤ ਕੀ ਧੂਰ ਪਰੀ ਉੱਡ ਨੇਤਰੀ, ਸਭ ਦੁਰਮਤ ਮੈਲ ਗਵਾਈ। ਇੱਥੇ ਤੱਕ ਕਿ ਆਦਮੀ ਦੀ ਖੋਟੀ ਮਤ ਨੂੰ ਵੀ ਸੰਤਾਂ ਦੀ ਧੂੜੀ ਦੂਰ ਕਰਨੀ ਹੈ। ਇੱਕ ਵਾਰੀ ਲਾਹੌਰ ਕਿਲ੍ਹੇ ਦੇ ਪਾਸ ਇੱਕ ਮਹਾਤਮਾ ਰਿਹਾ ਕਰਦੇ ਸੀ, ਉਸ ਵੇਲੇ ਸ਼ਾਹਜਹਾਨ ਦਾ ਰਾਜ ਸੀ ਅਤੇ ਕਿਲ੍ਹੇ ਦਾ ਕੋਈ ਵੱਡਾ ਅਮੀਰ ਉੱਪਰਲੀ ਮੰਜ਼ਿਲ 'ਤੇ ਖੜ੍ਹਾ ਸ਼ਹਿਰ ਨੂੰ ਦੇਖ ਰਿਹਾ, ਤਾਂ ਕੀ ਦੇਖਦਾ, ਹੇਠਲੀ ਮੰਜ਼ਿਲ 'ਤੇ ਕੋਲ ਹੀ ਹਵੇਲੀ ਹੈ ਅਤੇ ਉਹਦੇ ਉੱਤੇ ਇੱਕ ਬੀਬੀ ਕੇਸ ਸੁਕਾ ਰਹੀ ਹੈ, ਬੜੀ ਸੁੰਦਰ ਹੈ। ਇਹਦੇ ਮਨ ਵਿੱਚ ਦੁਰਭਾਵਨਾ ਪੈਦਾ ਹੋ ਗਈ ਅਤੇ ਉਸ ਵੇਲੇ ਆਪਣੇ ਅਮੀਰਾਂ ਵਜ਼ੀਰਾਂ ਨੂੰ ਕਹਿਣ ਲੱਗਿਆ ਕਿ ਦੇਖੋ ਉਹ ਕੋਠੀ ਕਿਸ ਦੀ ਹੈ, ਉਹ ਜੋ ਔਰਤ ਟਹਿਲ ਰਹੀ ਹੈ ਕੇਸ ਸੁਕਾ ਰਹੀ ਹੈ ਉਹਨੂੰ ਮੇਰੇ ਪੇਸ਼ ਕਰੋ। ਉਸ ਵੇਲੇ ਕਹਿਣ ਲੱਗੇ ਵੀ ਮਹਾਰਾਜ ਤੁਹਾਡੇ ਕੋਲ ਸਾਰਾ ਕੁਛ ਹੈਗਾ, ਸ਼ਾਹਜਹਾਨ ਦੀ ਬਾਤ ਹੈ, ਤੁਸੀਂ ਮੰਗਾ ਸਕਦੇ ਹੋ, ਪਰ ਜਨਤਾ 'ਚ ਬਦਨਾਮੀ ਬਹੁਤ ਹੋ ਜੂ, ਇਹ ਗੱਲ ਨਹੀਂ ਠੀਕ, ਕੋਈ ਹੋਰ ਤਰੀਕਾ ਦੇਖਦੇ ਹਾਂ। ਇੱਧਰ ਬੀਬੀ ਦਾ ਪਤੀ ਜਿਹੜਾ ਸੀ ਪ੍ਰਦੇਸ਼ ਵਿੱਚ ਵਪਾਰ ਕਰਨ ਵਾਸਤੇ ਗਿਆ ਹੋਇਆ ਸੀ, ਸਤਵੰਤੀ ਸੀ, ਬਹੁਤ ਉੱਚੇ ਕਰੈਕਟਰ ਦੀ ਸੀ, ਆਪਣੇ ਪਤੀ ਨੂੰ ਪਰਮੇਸ਼ਰ ਵਾਂਗੂ ਪੂਜਦੀ ਸੀ, ਕਿਉਂਕਿ ਬੀਬੀਆਂ ਦੀ ਜੋ ਗਤੀ ਹੁੰਦੀ ਹੈ ਐਸਾ ਸੱਤ ਸ਼ਾਸਤਰਾਂ 'ਚ ਸਾਰੇ ਹੈ ਕਿ ਜੇ ਇਹਦਾ ਜਿਹੜਾ ਪਤੀਵਰਤਾ ਧਰਮ ਹੈ ਜੇ ਆਪਣੇ ਧਰਮ 'ਤੇ ਪੂਰੀ ਰਹਿ ਜਾਵੇ, ਇਹ ਗੁਰਦਸਵੇਂ ਪਾਤਸ਼ਾਹ ਨੇ ਗੱਲਾਂ ਦੱਸੀਆਂ ਸਾਰੀ। ਉਹ ਕਹਿੰਦੇ ਆਪਣੇ ਪਤੀ ਨੂੰ ਇੱਕ ਕਲਪ ਵਾਸਤੇ ਸਵਰਗਾਂ 'ਚ ਲੈ ਜਾਂਦੀ, ਕਲਪ ਬਹੁਤ ਵੱਡੀ ਥਾਂ ਹੋਇਆ ਕਰਦਾ ਸਮਾਂ 4,32,00,000,000 ਸਾਲ ਜੇ ਪੂਰਨ ਪਤੀਵਰਤਾ ਰਹਿ ਜਾਵੇ, ਅਤੇ ਜੇ ਡੋਲੇ ਨਾ ਮਨ ਖਾਂਦਾ ਰਿਹਾ ਡੋਲੇ ਅਤੇ ਡੋਲੇ ਨਾ ਤਾਂ ਕਹਿੰਦੇ 5,000 ਸਾਲ ਲੈ ਜਾਂਦੀ। ਸੋ ਇਸ ਤਰ੍ਹਾਂ ਦੇ ਨਾਲ ਪਤੀਵਰਤਾ ਜਿਹੜਾ ਧਰਮ ਹੈ ਉਸ ਨੂੰ ਬੜੀ ਭਾਰੀ ਮਹੱਤਤਾ ਦਿੱਤੀ ਹੋਈ ਹੈ। ਸੀਤਾ ਵਰਗੀਆਂ ਹੁਣ ਵੀ ਯਾਦ ਨੇ, ਸਤੀ ਅਨਸੂਈਆ ਵਰਗੀਆਂ ਸਭ ਨੂੰ ਯਾਦ ਨੇ, ਉਹਨਾਂ ਦੇ ਆਸਰੇ ਹੀ ਖੜ੍ਹਾ, ਸੂਰਜ ਰੋਕਤਾ ਸੀ ਉਸਨੇ, ਚਾਲ ਰੋਕਤੀ ਸੀ ਧਰਤੀ ਦੀ ਸਾਰੀ। ਸੋ ਇਸ ਤਰ੍ਹਾਂ ਦੇ ਨਾਲ ਪਤੀਵਰਤਾ ਇਸਤਰੀ ਉੱਥੇ ਬੰਦਾ ਭੇਜਿਆ ਅਤੇ ਉਹਨੂੰ ਜਾ ਕੇ ਕਿਹਾ ਵੀ ਤੈਨੂੰ ਬਾਦਸ਼ਾਹ ਸ਼ਾਹਜਹਾਨ ਬੁਲਾਉਂਦਾ। ਉਹ ਕਹਿਣ ਲੱਗੀ ਮੈਂ ਤਾਂ ਪਤੀਵਰਤਾ ਇਸਤਰੀ ਹਾਂ, ਮੈਂ ਕਿਸੇ ਪਰਪੁਰਖ ਨਾਲ ਬਾਤ ਨਹੀਂ ਕਰ ਸਕਦੀ। ਉਸ ਵੇਲੇ ਉਹਨੇ ਆ ਕੇ ਕਿਹਾ ਅਤੇ ਉਹਦੇ ਮਨ 'ਚ ਆਇਆ ਵੀ ਫੌਜ ਸਿਪਾਹੀ ਭੇਜ ਦਿੰਦੇ ਆਪੇ ਫੜ ਲਿਆਉਣਗੇ। ਤਾਂ ਉਸ ਵੇਲੇ ਜਿਹੜੇ ਉਹਦੇ ਕਾਜ਼ੀ ਸੀ ਉਹ ਕਹਿਣ ਲੱਗੇ ਮੁੱਲਾ ਮੁਲਾਣੇ ਵੀ ਮਹਾਰਾਜ ਬਦਨਾਮੀ ਹੋਏਗੀ, ਇਸ ਤਰ੍ਹਾਂ ਹਿੰਦੂ ਸਾਰਾ ਖਿਲਾਫ਼ ਹੋ ਜਾਏਗਾ, ਅਤੇ ਆਪਣੇ ਸਾਡੇ ਕੋਲ ਮੰਤਰ ਨੇ, ਮੰਤਰ ਦੇ ਬਲ ਨਾਲ ਅਸੀਂ ਬੁਲਾ ਲੈਂਦੇ, ਕਿਉਂਕਿ ਐਸੇ ਮੰਤਰੀ ਬਹੁਤ ਫਿਰਦੇ ਨੇ ਸਾਧ ਸਿੰਘ ਜੀ। ਇੱਥੇ ਵੀ ਆਇਆ ਸੀ ਮੁੱਲਾਂਪੁਰ, ਉੱਥੇ ਉਹ ਇੱਥੇ ਮੋਹਾਲੀ ਚਲਿਆ ਗਿਆ, ਉੱਥੇ ਵੀ ਬੜੀ ਗੜਬੜ ਕਰੀ ਉਹਨੇ, ਐਸੇ ਮੰਤਰ ਹੁੰਦੇ ਨੇ। ਸੋ ਉਹ ਮੰਤਰ ਦੇ ਬਲ ਨਾਲ ਕਹਿੰਦੇ ਅਸੀਂ ਬੁਲਾ ਲੈਂਦੇ ਹਾਂ, ਮੋਹਣੀ ਮੰਤਰ ਅਸੀਂ ਪੂਰੀ ਤਰ੍ਹਾਂ ਦੇ ਨਾਲ ਚਿਲਾ ਕੱਟਿਆ ਹੈ ਅਤੇ ਤੁਸੀਂ ਫਿਕਰ ਨਾ ਕਰੋ। ਉਸ ਵੇਲੇ ਉਹ ਮੰਤਰ ਪੜ੍ਹਨਾ ਸ਼ੁਰੂ ਕਰ ਲਿਆ ਅਤੇ ਪਹਿਲਾਂ ਪੜ੍ਹ ਕੇ ਪੂਰਾ ਕਰਕੇ ਉਹ ਇੱਕ ਪਾਵੇ ਦੇ ਥੱਲੇ ਪੁੜੀ ਬਣਾ ਕੇ ਦੱਬ ਦਿੱਤਾ ਲਿਖ ਕੇ। ਇੱਧਰ ਇਹ ਬੀਬੀ ਨੇ ਸੋਚਾਂ 'ਚ ਪੈ ਗਈ ਬਈ ਮੇਰਾ ਪਤੀ ਗਿਆ ਹੋਇਆ ਬਾਹਰ ਹੈ, ਇਹ ਕਿਤੇ ਬਾਦਸ਼ਾਹ ਮੇਰਾ ਘਰ ਨਾ ਲੁੱਟ ਲਵੇ, ਬੜਾ ਮਾੜਾ ਕੰਮ ਹੋਊਗਾ, ਬਹੁਤ ਮੈਨੂੰ ਤਾਂ ਦਿੱਕਤ ਆ ਗਈ, ਹੇ ਪ੍ਰਭੂ ਤੂੰ ਹੀ ਮੇਰੀ ਲਾਜ ਰੱਖ, ਤੂੰ ਹੀ ਮੈਨੂੰ ਬਚਾ। ਇਹਨੇ ਨੂੰ ਉਹਨਾਂ ਦੂਸਰਾ ਮੰਤਰ ਫੇਰ ਪੜ੍ਹ ਲਿਆ, ਪੂਰਾ ਕਰ ਲਿਆ ਅਤੇ ਉਹਦੀ ਵੀ ਲਿਖ ਕੇ ਪੁੜੀ ਬਣਾ ਕੇ ਦੂਸਰੇ ਪਾਵੇ ਥੱਲੇ ਦੇ ਤਾ। ਇੱਧਰ ਇਹਦੇ ਮਨ 'ਚ ਮੰਤਰ ਨੇ ਬਲ ਪੈਦਾ ਕੀਤਾ, ਆ ਕੇ ਕੁਮੱਤ ਦੇ ਤੀ, ਕਹਿਣ ਲੱਗੀ ਵੀ ਦੇਖੋ ਇਹ ਮੇਰੇ ਪਤੀ ਨੂੰ ਜੇ ਮਰਵਾ ਦਿੱਤਾ ਫਿਰ ਮੈਂ ਕੀ ਕਰਾਂਗੀ, ਹੁਣ ਮੈਂ ਬਾਦਸ਼ਾਹ ਦੇ ਕਹੇ 'ਤੇ ਜਾਂਦੀ ਨਹੀਂ ਹਾਂ ਅਤੇ ਬੜਾ ਮੁਸ਼ਕਲ ਹੋ ਜਾਏਗਾ, ਬੱਚੇ ਕੀ ਕਰਨਗੇ, ਕਮਜ਼ੋਰੀ ਆ ਗਈ, ਅੱਧ 'ਚ ਪਹੁੰਚ ਗਈ। ਉਸ ਵੇਲੇ ਤੀਸਰਾ ਮੰਤਰ ਉਹਨਾਂ ਨੇ ਫੇਰ ਪੜ੍ਹਿਆ, ਫੇਰ ਦੱਬਤਾ, ਜਿਸ ਵਕਤ ਉਹ ਹੋਇਆ ਤਾਂ ਉਸ ਵੇਲੇ ਹਾਰ ਸ਼ਿੰਗਾਰ ਲਾਉਣ ਲੱਗ ਗਈ, ਧਰਮ ਭੁੱਲ ਗਿਆ, ਸਭ ਕੁਛ ਭੁੱਲ ਗਈ, ਮੰਤਰ ਦਾ ਬਲ ਸਿਰ 'ਚ ਆ ਗਿਆ, ਪੁੱਠੀ ਮੱਤ ਆ ਗਈ। ਉਸ ਵੇਲੇ ਹਾਰ ਸ਼ਿੰਗਾਰ ਲਾ ਕੇ ਜਿਸ ਵਕਤ ਲਾਏ ਤਾਂ ਚੌਥਾ ਮੰਤਰ ਪੜ੍ਹ ਹੋ ਗਿਆ, ਚੌਥਾ ਮੰਤਰ ਪੜ੍ਹ ਕੇ ਉਹਨਾਂ ਨੇ ਪਾਵੇ ਥੱਲੇ ਦੱਬਤਾ, ਜਦੋਂ ਦੱਬਿਆ ਤਾਂ ਘਰ ਨੂੰ ਤਾਲਾ ਲਾ ਕੇ ਸਿੱਧੀ ਕਿਲ੍ਹੇ ਵੱਲ ਨੂੰ ਤੁਰ ਪਈ, ਜਿਵੇਂ ਕੋਈ ਖਿੱਚੀ ਲਈ ਜਾਂਦਾ। ਜਾਂਦੇ ਜਾਂਦੇ ਉੱਥੇ ਇੱਕ ਮਹਾਤਮਾ ਜਿਹੜੇ ਰਿਹਾ ਕਰਦੇ ਸੀ, ਬੜੇ ਉੱਚ ਕੋਟੀ ਦੇ ਮਹਾਤਮਾ ਸੀ, ਹਿੰਦੂ ਵੀ ਮੁਸਲਮਾਨ ਵੀ ਉਹਨਾਂ ਕੋਲ ਆਇਆ ਕਰਦੇ, ਤਾਂ ਉਸ ਵੇਲੇ ਮਹਾਤਮਾ ਨੇ ਦ੍ਰਿਸ਼ਟੀ ਕਰੀ, ਦੇਖਿਆ ਵੀ ਆਹ ਬੀਬੀ ਹਾਰ ਸ਼ਿੰਗਾਰ ਲਾਈ ਜਾਂਦੀ ਹੈ ਤਾਂ ਪਤੀ ਤਾਂ ਬਾਹਰ ਗਿਆ ਹੋਇਆ। ਆਵਾਜ਼ ਮਾਰੀ ਕਹਿੰਦੇ ਬੇਟਾ ਇੱਧਰ ਆਓ,
ਕਹਿਣ ਲੱਗੇ ਕੀ ਗੱਲ ਤੁਸੀਂ ਪਤੀ ਤੁਹਾਡੇ ਆ ਗਏ? ਕਹਿੰਦੇ ਨਹੀਂ ਮਹਾਰਾਜ। ਕਹਿੰਦੇ ਫਿਰ ਕੀ ਹੋ ਗਏ? ਕਹਿੰਦੇ ਬਾਬਾ ਜੀ ਮੈਨੂੰ ਕੁਛ ਨਹੀਂ ਪਤਾ ਲੱਗਦਾ, ਮੇਰੀ ਬੁੱਧੀ ਭ੍ਰਿਸ਼ਟ ਹੋ ਗਈ, ਮੈਨੂੰ ਕੁਛ ਨਹੀਂ ਪਤਾ ਲੱਗਦਾ, ਮੈਨੂੰ ਕੋਈ ਚੀਜ਼ ਖਿੱਚ ਰਹੀ ਹੈ। ਮਹਾਤਮਾ ਅੰਤਰ ਧਿਆਨ ਦੇਖਿਆ ਬਈ ਇਹ ਮੰਤਰ ਦੇ ਬਲ ਨਾਲ ਇਹ ਕਿਲੇ 'ਚ ਜਾ ਰਹੀ ਹੈ। ਉਸੇ ਵੇਲੇ ਜਿੱਥੇ ਬੈਠੇ ਸੀ ਆਪਣੇ ਚਰਨਾਂ ਦੇ ਥੱਲੋਂ ਧੂੜ ਕੱਢੀ, ਮੱਥੇ ਦੇ ਉੱਤੇ ਮਲ ਕੇ ਕਾਟਾ ਮਾਰਤਾ। ਕਹਿੰਦੇ ਜਾ ਹੁਣ ਕੁਛ ਨਹੀਂ ਹੁੰਦਾ। ਸੰਤ ਕੀ ਧੂੜ ਮਿਟੇ ਅੱਗ ਕੋਟ, ਮਹਾਰਾਜ ਕਹਿੰਦੇ 1 ਕਰੋੜ ਪਾਪ ਸੰਤਾਂ ਦੀ ਧੂੜੀ ਨਾਲ ਮਿਟ ਜਾਂਦਾ ਹੈ। ਸੋ ਇਸ ਤਰ੍ਹਾਂ ਦੇ ਨਾਲ ਇਹ ਤੀਰਥ ਸਾਰੇ ਬੇਨਤੀ ਕਰਦੇ ਹਾਂ ਪ੍ਰਭੂ ਦੇ ਪਾਸ, ਹੇ ਪ੍ਰਭੂ ਕੋਈ ਆਪਣਾ ਬਖਸ਼ਿਆ ਹੋਇਆ ਭੇਜ। ਸੋ ਇਸ ਤਰ੍ਹਾਂ ਇਹ ਜਿਹੜੇ ਵੱਡੇ ਵੱਡੇ ਤੀਰਥ ਦੇਵੀਆਂ ਦੇ ਥਾਪੇ ਹੋਏ ਉਹ ਵੀ ਸਾਧੂ ਦੀ ਧੂੜ ਨੂੰ ਲੋਚਦੇ ਹਨ। ਕਿੰਨਾ ਫਲ ਹੋਇਆ ਕਰਦਾ ਹੈ। ਇੱਕ ਵਾਰੀ ਗੁਰੂ ਮਹਾਰਾਜ ਨੂੰ ਗੁਰੂ ਪੰਜਵੇਂ ਪਾਤਸ਼ਾਹ ਨੂੰ ਪੁੱਛਿਆ ਕਿ ਸੱਚੇ ਪਾਤਸ਼ਾਹ ਸਾਡਾ ਪਾਰ ਉਤਾਰਾ ਕਿਵੇਂ ਹੋ ਸਕਦਾ? ਅਸੀਂ ਦੂਰ ਦਰਾਜ ਰਹਿੰਦੇ ਹਾਂ, ਕਰਮ ਧਰਮ ਵੀ ਕਰਦੇ ਹਾਂ, ਪਾਠ ਵੀ ਕਰਦੇ ਹਾਂ, ਸ਼ਾਸਤਰ ਵੀ ਪੜ੍ਹਦੇ ਹਾਂ, ਤੀਰਥਾਂ 'ਤੇ ਜਾ ਕੇ ਇਸ਼ਨਾਨ ਵੀ ਕਰਦੇ ਹਾਂ। ਮਹਾਰਾਜ ਕਹਿੰਦੇ ਨਹੀਂ ਗੁਰਮੁਖੋ, ਉਧਾਰ ਹੋਣ ਦਾ ਤਰੀਕਾ ਹੋਰ ਹੁੰਦਾ। ਇਹ ਜਿਹੜੇ ਕਰਮ ਧਰਮ ਨੇ ਇਹਨਾਂ ਨੂੰ ਕਲਯੁੱਗ 'ਚ ਕੋਈ ਫਲ ਨਹੀਂ ਲੱਗਦਾ। ਕਲਯੁੱਗ 'ਚ ਫਲ ਕੇਵਲ ਨਾਮ ਨੂੰ ਲੱਗਦਾ, ਬਾਕੀ ਨਹੀਂ ਲੱਗਦਾ। ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਗਾਤੀ ਲੁੱਟੇ, ਨਿਰਵਾਣ ਕੀਰਤਨ ਗਾਵੋ ਕਰਦੇਗਾ, ਨਿਮਕ ਸਿਮਰਤ ਜਿਤ ਛੂਟੇ। ਕਹਿੰਦੇ ਬਾਕੀ ਜਿਹੜੇ ਤੁਸੀਂ ਬਾਤ ਕਹਿੰਦੇ ਹੋ, ਤੀਰਥਾਂ ਦੀ ਕੋਟ ਤੀਰਥ ਮੱਜਨ ਇਸ਼ਨਾਨਾ, ਇਸ ਕਲਮਾ ਮੈਲ ਪ੍ਰੀਜੈ, ਸਾਧ ਸੰਗਤ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲਈਜੈ। ਇਹ ਸਾਧ ਸੰਗਤ ਦੇ ਤੀਰਥ 'ਚ ਜਿਹੜਾ ਨਾਰੇਗਾ ਉਹਦੇ ਪਾਪ ਨਾਸ਼ ਹੋ ਜਾਣਗੇ। ਤੀਰਥ ਦਾ ਇੱਕ ਫਲ ਦਿੰਦਾ ਹੈ, ਤੀਰਥ ਕੀ ਹੈ? ਇੱਕ ਫਲ, ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ, ਕਹਿਤ ਕਬੀਰ ਵਿਚਾਰ। ਤੀਰਥ ਨੇ ਗੁਰਮੁਖੋ ਕਹਿੰਦੇ ਇੱਕ ਦੇਣਾ, ਸੰਤਾਂ ਨੇ ਚਾਰ ਫਲ ਦਿੰਦੇ ਨੇ, ਸੰਤ ਇਸ ਤਰ੍ਹਾਂ ਫਰਮਾਨ ਹੈ। Thank you.
कामना पूरियां हो जानी, एक पैसे टके दी घाट दूर हो जानी, एक मुक्ति प्राप्त हो जानी। तीर्थ किए एक फल, संत मिले फल चार, गुरु मिले फल अनेक हैं, कहत कबीर विचार। सो इस तरह साधुआं दी संगत संतां दी धूड़ी नूं मानता दिंदे हुए महाराज कहण लगे, जिहड़े तीर्थ यात्रा करदे हो भाई, कोट तीर्थ मजन इशनाना, इस कल मैं मैल भरी जाए तां मैल ना भर जांदे। ਬਾਕੀ ਜਿਹੜੇ ਤੁਸੀਂ ਪੜ੍ਹਨ ਨੂੰ ਕਹਿੰਦੇ ਹੋ, ਵੇਦ ਕਿਤੇਬ ਸਿਮਰਤ ਸਭ ਸਾਸ ਤੈਨੂੰ ਪੜ੍ਹਿਆ ਮੁਕਤ ਨਾ ਹੋਈ, ਇੱਕ ਅੱਖਰ ਜੋ ਗੁਰਮੁਖ ਜਾਪੈ ਤਾਂ ਕਿ ਨਿਰਮਲ ਸੋਏ। ਕਹਿੰਦੇ ਮਹਾਰਾਜ ਇਹ ਅੱਡ ਅੱਡ ਜਾਤਾਂ ਨੂੰ ਉਪਦੇਸ਼ ਹੈ? ਮਹਾਰਾਜ ਕਹਿੰਦੇ ਨਹੀਂ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਕਲਮੈ ਚੁੱਕਾ ਸੋ ਉਧਰੈ ਘੱਟ ਘੱਟ ਨਾਨਕ ਮਾਂਝਾ। ਕਹਿੰਦੇ ਦੇਖੋ ਤੁਹਾਨੂੰ ਇੱਕ ਗੱਲ ਦੱਸ ਦਿੰਦੇ ਹਾਂ, ਕਹਿੰਦੇ ਇਹ ਗੱਲ ਹੈ ਸੰਤੋ ਸਾਗਰ ਪਾਰ ਉਤਰੀ ਹੈ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੀ। ਸੰਤਾਂ ਦੇ ਜੋ ਮੁੱਖ ਦੀ ਧੂੜ ਹੁੰਦੀ ਆ ਉਹ ਬਚਨ ਹੁੰਦਾ, ਉਹ ਬਚਨ ਭਗਤ ਮੁੱਖ ਹੈ ਅਤੇ ਬੋਲਦੇ ਸੇ ਬਚਨ ਹੁੰਦੇ। ਸੰਤ ਜੇ ਬੋਲਦਾ ਵੀ ਹੈ ਉਹਨੂੰ ਐਂ ਨਾ ਸਮਝੇ ਵੀ ਦੁਨੀਆਦਾਰ ਬੋਲਦਾ, ਉਹਦੇ ਮੂੰਹ 'ਚੋਂ ਜਿਹੜੀ ਗੱਲ ਨਿਕਲ ਜਾਂਦੀ ਹੈ ਨਹੀਂ ਕਰਦਾ ਆਦਮੀ ਨੁਕਸਾਨ ਉਠਾਉਂਦਾ, ਕਰ ਲਵੇ ਫਾਇਦੇ 'ਚ ਹੋਇਆ ਕਰਦਾ। ਸੋ ਇਸ ਤਰ੍ਹਾਂ ਇੱਥੇ ਤੱਕ ਮਹਾਰਾਜ ਕਹਿੰਦੇ ਆ ਵੀ ਆਹ ਜਿਹੜਾ ਭਵਜਲ ਸਾਗਰ ਹੈ ਇਹ ਵੀ ਸੰਤਾਂ ਦੇ ਬਚਨ ਨਾਲ ਤਰ ਜਾਇਆ ਕਰਦਾ ਮੁੱਖ ਦੀ ਤੋੜੀ ਨਾਲ। ਇੱਕ ਮਿਸਾਲ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਬੜੀ ਵਾਰ ਜ਼ਿਕਰ ਆਉਂਦਾ ਉਸਦਾ। ਉਹਦੇ 'ਚ ਇਹ ਹੁੰਦਾ ਹੈ ਕਿ ਇੱਕ ਐਸੀ ਬੀਬੀ ਸੀ ਜੋ ਗਲਤ ਰਸਤੇ 'ਤੇ ਭਟਕ ਗਈ, ਜਵਾਨ ਸੀ, 25-26 ਸਾਲ ਦੀ ਸੀ, ਅਤੇ ਸਰੀਰ ਵੇਚਣਾ ਸ਼ੁਰੂ ਕਰਤਾ, ਇੰਨਾ ਪਾਪ ਕੀਤਾ ਕਿ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਪਰੋਤਾ। ਇੰਨੇ ਪਾਪ ਵੱਧ ਗਏ ਕਿ ਉਹਨੂੰ ਪੁੰਨ ਅਤੇ ਪਾਪ ਦੀ ਤਮੀਜ਼ ਇਹ ਜਾਂਦੀ ਰਹੀ, ਪੁੰਨ ਨੂੰ ਐਵੇਂ ਸਮਝ ਲਿਆ, ਪਾਪ ਨੂੰ ਇਹ ਅੰਦਰੋਂ ਆਤਮਾ ਬੋਲਣ 'ਤੇ ਹਟ ਗਈ, ਜ਼ਮੀਰ ਬੋਲਣ ਤੋਂ ਹਟ ਗਈ, ਤਹਾਂ ਲੱਗ ਗਈਆਂ ਪਾਪਾਂ ਦੀਆਂ। ਇਹ ਖਿਆਲ ਇਹ ਜਾਂਦਾ ਰਿਹਾ ਕਿ ਪਾਪ ਦਾ ਵੀ ਕੋਈ ਫਲ ਹੁੰਦਾ। ਉਸ ਵੇਲੇ ਆਪ ਫਰਮਾਉਂਦੇ ਨੇ ਕਿ ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਪਰੋਤਾ। ਪਰ ਕੋਈ ਪੁੰਨ ਬਚਿਆ ਰਹਿ ਗਿਆ ਉਸਦਾ। ਇੱਕ ਦਿਨ ਕੀ ਹੋਇਆ ਕਿ ਬਾਰਿਸ਼ ਹੋ ਰਹੀ ਸੀ, ਬਹੁਤ ਝੜੀ ਲੱਗ ਗਈ, ਸਭ ਦੇ ਕੋਠੇ 'ਚ ਆਉਣ ਲੱਗ ਗਏ। ਉਸ ਵੇਲੇ ਇੱਕ ਮਹਾਤਮਾ ਬਾਹਰ ਰਿਹਾ ਕਰਦੇ ਸੀ ਬਸਤੀ 'ਚ, ਥਾਂ ਨੀਵਾਂ ਸੀ ਜਿੱਥੇ ਰਹਿੰਦੇ ਸੀ, ਉੱਥੇ ਉਹਨਾਂ ਦਾ ਜਦ ਮੀਂਹ ਬਹੁਤ ਪਿਆ ਤਾਂ ਪਾਣੀ ਚੜਿਆ ਆਇਆ, ਅਤੇ ਉਹਨਾਂ ਨੇ ਕਿਹਾ ਕਿਤੇ ਮੇਰੀ ਝੌਂਪੜੀ ਛੱਪਰੀ 'ਚ ਨਾ ਵੜੇ, ਤਾਂ ਉੱਥੋਂ ਆਪ ਚੱਲ ਪਏ। ਤੋਤਾ ਰੱਖਿਆ ਹੋਇਆ ਸੀ ਉਹ, ਇਸ ਕਰਕੇ ਕਿ ਉਹ ਰਾਮ ਰਾਮ ਕਹੀ ਜਾਂਦਾ ਹੁੰਦਾ, ਸਿਖਾਇਆ ਹੋਇਆ ਸੀ। 2.5 ਘੰਟੇ ਉਹਨੇ ਰਾਮ 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 ਐਂ ਬੋਲੀ ਜਾਂਦਾ। ਉਹਦੇ ਬਾਅਦ ਮਹਾਤਮਾ ਉਹਨੂੰ ਕੁਛ ਖਾਣ ਪੀਣ ਨੂੰ ਦਿਆ ਕਰਦੇ ਸੀ। ਉਹ ਰੱਖਿਆ ਹੋਇਆ ਸੀ ਵੀ ਜਦ ਇਹ ਰਾਮ ਰਾਮ ਕਹੀ ਜੇ ਆਪਣੀ ਬਿਰਤੀ 'ਚ ਅਸੀਂ ਬੈਠਦੇ ਹਾਂ। ਸੋ ਉਹ ਉਹਨੇ ਨਾਲ ਲੈ ਲਿਆ। ਨਾਲ ਲੈ ਕੇ ਜਾਂਦੇ ਜਾਂਦੇ ਬਾਜ਼ਾਰ ਵਿੱਚ ਇੱਕਦਮ ਜਿਹਾ ਛਰਾਟਾ ਆਇਆ ਤਾਂ ਆਪ ਖੁੱਲ੍ਹੇ ਦਰਵਾਜ਼ੇ, ਇੱਕ ਦਰਵਾਜ਼ਾ ਖੁੱਲ੍ਹਾ ਸੀ, ਉੱਥੇ ਜਾ ਵੜੇ। ਉੱਥੇ ਵੜਦੀ ਸਾਰ ਪਤਾ ਲੱਗ ਗਿਆ ਵੀ ਇਹ ਤਾਂ ਪਾਪ ਦੇ ਮੰਦਰ 'ਚ ਆ ਵੜਿਆ ਮੈਂ।
ਕਿਉਂਕਿ ਆਦਮੀ ਦਾ ਜਿੱਥੇ ਕੋਈ ਰਹਿੰਦਾ ਸੰਤਾਂ ਦੇ ਚਲੇ ਜਾਓ, ਜਿੱਤ ਖਿੜ ਜਾਏਗਾ, ਨਾਮ ਜਪਣ ਨੂੰ ਜੀ ਕਰੇਗਾ, ਆਪੇ ਹੀ ਵਾਹਿਗੁਰੂ ਵਾਹਿਗੁਰੂ ਹੋਏਗਾ। ਮਾੜੇ ਥਾਂ ਚਲੇ ਜਾਓ, ਉਹਦੇ ਸੰਸਕਾਰ ਆਉਣੇ ਸ਼ੁਰੂ ਹੋ ਜਾਣਗੇ। ਅਤੇ ਆਦਮੀ ਦੇ ਰਹਿਣ ਦੇ ਨਾਲ ਥਾਂ ਦੇ ਉੱਤੇ ਫਰਕ ਪਿਆ ਕਰਦਾ। ਜਿੱਥੇ ਬੈਠਣ ਸਾਧ ਜਨ ਸੋ ਥਾਂ ਸੁਹਾਉਂਦਾ, ਜਿੱਥੇ ਸੰਤ ਬਹਿ ਜਾਣ ਉਹ ਥਾਂ ਸੁਹਾਵਾ ਹੋ ਜਾਇਆ ਕਰਦਾ। ਉੱਥੇ ਆ ਕੇ ਸੁੱਖਾਂ ਬਾਰਾਂ ਆਉਣ ਲੱਗ ਜਾਂਦੀਆਂ ਨੇ, ਤਪਤ ਹਟ ਜਾਂਦੀ ਹੈ, ਤ੍ਰਿਸ਼ਨਾ ਬੁੱਝ ਜਾਂਦੀ ਹੈ, ਮਨ ਸ਼ਾਂਤ ਹੋ ਜਾਂਦਾ, ਦੁੱਖ ਦੂਰ ਹੋ ਜਾਂਦੇ। ਸੋ ਇਸ ਤਰ੍ਹਾਂ ਦੇ ਨਾਲ ਜਦ ਉੱਥੇ ਮਹਾਤਮਾ ਗਏ ਤਾਂ ਉਹਨਾਂ ਨੇ ਦੇਖਿਆ ਵੀ ਆਹ ਤਾਂ ਪਾਪ ਦੇ ਮੰਦਰ 'ਚ ਆ ਵੜੇ, ਇੱਥੇ ਤਾਂ ਪਾਪ ਹੀ ਪਾਪ ਹੋ ਰਿਹਾ। ਤਾਂ ਉਸ ਵੇਲੇ ਬੀਬੀ ਨੇ ਵੀ ਦੇਖਿਆ, ਵੇਸ਼ਵਾ ਦੇ ਚਲੇ ਗਏ, ਚੰਦਰਮਣੀ ਉਸਦਾ ਨਾਂ ਸੀ, ਅਤੇ ਉੱਠ ਕੇ ਆ ਗਈ। ਐਸੇ ਕੋਈ ਸੰਸਕਾਰ ਸਾਧ ਸੰਤਾਂ ਦੇ ਦਰਸ਼ਨ ਦੇ ਪਏ ਕਿ ਉਹਦੇ ਮਨ ਦੇ ਅੰਦਰ ਅਧੇੜ ਮੁਣ ਸ਼ੁਰੂ ਹੋ ਗਈ। ਕਹਿਣ ਲੱਗੀ ਮੈਂ ਤਾਂ ਬੜੇ ਪਾਪ ਕੀਤੇ, ਬਚਪਨ 'ਚ ਮੈਂ ਸਤਸੰਗ ਸੁਣਿਆ ਸੀ, ਮਹਾਂਪੁਰਸ਼ਾਂ ਦੇ ਸੰਗਤ ਵੀ ਕਰਦੀ ਹੁੰਦੀ ਆ, ਮੈਨੂੰ ਕੀ ਹੋ ਗਿਆ। ਅਖੀਰ ਆਇਆ ਕਿ ਚਲੋ ਚਰਨ ਫੜੋ ਮਹਾਂਪੁਰਸ਼ਾਂ ਦੇ। ਉਸ ਵੇਲੇ ਆ ਕੇ ਉਸਨੇ ਨਮਸਕਾਰ ਕੀਤੀ ਅਤੇ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ ਅਤੇ ਤੁਸੀਂ ਅੰਦਰ ਚਲੋ। ਉਸ ਵੇਲੇ ਬੇਨਤੀ ਮੰਨ ਕੇ ਮਹਾਂਪੁਰਸ਼ ਅੰਦਰ ਆ ਗਏ ਅਤੇ ਕਹਿਣ ਲੱਗੇ ਬੇਟਾ, ਐਡਾ ਤੇਰਾ ਕੀਮਤੀ ਜਨਮ, ਤੈਨੂੰ ਤਾਂ ਕੌਡੀਆਂ ਦੇ ਭਾਅ ਵੇਚ ਰਹੀ, ਤੈਨੂੰ ਪਤਾ ਜੋ ਤੁਸ ਕਰਦੀ ਹੈ ਸੰਸਾਰ 'ਤੇ ਤਾਂ ਰਹਿਣਾ ਨਹੀਂ, ਇੱਥੋਂ ਜਾਣਾ ਹੈ, ਅਤੇ ਜਦੋਂ ਲੇਖਾ ਦੇਣਾ ਪੈ ਗਿਆ ਉਸ ਵੇਲੇ ਬਹੁਤ ਤੂੰ ਔਖੀ ਹੋਏਗੀ, ਲੇਖੇ ਦੇਣੇ ਪੈਣੇ ਨੇ, ਕੀਤੇ ਹੋਏ ਕਰਮਾਂ ਦਾ ਫਲ ਤੈਨੂੰ ਰੌਰਵ ਨਰਕ ਦੇ ਵਿੱਚ ਜਾ ਕੇ ਮਿਲਣਾ ਹੈ। ਸੋ ਇਸ ਤਰ੍ਹਾਂ ਦੇ ਨਾਲ ਆਪ ਨੇ ਬਹੁਤ ਸਾਰੇ ਬਚਨ ਕਹੇ, ਕਿਉਂਕਿ ਸਾਧੂ ਦਾ ਸੰਗ ਸਾਧ ਸਿੰਘ ਜੀ ਕਦੇ ਨਹੀਂ ਹੁੰਦਾ ਜਿੰਨਾ ਚਿਰ ਭਾਗ ਨਾ ਜਾਗੇ। ਭਾਗ ਜਾਗਣ ਮਹਾਰਾਜ ਦਾ ਐਸਾ ਫਰਮਾਨ ਹੈ। ਸਾਧੂ ਮਿਲ ਜਾਂਦੇ ਨੇ ਸੁੱਤੇ ਨਾਲ ਭਾਗ ਜਾਗਦੇ, ਸਾਧੂ ਮਿਲ ਜਾਂਦੇ ਨੇ ਸੁੱਤੇ ਨਾਲ ਭਾਗ ਜਾਗਦੇ, ਸਾਧੂ ਮਿਲ ਜਾਂਦੇ ਨੇ ਸੁੱਤੇ ਨਾਲ ਭਾਗ ਕਿਸੇ ਭਲੇ ਪੁਰਸ਼ ਦੇ, ਸਾਧੂ ਦੇ, ਮਹਾਂਪੁਰਸ਼ ਦੇ ਦਰਸ਼ਨ ਹੋ ਜਾਂਦੇ।
ਉਹਨਾਂ ਦਾ ਜੇ ਬਚਨ ਕਮਾ ਲਵੇ ਤਾਂ ਜਨਮਾਂ ਜਨਮਾਂ ਤੋਂ ਸੁੱਤੀ ਪਈ ਜੀਵ ਆਤਮਾ ਨੂੰ ਜਾਗ ਆ ਜਾਂਦੀ ਹੈ ਕਿ ਮੈਂ ਆਤਮਾ ਹਾਂ, ਮੈਂ ਤਾਂ ਭੁੱਲੇ ਫਿਰਦੇ। ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਜਿਉਂ ਛੋ ਪਾਰਸ ਮਨੂਰ ਪਏ ਕੰਚਨ, ਮਨੂਰ ਹੋਇਆ ਹੋਇਆ ਜਲਿਆ ਹੋਇਆ ਲੋਹਾ ਉਹਨੂੰ ਪਾਰਸ ਲਾ ਦਿਉ, ਕੰਚਨ ਬਣ ਜਾਂਦਾ, ਸੋਨਾ ਬਣ ਜਾਂਦਾ। ਤਿਉਂ ਪਤਤ ਜਨ ਮਿਲ ਸੰਗਤੀ ਸ਼ੁੱਧ ਹੋਵਤ ਗੁਰਮਤੀ ਸ਼ੁੱਧ ਹਾਦੋ। ਐਸੇ ਤਰ੍ਹਾਂ ਨਾਲ ਕਿੱਡਾ ਹੀ ਪਤਤ ਕਿਉਂ ਨਾ ਹੋਵੇ, ਜਦ ਸੰਤਾਂ ਦੇ ਕੋਲ ਚਲਿਆ ਜਾਂਦਾ ਉਹ ਕਹਿੰਦੇ ਪਵਿੱਤਰ ਹੋ ਜਾਂਦਾ ਉਹਨਾਂ ਦੀ ਸੰਗਤ ਕਰਕੇ। ਜਿਉਂ ਕਾਸ਼ਟ ਸੰਗ ਲੋਹਾ ਬਹੁਤ ਤਰਦਾ, ਜਿਵੇਂ ਲੋਹਾ ਲੱਕੜੀ ਦੇ ਨਾਲ ਲਾ ਦਿਉ ਅਤੇ ਤੈਰਨਾ ਸ਼ੁਰੂ ਕਰ ਦਿੰਦਾ, ਤਿਉਂ ਪਾਪੀ ਸੰਗ ਤਰੇ ਸਾਧ, ਸਾਧ ਸੰਗਤੀ ਗੁਰ ਸਤਿਗੁਰ ਗੁਰ ਸਾਧੋ। ਜੇ ਸਾਧੂ ਦੇ ਕੋਲ ਪਾਪੀ ਚਲੇ ਜਾਵੇ, ਕਹਿੰਦੇ ਐਵੇਂ ਜਿਵੇਂ ਪਾਪੀ ਦਾ ਵੀ ਆਧਾਰ ਹੋ ਜਾਂਦਾ। ਉਸ ਵੇਲੇ ਉਹਨਾਂ ਨੇ ਬਹੁਤ ਬਚਨ ਕਹੇ ਕਿ ਬੀਬਾ ਕਿੰਨੀ ਕੀਮਤੀ ਤੇਰੀ ਦੇਹ ਹੈ, ਇਹਨੂੰ ਤਾਂ ਬੜੇ ਬੜੇ ਦੇਵਤਾ ਵੀ ਸਵਰਗ ਲੋਕ 'ਚ ਬੈਠੇ ਲੋਚਦੇ ਨੇ ਵੀ ਕਾਹਦਾ ਸਾਡਾ ਸਵਰਗ ਖਤਮ ਹੋਵੇ, ਕਰ ਦੁਬਾਰਾ ਮਨੁੱਖ ਬਣੀਏ। ਗੁਰਸੇਵਾ ਤੇ ਭਗਤ ਕਮਾਈ ਤਵੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਪਜਾਰ ਕਿਸੇ, ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾ। ਉਸ ਵੇਲੇ ਸੰਤਾਂ ਦੇ ਦਰਸ਼ਨ ਦਾ ਫਲ ਇਹਦੀ ਬੁੱਧੀ ਦੇ ਵਿੱਚ ਚਾਨਣਾ ਆਉਣਾ ਸ਼ੁਰੂ ਹੋ ਗਿਆ, ਚਰਨ ਫਲੇ ਵੀ ਮਹਾਂਪੁਰਸ਼ ਮੈਂ ਭੁੱਲ ਗਈ। ਉਹ ਬੱਚੇ ਜਿਹੜੇ ਨਾ ਖੇਡਦੇ ਫਿਰਦੇ, ਕੋਈ ਪਹਿਰਾ ਦਿਆ ਕਰੋ, ਦੇਖਿਆ ਕਰੋ ਵੀ ਸਾਰੇ ਸਤਸੰਗ ਨੂੰ ਖਰਾਬ ਕਰਦੇ, ਇਹਨਾਂ ਨੂੰ ਜਾਂ ਬਿਠਾ ਦਿਆ ਕਰੋ ਜਾਂ ਉੱਧਰ ਭੇਜ ਦਿਆ ਕਰੋ ਟਿੱਬਿਆਂ 'ਤੇ। ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਦੇ ਦਰਸ਼ਨ ਦਾ ਸਦਕਾ ਗੁਰੂ ਨਾਨਕ ਨੂੰ ਪੁੱਛਿਆ ਵੀ ਸੱਚੇ ਪਾਤਸ਼ਾਹ ਸੰਤਾਂ ਦੀ ਦਰਸ਼ਨ ਦਾ ਕੋਈ ਫਲ ਹੈ? ਕਹਿੰਦੇ ਪੁੱਛਿਆ ਤਾਂ ਅੱਗੇ ਕਿਸੇ ਨੂੰ, ਕਹਿੰਦੇ ਬਹੁਤ ਵਾਰੀ ਪੁੱਛਿਆ, ਮੇਰੀ ਤਸੱਲੀ ਨਹੀਂ ਆਉਂਦੀ। ਮਹਾਰਾਜ ਕਹਿੰਦੇ ਚੰਗਾ, ਕੱਲ੍ਹ ਨੂੰ ਤੂੰ ਇਹ ਪਿੰਡ ਦੇ ਚੜ੍ਹਦੇ ਵੱਲ ਜਾਈ, ਉੱਥੇ ਇੱਕ ਟੋਭਾ, ਉਹਦੇ ਚੜ੍ਹਦੇ ਵਾਲੇ ਪਾਸੇ ਤੂੰ ਜਾ ਕੇ ਦਰਖਤ ਦੇ ਥੱਲੇ ਖੜੀ, ਉੱਥੇ ਤੈਨੂੰ ਦੱਸੂਗਾ ਕੋਈ ਆ ਕੇ। ਉਸੇ ਤਰ੍ਹਾਂ ਕੀਤਾ, ਕਹਿੰਦੇ ਟਿੱਕੀ ਨਿਕਲਦੀ ਨਾ ਮੁੜਿਆ ਹੀ, ਪੈ ਫਟੋਲੇ ਨਾਲ ਚੱਲਿਆ ਗਿਆ, ਟਿੱਕੀ ਨਿਕਲੀ ਕੋਈ ਨਾ ਆਇਆ ਮੁੜਿਆ ਆਇਆ। ਮਹਾਰਾਜ ਕਹਿੰਦੇ ਕਿਉਂ ਭਾਈ, ਕੋਈ ਦੇਖਿਆ ਆਇਆ ਕੋਈ? ਕਹਿੰਦੇ ਮਹਾਰਾਜ ਉੱਥੇ ਤਾਂ ਕਾਵਾਂ ਦਾ ਜੋੜਾ ਸੀ, ਕੋਈ ਨਹੀਂ ਆਇਆ ਉੱਥੇ। ਮਹਾਰਾਜ ਕਹਿੰਦੇ ਕੱਲ੍ਹ ਨੂੰ ਫੇਰ ਜਾਏ। ਦੂਸਰੇ ਦਿਨ ਜਿਸ ਵਕਤ ਗਿਆ ਤਾਂ ਉੱਥੇ ਕੀ ਦੇਖਦਾ, ਕੌਂ ਤਾਂ ਨਜ਼ਰ ਨਹੀਂ ਆਉਂਦੇ, ਬਗਲੇ ਬੈਠੇ ਨੇ। ਕਹਿੰਦਾ ਮਹਾਰਾਜ ਅੱਜ ਬਗਲੇ ਬੈਠੇ ਸੀ, ਹੋਰ ਤਾਂ ਉੱਥੇ ਆਇਆ ਨਹੀਂ ਕੋਈ ਦੱਸਣ ਵਾਲਾ। ਮਹਾਰਾਜ ਕਹਿੰਦੇ ਅੱਜ ਫੇਰ ਜਾਏ। ਤੀਸਰੇ ਦਿਨ ਫੇਰ ਭੇਜਤਾ, ਉਹ ਕੀ ਦੇਖਦਾ ਉੱਥੇ ਹੰਸ ਬੈਠੇ ਨੇ। ਫੇਰ ਆ ਗਿਆ, ਕਹਿੰਦਾ ਮਹਾਰਾਜ ਹੰਸ ਬੈਠੇ ਸੀ, ਮੈਨੂੰ ਦੱਸਣ ਵਾਲਾ ਤਾਂ ਕੋਈ ਨਹੀਂ ਆਇਆ। ਮਹਾਰਾਜ ਕਹਿੰਦੇ ਅੱਜ ਫੇਰ ਜਾ। ਜਦ ਚੌਥੇ ਦਿਨ ਗਿਆ, ਕੀ ਦੇਖਦਾ ਉੱਥੇ, ਅਤੇ ਦੋ ਦੇਵਤਾ ਬੈਠੇ ਨੇ, ਆਉਂਦੇ ਦੇ ਚਰਨਾਂ 'ਤੇ ਢਹਿ ਪਏ, ਤਾਨਾ ਗੁਰਸਿੱਖਾ ਤਾਨਾ ਗੁਰਸਿੱਖ। ਕਹਿੰਦਾ ਮੈਂ ਕਿਹੜੀ ਗੱਲ ਤੋਂ ਤਾਨਾ? ਕਹਿੰਦੇ ਗੁਰਸਿੱਖਾ ਤੂੰ ਨਹੀਂ ਪਛਾਣਦਾ, ਪਹਿਲੇ ਦਿਨ ਅਸੀਂ ਕਾਮਾਂ ਦਾ ਜੋੜਾ ਸੀ, ਦੂਸਰੇ ਦਿਨ ਤੇਰੇ ਦਰਸ਼ਨ ਕਰਕੇ ਅਸੀਂ ਬਗਲਿਆਂ ਦਾ ਜੋੜਾ ਬਣ ਗਏ, ਤੀਸਰੇ ਦਿਨ ਅਸੀਂ ਹੰਸਾਂ ਦਾ ਜੋੜਾ ਬਣ ਗਏ, ਅਤੇ ਅੱਜ ਤੇਰੇ ਦਰਸ਼ਨ ਕਰਕੇ ਅਸੀਂ ਸਵਰਗ ਲੋਕ ਨੂੰ ਜਾ ਰਹੇ ਹਾਂ, ਤਾਨਾ ਹੈ ਤੂੰ। ਮਹਾਰਾਜ ਕੋਲ ਆ ਗਿਆ, ਕਹਿਣ ਲੱਗੇ ਮਹਾਰਾਜ ਮੈਂ ਤਾਂ ਗੱਲ ਅਜੀਬ ਦੇਖੀ ਹੈ, ਆਪਦੇ ਦਰਸ਼ਨ ਦਾ ਫਲ ਪਤਾ ਨਹੀਂ ਕਿੰਨਾ ਹੋਏਗਾ, ਮੇਰੇ ਦਰਸ਼ਨ ਦਾ ਹੀ ਫਲ ਇੰਨਾ ਹੋ ਗਿਆ ਕਿਉਂਕਿ ਮੈਂ ਆਪਦੇ ਦਰਸ਼ਨ ਕਰਕੇ ਜਾਂਦਾ ਸੀ। ਮੈਨੂੰ ਉਹ ਦੇਵਤਿਆਂ ਨੇ ਦੱਸਿਆ ਕਿ ਤੇਰੇ ਘਰ ਗੁਰੂ ਨਾਨਕ ਆਏ ਹੋਏ ਨੇ, ਤੂੰ ਉਹਨਾਂ ਦਾ ਦਰਸ਼ਨ ਕਰਦਾ ਹੈ, ਅਤੇ ਤੇਰੇ ਦਰਸ਼ਨ ਦਾ ਫਲ ਸਾਨੂੰ ਕਿੰਨਾ ਹੈ, ਅਸੀਂ ਕਾਵਾਂ ਤੋਂ ਦੇਵਤੇ ਬਣ ਗਏ। ਸੋ ਇਸ ਤਰ੍ਹਾਂ ਕਈਆਂ ਦੇ ਖਿਆਲ ਹੋ ਜਾਂਦਾ ਵੀ ਕੌਮ ਵੀ ਕਦੇ ਬਣ ਸਕਦਾ ਹੰਸ। ਸਾਧ ਸਿੰਘ ਜੀ ਇਹ ਨਹੀਂ ਹੈ, ਮਤਲਬ ਹੋਰ ਹੁੰਦਾ, ਗੱਲ ਹੋਰ ਹੁੰਦੀ। ਇਹ ਹੁੰਦਾ ਕਿ ਜਦੋਂ ਆਦਮੀ ਪਹਿਲਾਂ ਪਾਪਾਂ ਦਾ ਭਰਿਆ ਪਿਆ ਹੁੰਦਾ, ਨਸ਼ਿਆਂ 'ਚ ਗੁਲਤਾਨ ਹੁੰਦਾ, ਸ਼ਰਾਬਾਂ ਕਬਾਬ ਸੁਆਖੇ ਜਰਦੇ ਨਿੰਦਿਆ ਚੁਗਲੀ ਈਰਖਾ ਮੈਲ ਖਾਂਦਾ, ਜਦ ਸੰਤਾਂ ਦੇ ਕੋਲ ਜਾਂਦਾ ਹੈ ਤਾਂ ਉਹਦੀ ਕੌਮ ਬਿਰਤੀ ਬਦਲ ਜਾਂਦੀ ਹੈ, ਅਤੇ ਪਰ ਅੰਦਰੋਂ ਸ਼ੁੱਧ ਨਹੀਂ ਹੁੰਦਾ, ਬਗਲੇ ਵੰਗਣ ਰਹਿ ਜਾਂਦਾ, ਬਾਹਰੋਂ ਚਿੱਟਾ ਹੋ ਜਾਂਦਾ, ਭੇਸ ਪਾ ਲਿਆ, ਰੀਸ ਕਰਨ ਲੱਗ ਗਿਆ, ਲੇਕਿਨ ਅੰਦਰੋਂ ਨਹੀਂ ਹੋਇਆ ਸਾਫ। ਹੌਲੀ ਹੌਲੀ ਜਦ ਉਹਨਾਂ ਦੇ ਦਰਸ਼ਨ ਕਰਦਾ ਫਿਰ ਅੰਦਰ ਸਫਾਈ ਆਉਣੀ ਸ਼ੁਰੂ ਹੋ ਜਾਂਦੀ ਹੈ, ਫਿਰ ਹੰਸ ਵਾਲੀ ਬਿਰਤੀ ਵਿਵੇਕ ਬਿਰਤੀ ਜਾਗ ਪੈਂਦੀ ਹੈ, ਸੱਤ ਅਤੇ ਅਸੱਤ ਦਾ ਨਿਰਣਾ ਕਰਕੇ ਅਖੀਰ ਦੇਵ ਦੇਹੀ ਨੂੰ ਪ੍ਰਾਪਤ ਹੋ ਜਾਇਆ ਕਰਦਾ। ਸੋ ਇਹ ਫਲ ਕੁਦਰਤੀ ਹੋਇਆ ਕਰਦਾ, ਕੋਈ ਵੀ ਆ ਜਾਓ। ਵੱਡੇ ਵੱਡੇ ਜਿਹੜੇ ਵਿਧੀ ਚੰਦ ਵਰਗੇ ਸੀ ਡਾਕੇ ਮਾਰਨ ਵਾਲੇ, ਗੁਰੂ ਦੀ ਸੰਗਤ 'ਚ ਆ ਕੇ ਪੂਰਨ ਸੰਤ ਬਣ ਗਏ, ਇੱਕ ਬਣਿਆ ਸੈਂਕੜੇ ਬਣੇ। ਬਾਲਮੀਕ ਕਿਹਾ ਗਿਆ ਸੀ ਸੰਤਾਂ ਦੀ ਸੰਗਤ ਕਰਕੇ ਕਿੱਡਾ ਬਣਿਆ ਕਿ 10,000 ਸਾਲ ਪਹਿਲਾਂ ਰਮਾਇਣ ਲਿਖਤੀ ਉਸਨੇ। ਸੋ ਇਸ ਤਰ੍ਹਾਂ ਸੰਤਾਂ ਦੀ ਸੰਗਤ ਦਾ ਫਲ ਆਪ ਵੀ ਹੋਇਆ ਕਰਦਾ, ਦਰਸ਼ਨ ਕਰਦੀ ਸਾਰ ਨਾਮ ਜਪਣ ਵਾਲੇ ਬੰਦਿਆਂ ਦੇ ਮੁੱਖ ਤੋਂ ਜਦੇ ਵਾਹਿਗੁਰੂ ਵਾਹਿਗੁਰੂ ਨਿਕਲਣ ਲੱਗ ਜਾਂਦਾ,
ਵਿਕਾਰ ਦੌੜ ਜਾਂਦੇ ਨੇ, ਨੇੜੇ ਨਹੀਂ ਆਉਂਦੇ। ਸੋ ਇਸ ਤਰ੍ਹਾਂ ਜਦੋਂ ਦਾ ਪ੍ਰਭਾਵ ਪਿਆ, ਬੀਬੀ ਦੇ ਮਨ 'ਤੇ ਅਸਰ ਹੋਇਆ ਅਤੇ ਕਹਿਣ ਲੱਗੀ, ਮਹਾਰਾਜ ਮੈਂ ਤਾਂ ਬਹੁਤ ਪਛਤਾਉਣੀ ਹਾਂ, ਮੈਨੂੰ ਪਤਾ ਨਹੀਂ ਸੀ, ਮੈਂ ਤਾਂ ਕਦੇ ਪਾਪ ਨਾ ਕਰਦੀ, ਜੇ ਮੈਨੂੰ ਪਹਿਲਾਂ ਪਤਾ ਹੁੰਦਾ ਵੀ ਨਰਕਾਂ ਦੇ ਦੁੱਖ ਇੰਨੇ ਸਖਤ ਨੇ। ਜੇ ਮੈਂ ਜਾਣਦੀ ਨਰਕਾਂ ਦੇ ਦੁੱਖ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਦਾਣੀਆ ਤਿਉਂ ਮੱਥੇ ਧਰਮ ਰਹੇ। ਉੱਥੇ ਤਾਂ ਜਿੰਦੜੀ ਨੇ ਬਹੁਤ ਦੁੱਖ ਪਾਉਣਾ, ਲਾਇਫ ਆਏ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ, ਤੱਕੇ ਨਾਰ ਪਰਾਈਆਂ ਲੁਕ ਅੰਦਰ ਠਾਣੀ, ਸੰਨੀ ਦੇਨ ਬਖੰਮ ਥਾਏ ਮਿੱਠੇ ਮਧ ਮਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜ਼ਰਾਈਲ ਫਰਿਸ਼ਤਾ ਤਿਲ ਪੀੜੇ ਕਹਾਣੀ। ਮਹਾਂਪੁਰਸ਼ ਐ ਤਿਲਾਂ ਨੂੰ ਜਿਵੇਂ ਕਹਾਣੀ 'ਚ ਪੀੜਦੇ ਨੇ, ਮੈਂ ਤਾਂ ਹੈਰਾਨ ਹੋ ਗਈ, ਡਰ ਗਈ ਇਸ ਗੱਲ ਦੇ ਉੱਤੇ। ਪਾਪ ਕਰਿੰਦੜ ਸਰ ਪਰ ਮੁੱਠੇ, ਅਜ਼ਰਾਈਲ ਫੜੇ ਫੜ ਕੁੱਠੇ, ਦੋਜ਼ਖ ਪਾਏ ਸਿਰਜਣ ਹਾਰੇ, ਲੇਖਾ ਮੰਗੇ ਬਾਣੀ। ਔਖਾ ਹੋ ਗਿਆ, ਕਿਰਪਾ ਕਰੋ, ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਹੰਕਾਰਾ, ਇਹ ਜਮਕੀ ਸਰਕਾਰ ਹੈ, ਇਹਨਾਂ ਉੱਪਰ ਜਮਕਾ ਡੰਡ ਕਰਾਰਾ, ਮਨਮੁੱਖ ਜਬ ਜਮ ਮਗ ਪਾਇਨ, ਜਿਹਨੇ ਦੂਜਾ ਭਾਉ ਪਿਆਰਾ, ਜਮ ਪਰ ਬੱਧੇ ਮਾਰੀਆਂ, ਕੋ ਨਾ ਸੁਣੇ ਪੁਕਾਰਾ। ਕੋਈ ਪੁਕਾਰ ਨਹੀਂ ਸੁਣਦਾ ਸਾਧ ਸਿੰਘ ਦੀ, ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਏ ਪਕਾਰ, ਉੱਥੇ ਸਤਿਗੁਰ ਬੇਲੀ ਹੋਵੇ, ਕੱਢ ਲਏ ਅੰਤੀ ਵਾਰ। ਮੈਂ ਤਾਂ ਰੋਈ ਬਹੁਤ, ਰੋ ਕੇ ਚਰਨ ਵੰਡ, ਕਹਿੰਦੇ ਮੇਰੀ ਮੇਰੇ 'ਤੇ ਕਿਰਪਾ ਕਰੋ। ਸੋ ਦੁਰਮਤ ਦੇਖ ਦਿਆਲ ਹੋਏ, ਹੱਥੋਂ ਦਿੱਤੁਸ ਉਸਨੂੰ ਤੋਤਾ, ਮਹਾਂਪੁਰਖ ਅਚਾਨਚਕ ਗਣਕਾ ਵਾੜੇ ਆਏ ਖਲੋਤਾ, ਅਚਾਨਕ ਆ ਗਿਆ। ਕਹਿੰਦੇ ਬੀਬਾ ਇੰਨਾ ਨਾ ਰੋ, ਤੇਰੇ ਅਜੇ ਪੁੰਨ ਬਚੇ ਹੋਏ ਨੇ, ਸਾਰੇ ਪਾਪ ਨਹੀਂ ਹੋਏ, ਤੇਰੇ ਪੁੰਨ ਅਜੇ ਬਚ ਗਏ, ਨਹੀਂ ਸੰਤਾਂ ਦਾ ਦਰਸ਼ਨ ਨਹੀਂ ਹੋਇਆ ਕਰਦਾ ਜੇ ਪੁੰਨ ਨਾ ਹੋਵੇ। ਕੋਈ ਨਹੀਂ, ਜੋ ਲੰਘੀ ਸੋ ਲੰਘੀ, ਅਤੇ ਹੁਣ ਤੂੰ ਐਂ ਕਰ, ਬਚਨ ਮੰਨੇਗੀ, ਕਿਉਂਕਿ ਬਚਨ ਤੋਂ ਬਗੈਰ ਪਾਰ ਨਹੀਂ ਹੋਇਆ ਜਾਂਦਾ ਹੈ। ਸਾਰੇ
ਕਹਿਣ ਲੱਗੇ ਇਸ ਤਰ੍ਹਾਂ ਕਰ, ਜੇ ਸੱਚਮੁੱਚ ਤੈਨੂੰ ਗੁਲਾਮੀ ਹੋ ਗਈ ਤਾਂ ਇੱਕ ਜੁਗਤੀ ਅਸੀਂ ਦੱਸਦੇ ਹਾਂ। ਦੁਰਮਤ ਦੇਖ ਦਿਆਲ ਹੋਏ, ਗੁਰਮਤ ਦੇਖ ਕੇ ਤਾਂ ਸਾਰੇ ਹੀ ਦਿਆਲ ਹੁੰਦੇ ਨੇ, ਪਰ ਸਾਧੂ ਮਾੜੇ ਕੰਮ ਦੇਖ ਕੇ ਵੀ ਦਿਆਲ ਹੋ ਜਾਂਦੇ ਵੀ, ਕਿਉਂਕਿ ਉਹਨਾਂ ਦੇ ਵਿੱਚ ਕੋਟ ਕੋਟ ਅੱਗ ਕੱਟਣ ਹਾਰ, ਕਰੋੜ ਨੂੰ ਕਰੋੜਨਾ ਜੇ ਜਰਬ ਦੇ ਦਈਏ ਤਾਂ ਇਹ 100 ਖਰਬ ਬਣ ਜਾਂਦਾ। 100 ਖਰਬ ਪਾਪ ਵੀ ਕਰ ਦੂਰ ਕਰਨ ਵਾਲਾ, ਦੁੱਖ ਦੂਰ ਜੀ ਕਾ ਦਾਤਾ, ਸੰਤਾਂ ਦੀ ਨਿਸ਼ਾਨੀ ਹੁੰਦੀ ਹੈ, ਦੁੱਖਾਂ ਨੂੰ ਦੂਰ ਕਰਨ ਵਾਲਾ ਜੀ ਦਾ ਦਾਤਾ। ਸੋ ਇਸ ਤਰ੍ਹਾਂ ਕਹਿਣ ਲੱਗੇ, ਐਂ ਕਰ, ਆਹ ਤੋਤਾ ਲੈ ਲੈ ਬੇਟਾ, ਰੋਣਾ ਅਤੇ ਅੰਮ੍ਰਿਤ ਵੇਲੇ ਉੱਠਿਆ ਕਰ ਸਾਜਰੇ। ਉਸ ਵੇਲੇ ਉੱਠ ਕੇ ਇੱਕ ਪਾਸੇ ਬਹਿ ਗਿਆ ਕਰ ਤੋਤੇ ਦੇ ਸਾਹਮਣੇ, ਤੂੰ ਕਿਹਾ ਕਰ ਬੋਲ ਗੰਗਾ ਰਾਮਾ ਰਾਮ ਰਾਮ। ਇਹ ਕਹੂਗਾ ਰਾਮ ਰਾਮ, ਫਿਰ 2.5 ਘੰਟੇ ਬੋਲੀ ਜਾਣਾ ਇਹਨੇ, ਸਿਖਾਇਆ ਹੋਇਆ, ਅਤੇ ਤੂੰ ਵੀ ਰਾਮ ਰਾਮ ਕਰੀ ਜਾਈਂ ਅਤੇ ਇਹ ਵੀ ਰਾਮ ਰਾਮ ਕਰ। ਸੋ ਢੰਗ ਦੇ ਨਾਲ ਮਹਾਂਪੁਰਸ਼ਾਂ ਨੇ ਰਾਮ ਨਾਮ ਉਪਦੇਸ਼ ਕਰ, ਖੇਲ ਗਿਆ ਦੇ ਬਣ ਸੋਤਾ, ਰਾਮ ਦੇ ਨਾਮ ਦਾ ਉਪਦੇਸ਼ ਕਰਤਾ। ਭਾਵੇਂ ਅਧਿਕਾਰੀ ਨਹੀਂ ਸੀ, ਫਿਰ ਵੀ ਮਹਾਂਪੁਰਸ਼ਾਂ ਨੇ ਆਪਣਾ, ਕਿਉਂਕਿ ਉਹਨਾਂ ਦਾ ਫਰਜ਼ ਹੁੰਦਾ, ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲਾਇ। ਇਸ ਮਹੀਨੇ 'ਚ ਵੀ ਇਹ ਆਉਂਦਾ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾ, ਹਰੀ ਦਾ ਨਾਮ ਪਹਿਲਾਂ ਆਪ ਜਪ ਫਿਰ ਸੰਗਤ 'ਤੇ ਜਪਾ। ਉਹ ਦਾਨ ਕਰ, ਨਾਲ ਆਪਣੀ ਸ਼ਕਤੀ ਦਾਨ ਕਰ, ਜਿਹਨੂੰ ਜੀ ਦਾਨ ਕਹਿੰਦੇ। ਸਭ ਤੋਂ ਵੱਡਾ ਦਾਨ ਜੀ ਦਾਨ ਹੋਇਆ ਕਰਦਾ, ਆਦਮੀ ਨੂੰ ਨਰਕਾਂ ਨੂੰ ਜਾਂਦੇ ਜਾਂਦੇ ਨੂੰ ਰਸਤਾ ਮੋੜ ਕੇ ਸਵਰਗਾਂ ਵੱਲ, ਸੱਚਖੰਡ ਵੱਲ ਨੂੰ ਤੋਰ ਦੇਣਾ, ਵਿਸ਼ੇ ਵਿਕਾਰਾਂ ਤੋਂ ਹਟਾ ਦੇਣਾ। ਤੋ ਇਹ ਸੰਤਾਂ ਦੀ ਹੋਇਆ ਕਰਦੀ ਆ। ਬੀਬੀ ਬੋਲੀ ਜਾਂਦੇ ਹੋ, ਭਾਈ ਤੁਸੀਂ ਨਵੀਆਂ ਨਵੀਆਂ ਆਈਆਂ ਲੱਗਦੇ ਹੋ, ਇੱਧਰ ਬੈਠਿਆ ਕਰੋ, ਉੱਧਰ ਚਲੇ ਜਾਓ ਸਾਰੇ। ਉਹ ਦੇਖੋ ਕਿੰਨੀ ਸੋਹਣੀ ਧੁੱਪ ਹੈ, ਚੰਗਾ ਤੁਸੀਂ ਲੈ ਲਓ ਟਾਈਮ, ਫਿਰ ਮੈਂ ਬੰਦ ਕਰ ਦਿੰਦਾ। ਆ ਜਾਓ ਉਰੇ ਸਾਰੇ, ਦੇਖਦੇ ਹਾਂ ਤੁਹਾਡਾ ਟੇਪ 'ਚ ਭਰਿਆ ਗਿਆ ਸਾਰਾ ਬੋਲ ਜਿਹੜਾ। ਚੰਗਾ ਪੜ੍ਹ ਲਓ, ਫਿਰ ਸ਼ਬਦ 'ਚ ਬੋਲੋ, ਫਿਰ ਤੁਹਾਡਾ ਭਲਾ ਹੋ ਜਾਊਗਾ, ਇੱਥੇ ਆਉਣ ਦਾ ਫਲ ਮਿਲ ਜਾਏਗਾ। ਕਰਤਾ ਉਪਦੇਸ਼ ਜੀ ਰਾਮ ਦੇ Thank you.
ਰਹਿਣ ਵਾਲਾ ਅਮਰ ਉਪਦੇਸ਼ ਦੇ ਤਾ ਪਰਮੇਸ਼ੁਰ ਦੇ ਨਾਮ ਦਾ। ਹੁਣ ਬਚਨ ਮੰਨ ਲਿਆ ਉਸਨੇ, ਦਿਨ ਰਾਤ ਅੰਮ੍ਰਿਤ ਵੇਲੇ ਉੱਠ ਖੜ੍ਹਦੀ ਹੈ। ਸਾਰੇ ਬੰਦੇ ਨਹੀਂ ਉੱਠਿਆ ਕਰਦੇ ਅੰਮ੍ਰਿਤ ਵੇਲੇ, ਇਹ ਮਹਾਰਾਜ ਦੀ ਜਿਹਦੇ 'ਤੇ ਕਿਰਪਾ ਹੋਵੇ ਉਹ ਉੱਠਦੇ ਨੇ। ਪਿੰਨੀ ਰੈਨੜੀਏ ਚਮਕਨ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਇਸ ਤਰ੍ਹਾਂ ਨਾਲ ਪੜੋ ਪਿਆਰ ਨਾਲ। ਅੰਮ੍ਰਿਤ ਵੇਲੇ ਖਿੱਚ ਪੈ ਗਈ ਹਿਰਦੇ 'ਚ ਪਰਮੇਸ਼ੁਰ ਦੀ, ਉਹ ਰਜਾਈਆਂ ਰਜੂਈਆਂ ਛੱਡ ਕੇ ਇਸ਼ਨਾਨ ਕਰਕੇ ਫਿਰ ਪਰਮੇਸ਼ੁਰ ਦਾ ਭਜਨ ਕਰਦੇ ਨੇ, ਧਿਆਨ ਲਾਉਂਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਸ਼ੌਕ ਜਾਗ ਪਿਆ, ਜਿਉਂ ਜਿਉਂ ਪਾਪਾਂ ਦੀ ਮੈਲ ਲਹਿੰਦੀ ਗਈ ਤਿਉਂ ਤਿਉਂ ਉਹਦਾ ਪਰਮੇਸ਼ੁਰ ਵੱਲ ਬਹੁਤਾ ਚਿੱਤ ਲੱਗਣਾ ਸ਼ੁਰੂ ਹੋ ਗਿਆ। ਇੱਥੇ ਤੱਕ ਆ ਗਈ ਗੱਲ ਕਿ ਪਹਿਲਾਂ 2.5 ਘੰਟੇ ਜਪਦੀ ਸੀ, ਫਿਰ ਨਾਮ ਅੰਦਰ ਦਾਖਲ ਹੋ ਗਿਆ, ਆਪੇ ਹੀ ਸਵਾਸ ਨਾਲ ਰਾਮ 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 ਹੋ ਜਾਂਦਾ। ਉਹਦੇ ਬਾਅਦ ਕੰਠ ਚਲਿਆ ਗਿਆ, ਹਿਰਦੇ ਚਲਿਆ ਗਿਆ, ਨਾਭੀ ਚਲਿਆ ਗਿਆ, ਮੁੜ ਕੇ ਆ ਗਿਆ ਚੱਕਰ 'ਚ ਆ ਗਿਆ, ਅਨਾਦ ਸ਼ਬਦ ਦੀ ਮਦਦ ਦੇ ਨਾਲ ਰਾਮ ਰਾਮ ਹੋਣ ਲੱਗ ਗਿਆ, ਤ੍ਰਿਪਟੀ 'ਚ ਆ ਗਿਆ, ਰੋਮ ਰੋਮ 'ਚ ਆ ਗਿਆ, ਸਾਰੇ ਰਾਮ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਭਾਵੇਂ ਕੁਛ ਬੋਲਦਾ ਹੈ, ਉਹਨੂੰ ਸੁਣਦਾ ਹੀ ਰਾਮ ਸੀ। ਨਾਮ ਹਰੀ ਦਾ ਜਪਦੇ ਸਾਰੇ ਬਾਣੇ, ਸਾਰੇ ਮਾਂ ਦੇ
ਹਰ ਹਟ ਵੀ ਤੂੰ ਤੂੰ ਕਰੇ ਬੋਲੇ ਭਲੀਵਾਂ। ਸਭ ਪਾਸਿਆਂ 'ਤੇ ਨਾਮ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਸੋ ਇਸ ਤਰ੍ਹਾਂ ਦੇ ਨਾਲ ਲਿਵ ਲਾਗੀ, ਲਿਵ ਲਾਗੀ ਅਤੇ ਸਤੋਤੇ ਨਿੱਤ ਪੜ੍ਹਾਏ ਕਰੇ ਉਹ ਸੋਤਾ, ਨਿਤਨੇਮ ਨਾਲ ਉਹਨੂੰ ਪੜਾਉਂਦੀ ਹੈ ਅਤੇ ਹਰ ਵਕਤ ਰਾਮ ਰਾਮ ਹੁੰਦਾ ਹੈ। ਅਖੀਰ ਸਾਧ ਸਿੰਘ ਜੀ ਕੀ ਹੋਇਆ, ਕਰੋੜਾਂ ਪਾਪ ਪਤਤ ਉਧਾਰਨ ਰਾਮ ਨਾਮ, ਦੁਰਮਤ ਪਾਪ ਕਲੇਵਤ ਧੋਤਾ, ਸਭ ਪਾਪ ਧੋ ਕੇ ਨਿਰਮਲ ਹੋ ਗਈ, ਸ਼ਕਤੀਆਂ ਆ ਗਈਆਂ। ਲੋਕਾਂ ਦੇ ਵਿੱਚ ਬੜੀ ਭਾਰੀ ਚਰਚਾ ਚੱਲ ਪਈ। ਇੱਕ ਦਿਨ ਤੁਰੀ ਜਾਂਦੀ ਹੈ, ਜਾਂਦੇ ਜਾਂਦੇ ਸਾਨ ਮਰਿਆ ਪਿਆ, ਉੱਥੇ ਪੰਡਿਤ ਮੰਤਰ ਪੜ੍ਹ ਪੜ੍ਹ ਕੇ ਜਿਉਂਦਾ ਕਰਨ ਦੀ ਯਤਨ ਕਰਦੇ ਨੇ ਕਰਨ ਦਾ, ਪਰ ਉਹ ਜਿਉਂਦਾ ਨਹੀਂ ਹੋਇਆ। ਇਹ ਕਿਹਨੇ ਕਿਹਾ? ਇਹ ਕਹਿੰਦਾ ਆ ਵੀ ਭਗਤ ਨਹੀਂ ਬਣੀ ਫਿਰਦੀ ਹੈ, ਤਾਨਾ ਮਾਰਿਆ, ਬੁਲਾ ਲਈ। ਕਹਿੰਦੇ ਗਨਕਾ ਤੂੰ ਵੀ ਸੁਣਿਆ ਰਾਮ ਰਾਮ ਕਰੀ ਜਾਂਦੀ ਹੈ, ਤੂੰ ਹੀ ਕੁਛ ਕਰਕੇ ਦਿਖਾ ਦੇ। ਕਹਿੰਦੀ ਮੇਰੇ 'ਚ ਤਾਂ ਕੋਈ ਬਲ ਨਹੀਂ ਹੈ। ਅੰਦਰੋਂ ਆਵਾਜ਼ ਆਈ ਕਿ ਇਹਨਾਂ ਦਾ ਹੰਕਾਰ ਤੋੜ ਦੇ, ਇੱਕ ਵਾਰੀ ਰਾਮ ਕਹਿ ਕੇ ਛਿੱਟਾ ਮਾਰ। ਰਾਮ ਕਿਹਾ, ਛਿੱਟਾ ਮਾਰਤਾ, ਸਾਨ ਉੱਠ ਕੇ ਖੜ ਗਿਆ। ਪਤਾ ਲੱਗ ਗਿਆ ਵੀ ਬੰਦਗੀ ਦਾ। ਮਹਾਰਾਜ ਕਹਿੰਦੇ ਵੀ ਪਤਤ ਉਧਾਰਨ ਰਾਮ ਨਾਮ, ਦੁਰਮਤ ਪਾਪ ਕਲੇਵਰ ਧੋਤਾ, ਪਹਾੜ ਤਹਾਂ ਦੀਆਂ ਤਹਾਂ ਮੈਲ ਦੀਆਂ ਧੋਤੀਆਂ ਪਰਮੇਸ਼ੁਰ ਦੇ ਨਾਮ ਨਾਲ। ਨਾਮ ਨੇ ਭਰੀ ਹੈ ਮਤ ਪਾਪਾਂ ਕੇ ਸੰਗ, ਉਹ ਧੋਪਾ ਨਾਮ ਹੈ ਕੇ ਰਾਮ। ਇੱਕ ਨਸ਼ੇ 'ਚ ਰਹਿਣ ਲੱਗ ਗਈ, ਹਰ ਵਕਤ ਰਾਮ ਦੇ ਨਾਮ 'ਚ ਮਸਤ ਰਹਿੰਦੀ ਹੈ। ਅਖੀਰ ਸਾਧ ਸਿੰਘ ਜੀ ਉਹ ਸਮਾਂ ਆ ਗਿਆ ਜਿਹੜਾ ਆਪਣੇ 'ਤੇ ਵੀ ਸਭ 'ਤੇ ਆਉਣਾ, ਉਹ ਹੈ ਅੰਤ ਸਮਾਂ, ਜਿੱਦਣ ਆਪਣਾ ਸਫ਼ਰ ਇਸ ਪਲੈਨਟ ਤੋਂ ਖਤਮ ਹੋ ਜਾਣਾ। ਉਦੋਂ ਬਾਅਦ ਅਸੀਂ ਕਿੱਥੇ ਜਾਣਾ ਉਹਦੇ ਬਾਰੇ ਮਹਾਰਾਜ ਦੱਸਦੇ ਨੇ ਕਿ ਉੱਥੇ ਜਾਣ ਦਾ ਅਤੇ ਉੱਥੇ ਜਿੱਥੇ ਅਸੀਂ ਜਾਣਾ ਉਰੇ ਆ ਜਾਓ, ਇੱਥੇ ਉੱਤੇ ਆ ਜਾਓ, ਅਤੇ ਜਿੱਥੇ ਅਸੀਂ ਜਾਣਾ ਹੈ ਉਹ ਭਾਈ ਜਿਹੇ ਜਿਹੇ ਕਰਮ ਕਰੇ ਨੇ ਵੈਸੇ ਵੈਸੇ ਥਾਂ 'ਤੇ ਸਾਨੂੰ ਜਾਣਾ ਪੈਣਾ। ਜਿਹੜੇ ਪਾਪੀ ਲੋਕ ਨੇ ਉਹਨਾਂ ਨੂੰ ਨਰਕਾਂ 'ਚ, ਜੂਨਾਂ 'ਚ। ਨਗੁਰੇ ਜਿਹੜੇ ਪੁਰਸ਼ ਨੇ, ਗੁਰਮੰਤਰਹੀਣਸ ਜੋ ਪ੍ਰਾਣੀ, ਤ੍ਰਿਗੰਤ ਜਨਮ ਪ੍ਰਿਸ਼ਟ ਲੈ, ਕੁਕਰੈ ਸੁਕਰੈ ਗਰਦ ਪੈ ਕਾਕੈ ਸਰਪਨੈ ਤੁਲਖਲੈ। ਨਿੰਦਿਆ ਕਰਨ ਵਾਲੇ ਜਿਹੜੇ ਪੁਰਸ਼ ਨੇ ਉਹਨਾਂ ਨੇ ਜਾ ਕੇ ਕਿਸੇ ਨੇ ਸੱਪ ਬਣ ਜਾਣਾ, ਕਿਸੇ ਨੇ ਕੁਛ ਬਣ ਜਾਣਾ। ਜਿਹੜੇ ਬੰਦਗੀ ਕਰਨ ਪੁੰਨਦਾਨ ਕਰਨ ਵਾਲੇ ਨੇ, ਪੁੰਨਦਾਨ ਜੋ ਬੀਜਦੇ ਸਭ ਧਰਮਰਾਜ ਕੇ ਜਾਏ, ਉਹਨਾਂ ਨੇ ਧਰਮਰਾਜ ਦੇ ਜਾ ਕੇ ਆਪਣੇ ਪੁੰਨਾਂ ਦਾ ਫਲ, ਬਹੁਤ ਕਿਸਮ ਦੇ ਲੋਕ ਨੇ ਉੱਤੇ ਜਿਨ੍ਹਾਂ 'ਚ ਜਾ ਕੇ ਉਹਨਾਂ ਨੇ ਫਲ ਆਪਣਾ ਪੁੰਨਾਂ ਦਾ ਫਲ ਭੁਗਤਣਾ। ਜਿਹੜੇ ਯੋਗ ਭ੍ਰਿਸ਼ਟ ਨੇ ਉਹਨਾਂ ਨੇ ਫਿਰ ਆ ਕੇ ਬੜੀ ਦੇਰ ਤੱਕ ਜੇ ਇੱਛਿਆ ਉਹਨਾਂ ਦੇ ਮਨ ਦੇ ਅੰਦਰ ਸਵਰਗ ਭੁਗਤਣ ਦੀ, ਤਾਂ ਬ੍ਰਹਮ ਲੋਕ 'ਚ ਜਾ ਕੇ ਬੜੀ ਦੇਰ ਤੱਕ ਆਪਣੇ ਸੁੱਖ ਪਾਉਂਦੇ ਨੇ, ਅਤੇ ਉਹਦੇ ਬਾਅਦ ਦੁਬਾਰਾ ਆਪਣੀ ਕਮੀ ਪੂਰੀ ਕਰਨ ਵਾਸਤੇ ਮਾਤ ਲੋਕ 'ਚ ਫਿਰ ਮਨੁੱਖ ਦੀ ਦੇਹੀ ਪ੍ਰਾਪਤ ਕਰਕੇ ਫਿਰ ਕਰਮ ਉਪਾਸ਼ਨਾ ਗਿਆਨ ਵਿਗਿਆਨ 'ਚ ਹੋ ਕੇ ਪਰਮ ਪਦ ਦੀ ਪ੍ਰਾਪਤੀ ਜਾਂਦੇ। ਇਸੇ ਤਰ੍ਹਾਂ ਜਿਹੜੇ ਭਗਤ ਲੋਕ ਨੇ ਪਿਆਰ ਕਰਦੇ ਨੇ ਅੰਤਰ ਗੁਰ ਅਰਾਧਨਾ, ਜੇਬਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰਨਾਉ। ਸਤਿਗੁਰ ਸੇਤੀ ਰੱਤਿਆ, ਜਿਹੜੇ ਸਤਿਗੁਰੂ ਦੇ ਨਾਲ ਰੱਤੇ ਹੋਏ ਨੇ ਉਹ ਕੀ ਹੁੰਦਾ, ਜਦ ਇੱਥੋਂ ਜਾਂਦੇ ਨੇ ਧੰਨ ਧੰਨ ਕਹੇ ਸਭ ਕੋਏ, ਮੁੱਖ ਉਜਲ ਹਰ ਦਰਗੇ ਸੋਏ, ਇਹ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਂ ਕਹਿ ਸਤਿ ਬੁਲਿਆ। ਇਹ ਜਦੋਂ ਸੰਸਾਰ 'ਤੇ ਜਾਂਦੇ ਨੇ ਇੱਥੇ ਵੀ ਧੰਨ ਧੰਨ, ਇੱਥੇ ਉਹਦੀ ਯਾਦ ਮਨਾਉਂਦੇ ਨੇ, ਕਬੀਰ ਜਾ ਤੂੰ ਜਨਮਿਆ ਜਗਤ ਮੈਂ, ਜਗ ਹੱਸੇ ਤੂੰ ਰੋਏ, ਐਸੀ ਕਰਨੀ ਕਰ ਚਲੋ ਪਿਆਰੇ, ਤੂੰ ਹੱਸੇ ਜਗ ਰੋਏ। ਸੋ ਉਹਦਾ ਜੈ ਜੈਕਾਰ, ਰੇਰੇ ਦਰਗੇ ਕਹੇ ਨਾ ਕਹੋ, ਆਓ ਬੈਠ ਆਦਰ ਸਭ, ਧੰਨ ਧੰਨ ਹੁੰਦੀ ਜਾਂਦੀ ਹੈ ਅਤੇ ਮਾਤਾ ਨੂੰ ਧੰਨ ਧੰਨ ਕਹਿੰਦੇ ਨੇ। ਧੰਨ ਜਣੇ ਦੀ ਮਾਓ ਆਏ ਸਫਲ ਸੀ, 101 ਕੁਲ ਦਾ ਆਧਾਰ ਕਰਕੇ ਨਿਰੰਕਾਰ ਦੀ ਦਰਗਾਹ ਵਿੱਚ ਥਾਂ ਪ੍ਰਾਪਤ ਹੋਈ। Yeah.
ਵਾਹਿਗੁਰੂ ਦੇ ਨਾਲ ਪਿਆਰ ਦੀ ਜ਼ਿੰਦਗੀ ਬਤੀਤ ਕੀਤੀ ਹੈ, ਉਹ ਜਦ ਸੰਸਾਰ ਤੋਂ ਜਾਂਦੇ ਆ ਭਾਈ ਸੱਚਖੰਡ 'ਚ ਸਾਕਾਰ ਮੰਡਲ 'ਚ ਥਾਂ ਮਿਲਦਾ। ਇਸ ਤੋਂ ਅੱਗੇ ਕਾਰਕਾਂ ਦੀ ਗਤੀ ਹੁੰਦੀ ਹੈ, ਮਰਜ਼ੀ ਨਾਲ ਆਉਂਦੇ ਨੇ, ਜਨਮ ਮਰਨ ਦੋ ਮੈਂ ਨਾਹੀਂ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲ, ਜਾਂ ਜੀ ਕਰਦਾ ਚਲੇ ਜਾਂਦੇ ਨੇ, ਜਾਂ ਜੀ ਕਰਦਾ ਆ ਜਾਇਆ ਕਰਦੇ। ਤਾਂ ਛੇਵੀਂ ਗਤੀ ਜੋ ਹੋਇਆ ਕਰਦੀ ਹੈ ਉਹਨਾਂ ਪੁਰਸ਼ਾਂ ਦੀ, ਜਿਨ੍ਹਾਂ ਨੇ ਇੱਥੇ ਰਹਿੰਦੇ ਰਹਿੰਦੇ ਦੁਆਇਤ ਦਾ ਖਾਤਮਾ ਕਰਕੇ, ਹਉਮੈ ਦਾ ਖਾਤਮਾ ਕਰਕੇ, ਆਪਣੇ ਆਤਮ ਸਰੂਪ ਨੂੰ ਪਛਾਣ ਕੇ ਪਰਮੇਸ਼ੁਰ ਦੇ ਨਾਲ ਮਿਲਾਪ ਕਰ ਲਿਆ, ਦੁਆਇਤ ਪੰਜੇ ਭਰਮਾਂ ਦਾ ਨਾਸ਼ ਹੋ ਗਿਆ, ਉਹ ਜੰਮਦੇ ਮਰਦੇ ਨਹੀਂ ਹੋਇਆ ਕਰਦੇ, ਇੱਕ ਉਪਾਧੀ ਹੋਇਆ ਕਰਦੀ ਹੈ। ਜਿਵੇਂ ਘੜਾ ਭੰਨਦੀ ਹੈ, ਪਹਿਲਾਂ ਵੀ ਆਕਾਸ਼ ਵਿੱਚ ਹੈ, ਬਾਅਦ ਵਿੱਚ ਵੀ ਆਕਾਸ਼ 'ਚ ਹੈ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਉਹ ਬ੍ਰਹਮ ਗਿਆਨੀ ਹੁੰਦੇ ਨੇ, ਮਨ ਸੱਚਾ ਮੁੱਖ ਸੱਚਾ ਸੋਏ ਅਵਰ ਨਾ ਪੇਖੇ ਕਿਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ। ਸੋ ਇਸ ਤਰ੍ਹਾਂ ਸਮਾਂ ਤਾਂ ਸਭ 'ਤੇ ਹੀ ਆਉਣਾ, ਕਿਸੇ ਵਾਸਤੇ ਫਲ ਕੌੜਾ ਲੱਗਣਾ ਮੌਤ ਦਾ, ਕਿਸੇ ਦੇ ਵਾਸਤੇ ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ। ਜਿਹੜੇ ਚੌਥੇ ਪਦ 'ਚ ਪਹੁੰਚ ਗਏ, ਨਿਜ ਘਰ ਦਾ ਵਾਸਾ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ, ਗਿਆਨ ਦਾ ਨਾਸ਼ ਹੋ ਗਿਆ ਅਤੇ ਗਿਆਨ ਦਾ ਪ੍ਰਕਾਸ਼ ਹੋ ਗਿਆ ਅਤੇ ਆਪਣਾ ਆਪਾਂ ਹੀ ਹਰ ਥਾਂ ਦੇ ਉੱਤੇ ਦੇਖ ਲਿਆ, ਉਹ ਕਿਤੇ ਆਉਂਦੇ ਜਾਂਦੇ ਨਹੀਂ ਹੁੰਦੇ, ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਦਾ। ਸੋ ਇਸ ਤਰ੍ਹਾਂ ਅੰਤ ਦਾ ਸਮਾਂ ਆ ਗਿਆ ਅਤੇ ਅੱਜ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਸਾਹਮਣੇ ਬੈਠੀ, ਆਵਾਜ਼ ਮਾਰੀ ਗੰਗਾ ਰਾਮਾ ਰਾਮ ਰਾਮ। ਹੁਣ ਉਹ ਰਾਮ ਰਾਮ ਕਰਦਾ ਸੀ ਅਤੇ ਸੁਣਿਆ ਕਰਦੀ ਸੀ, ਆਪਣੀ ਬਿਰਤੀ ਇਸ ਦੀ ਸੁਣਨ ਤੋਂ ਵੀ ਉੱਪਰ ਲੰਘ ਜਾਂਦੀ ਸੀ, ਕਿਉਂਕਿ ਬਿਰਤੀ ਹੁੰਦੀ ਹੈ ਜਦੋਂ ਸਰੀਰ 'ਚੋਂ ਪਾਸ ਕਰ ਜਾਵੇ ਬਾਹਰ, ਭਾਵੇਂ ਡੱਗੇ ਮਾਰੀ ਜਾਓ, ਟੋਲ ਵਜਾਈ ਜਾਓ, ਉਹਨੂੰ ਇਕਾਂਤ ਉਹਦੀ ਕੋਈ ਤੋੜ ਨਹੀਂ ਸਕਦਾ ਹੁੰਦਾ। ਸੋ ਇਕਾਂਤੀ ਜਿਸ ਰਿਹਾ ਥਾਏ, ਜਿਹਦਾ ਰਿਹਾ ਥਾਂ ਹੋ ਜਾਵੇ, ਫੁਰਨੇ ਹਟ ਜਾਣ ਅਤੇ ਜਿਹਦੇ ਮਨ ਦੇ ਫੁਰਨੇ ਹਟ ਗਏ, ਮਨੋ ਨਾਸ਼ ਵਾਸ਼ਨਾ ਖੈ ਤੱਤ ਗਿਆਨ, ਐਸੀ ਅਵਸਥਾ ਦੇ ਵਿੱਚ ਆਪਣੇ ਧੇ ਦੇ ਵਿੱਚ ਹੋਇਆ ਕਰਦਾ। ਜਿਹੜਾ ਡੱਗਾ ਵੀ ਮਾਰਦਾ ਉਹ ਵੀ ਪਰਮੇਸ਼ੁਰ ਦਾ ਨਾਮ ਹੀ ਸਰਵਣ ਹੁੰਦਾ। ਸੋ ਇਹ ਬੈਠ ਕੇ ਉੱਚੀ ਅਵਸਥਾ 'ਚ ਪਹੁੰਚ ਗਈ ਸੀ, ਕਿਉਂਕਿ ਰਾਮ ਦੇ ਨਾਮ 'ਚ ਇਹ ਸ਼ਕਤੀ ਹੈ, ਇਹ ਪਹਿਲਾਂ ਪਾਪ ਕੱਟਦੀ ਹੈ, ਉਹਦੇ ਬਾਅਦ ਫਿਰ ਆਪਣਾ ਰਸ ਦਿੰਦੀ ਹੈ, ਫਿਰ ਰਾਮ ਦਾ ਨਾਮ ਉਸ ਘਰ ਨੂੰ ਖਿੱਚਦਾ ਹੈ ਜਿੱਥੋਂ ਇਹ